तू ते मैं कठे बह के गल्ला करिए नाले पीनी तेरे नाल चा चीयर्स खाली कप चीयर्स आ रही है चा को पड़ता भी हुंदा है आज अपन लेके आ गए हां ए साडा अंबरसरिया मुंडा चोणवी जी पग वाला कुड़ियो मर ना जाया जे नहीं वीडियो वेख रहा है सारी इंटरव्यू वेख्या जे मारी जांदियां ने वेख के सोने मुंडे ठीक है ओ साडे शो दा नाम सच पता की है स्टार्स मुलाकात क्या बात है हां जी स्टार्स मुलाकात मैं भी यकीन नहीं करता स्टार्स फिर तू गलत बंदा सद लिया नहीं नहीं असि बनावांगे तानू थोड़े जे तुसी बने थोड़ी जेसी मेहनत लावांगे ठीक है थोड़ा जा कुड़ियां ने ला देनी इथे मेहनत थल्ले वेखियो किदा पप्पियां वाले भब्बू किवें भेज दी ਉਦੋਂ ਤੁਸੀਂ ਓਰੀਜਨਲ ਦੇ ਵਿੱਚ ਤੁਹਾਨੂੰ ਜਦ ਤੁਸੀਂ ਉਦਾਂ ਜਾਣਦੇ ਆ ਮਾਰਕੀਟ 'ਚ ਕੁੜੀਆਂ ਮਿਲਦੀਆਂ ਹਾਂਜੀ ਹਾਂਜੀ ਮਿਲਦੀਆਂ ਤਾਂ ਫਿਰ ਕੀ ਕਰਦੀਆਂ ਨੇ ਕੁਛ ਨਹੀਂ ਬਸ ਫੋਟੋ ਖਿਚਾਉਂਦੀਆਂ ਚੱਲ ਜਾਂਦੀਆਂ ਨਹੀਂ ਇਦਾਂ ਹੀ ਕਰਦੀਆਂ ਹਾਏ ਇਦਾਂ ਹੀ ਕਰਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਭੈਣ ਲਊ ਪਿਣੀ ਵੋਲਵੋ ਜੱਟੀ ਆ ਗਈ ਹਾਂ ਦੁਬਾਰਾ ਆਉਣਾ ਹੀ ਸੀ ਕੰਮ 'ਚ ਸ਼ੁਰੂ ਕੀਤਾ ਹੈ ਤਾਂ ਤੁਸੀਂ ਮੇਰਾ ਜਿਹੜਾ ਸਿਰ ਖਾਧਾ ਸੀਗਾ ਭੈਣ ਤੂੰ ਨਾ ਤੇਰੇ 'ਚ ਟੈਲੈਂਟ ਬਹੁਤ ਹੈ ਜਾ ਕੇ ਕੋਈ ਕੰਮ ਕੁੰਮ ਧੰਦਾ ਧੁੰਦਾ ਕਰ ਕੋਈ ਚਾਰ ਪੈਸੇ ਬਣਾ ਲੱਗ ਪਈ ਮੈਂ ਬਣਾਉਣ ਪੈਸਿਆਂ ਦਾ ਤਾਂ ਨਹੀਂ ਮੈਨੂੰ ਪਤਾ ਹਜੇ ਮਿਹਨਤ ਲੱਗੀ ਹੋਈ ਆ ਠੀਕ ਹੈ ਤੇ ਤੁਸੀਂ ਚੰਦਰਾ ਬਰਾੜ ਦੀ ਵੀਡੀਓ ਵੇਖੀ ਉਹਨਾਂ ਨੇ ਮੈਂ ਇੰਟਰਵਿਊ ਕੀਤੀ ਸੀਗੀ ਫਿਰ ਬਾਬਾ ਬੇਲੀ ਜੀ ਨੇ ਕੀਤੀ ਸੀਗੀ ਹਨਾ ਤੇ ਉਹ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਚੇਪਿਆ ਮਰਿਆ ਕਰੋ ਦੱਸਿਆ ਕਰੋ ਕੋਈ ਬੰਦੇ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਉਹ ਤਾਂ ਕੋਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਅੱਗੇ ਤੋਂ ਹਾਂ ਤੇ ਫਿਰ ਹੁਣ ਮੈਂ ਪੰਜਾਬ ਦੇ ਵਿੱਚ ਝਾਤੀਆਂ ਮਾਰੀਆਂ ਨੇ ਆਸ-ਪਾਸੇ ਵੀ ਕਿਹੜੇ ਸੁਪਰਸਟਾਰ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ ਅੱਜ ਆਪਾਂ ਲੈ ਕੇ ਆ ਗਏ ਹਾਂ ਇਹ ਸਾਡਾ ਅੰਬਰਸਰੀਆ ਮੁੰਡਾ ਚੋਣਵੀ ਜੀ ਪੱਗ ਵਾਲਾ ਠੀਕ ਹੈ ਐਡੀ ਸੋਹਣੀ ਸਮਾਈਲ ਵਾਲਾ ਕੁੜੀਓ ਮਰ ਨਾ ਜਾਇਆ ਜੇ ਨਹੀਂ ਵੀਡੀਓ ਵੇਖ ਰਿਹਾ ਜੇ ਸਾਰੀ ਇੰਟਰਵਿਊ ਵੇਖਿਆ ਜੇ ਮਾਰੀ ਜਾਂਦੀਆਂ ਨੇ ਵੇਖ ਕੇ ਸੋਹਣੇ ਮੁੰਡੇ ਹਾਂ ਉਦਾਂ ਤੇ ਮਾਣ ਹੋਣਾ ਚਾਹੀਦਾ ਸੋਹਣੀ ਭੈਣ ਦੇ ਨਾਲ ਸੋਹਣਾ ਭਰਾ ਜੱਚਦਾ ਉਦਾਂ ਤੇ ਸਾਡੇ ਨਾਲ ਨੇ ਅੰਗਦ ਅਲੀਵਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਸਾਡਾ ਫੋਨ ਚੁੱਕਣ ਲਈ ਠੀਕ ਹੈ ਜੀ ਠੀਕ ਹੈ ਸਾਨੂੰ ਇੱਕ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਅੱਗੇ ਬੰਦੇ ਨਹੀਂ ਰੱਖੇ ਰੱਖੇ ਨੇ ਪਰ ਉਹ ਹੋਰ ਕੰਮ ਵਾਲੇ ਰੱਖੇ ਨੇ ਮੇਰੇ ਵਰਗੇ ਫੇਮਸ ਬੰਦੇ ਤੁਹਾਨੂੰ ਮੈਸੇਜ ਕਰਦੇ ਨੇ ਤੁਸੀਂ ਝੱਟ ਦੇ ਨਹੀਂ ਜਵਾਬ ਦੇ ਦਿੰਦੇ ਬਿਲਕੁਲ ਜੀ ਬਿਲਕੁਲ ਜੇ ਮੈਂ ਨਾ ਕਰਦਾ ਤੁਹਾਡਾ ਰਿਪਲਾਈ ਫੋਨ ਨਾ ਚੁੱਕਦਾ ਤੇ ਤੇ ਰੀਲ ਤੇ ਕਲਾਸ ਲਾ ਦੇਣੀ ਹੈ ਨਾ ਫਿਰ ਮੈਂ ਕਹਾ ਮੈਂ ਵੇਟ ਨਹੀਂ ਕਰਦੀ ਇਹਨਾਂ ਚੀਜ਼ਾਂ 'ਚ ਮੈਂ ਨਹੀਂ ਵੇਖਦੀ ਬੰਦਾ ਕੋ ਬੰਦਾ ਨਹੀਂ ਦੇਖਦੀ ਫਿਰ ਜਦੋਂ ਮੇਰੀ ਆਪਣੀ ਤੇ ਆ ਜਾਂਦੀ ਹੈ ਨਾ ਚੀਜ਼ ਫਿਰ ਨਹੀਂ ਮੈਂ ਦੇਖਦੀ ਅੱਗੇ ਸੁਪਰਸਟਾਰ ਆ ਕਿ ਸਟਾਰ ਆ ਠੀਕ ਹੈ ਉਹ ਸਾਡੇ ਸ਼ੋਅ ਦਾ ਨਾਮ ਸੱਚ ਪਤਾ ਕੀ ਆ ਸਟਾਰਸ ਮੁਲਾਕਾਤ ਕੀ ਬਾਤ ਹੈ ਹਾਂਜੀ ਸਟਾਰਸ ਮੁਲਾਕਾਤ ਸਹੀ ਗੱਲ ਹੈ ਤੁਸੀਂ 4-5 ਸਟਾਰ ਜਿਹੜੇ ਛਾਪੇ ਨੇ ਨਾ ਮੈਂ ਵੀ ਯਕੀਨ ਨਹੀਂ ਕਰਦਾ ਉਹ ਆਪਣੇ ਇਕੱਠਿਆਂ ਦੇ ਦੋਨਾਂ ਦੀ ਮਿਹਨਤ ਦੇ ਬਣਾ ਕੇ ਲਾਏ ਹੋਏ ਨੇ ਉੱਤੇ ਕੀ ਬਾਤ ਮੈਂ ਵੀ ਯਕੀਨ ਨਹੀਂ ਕਰਦਾ ਸਟਾਰਸ ਫਿਰ ਤੁਸੀਂ ਗਲਤ ਬੰਦਾ ਸੱਦ ਲਿਆ ਨਹੀਂ ਨਹੀਂ ਅਸੀਂ ਬਣਾਵਾਂਗੇ ਤੁਹਾਨੂੰ ਥੋੜੇ ਜੇ ਤੁਸੀਂ ਬਣੇ ਥੋੜੀ ਜਿਹੀ ਮਿਹਨਤ ਲਾਵਾਂਗੇ ਠੀਕ ਹੈ ਥੋੜਾ ਜਿਹਾ ਕੁੜੀਆਂ ਨੇ ਲਾ ਦੇਣੀ ਇੱਥੇ ਮਿਹਨਤ ਥੱਲੇ ਵੇਖਿਓ ਕਿਦਾ ਪੱਪੀਆਂ ਵਾਲੇ ਭੱਬੂ ਕਿਵੇਂ ਭੇਜਦੀਆਂ ਬਹੁਤ ਭੇਜਦੀਆਂ ਨੇ ਮੈਂ ਕਹਿੰਦੀ ਬੋਲ ਮੈਂ ਕਹਿੰਦੀ ਲਾਲ ਰੰਗ ਦੀਆਂ ਲਿਪਸਟਿਕਾਂ ਲਾ ਲਾ ਕੇ ਉਹਨਾਂ ਨੂੰ ਇਦਾਂ ਲੱਗਦਾ ਵੀ ਅੰਗਦ ਅਲੀਵਾਨ ਇਦਾਂ ਚੋਕ ਕੇ ਤੇ ਜੇਬ ਵਿੱਚ ਪਾ ਲੈਣੀਆਂ ਨੇ ਮਰੋ ਨਹੀਂ ਇਦਾਂ ਨਹੀਂ ਕੁਝ ਹੁੰਦਾ ਕਮੈਂਟ ਚੇਪੋ ਬੈਠੋ ਆਰਾਮ ਨਾਲ ਪਰ ਇਦਾਂ ਮੁੰਡੇ ਨੂੰ ਤੰਗ ਨਾ ਕਰਿਆ ਕਰੋ ਇਸੇ ਕਰਕੇ ਸਾਡੇ ਜਿਹੜੇ ਜਵਾਨ ਮੁੰਡੇ ਨੇ ਨਾ ਉਹ ਵਿਚਾਰੇ ਘਰਾਂ ਦੇ ਵਿੱਚ ਨੇ ਇਸੇ ਕਰਕੇ ਸੋਸ਼ਲ ਮੀਡੀਆ ਤੇ ਫੋਟੋ ਨਹੀਂ ਪਾਉਂਦੇ ਉਹਨਾਂ ਦੀਆਂ ਮਾਵਾਂ ਮਿਰਚਾਂ ਵਾਰ-ਵਾਰ ਥੱਕ ਜਾਂਦੀਆਂ ਨੇ ਵੀ ਸਾਡੇ ਮੁੰਡੇ ਨਜ਼ਰ ਲਾਉਂਦੀਆਂ ਨੇ ਨਾ ਨਜ਼ਰ ਲਾਇਆ ਕਰੋ ਤੁਸੀਂ ਇਹੋ ਜਿਹੇ ਕਮੈਂਟ ਇਹਨਾਂ ਨੂੰ ਹੀ ਕਰਿਆ ਕਰੋ ਮੈਨੂੰ ਨਾ ਹੀ ਕਰੋ ਨਹੀਂ ਮੈਨੂੰ ਤਾਂ ਪਿਆਰੇ ਪਿਆਰੇ ਕਰਦੇ ਨੇ ਦੀਦੀ ਜੀ ਕੀ ਬਾਤ ਇਦਾਂ ਕਰਕੇ ਜਿਹੜੇ ਸਰਪੰਚ ਨੇ ਉਹ ਆਂਟੀ ਵੀ ਕਹਿ ਜਾਂਦੇ ਨੇ ਫਿਰ ਮੈਨੂੰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਰਪੰਚ ਦੀਆਂ ਵੋਟਾਂ ਪਵਾਉਂਦੀ ਫਿਰ ਬਹਿ ਜਾਂਦੇ ਨੇ ਟੇਕ ਕੇ ਤੁਹਾਨੂੰ ਪਤਾ ਸੀ ਦਾ ਮੈਂ ਬਹੁਤ ਚੰਗੀ ਤਰ੍ਹਾਂ ਪ੍ਰੋਫਾਈਲ ਵੇਖਣਾ ਤੁਹਾਡੀ ਹਰ ਵੀਡੀਓ ਵੇਖਣਾ ਤੇ ਮੈਨੂੰ ਪਤਾ ਸਰੋਪੇ ਤੁਸੀਂ ਕਿੱਦਾਂ ਪਾਉਂਦੇ ਕਿਹੜੇ ਢੰਗ ਨਾਲ ਆ ਇਧਰ ਸੁਣੋ ਚੰਗੇ ਹੋ ਸੁਣਾਓ ਮਾੜੀ ਜੀ ਗੱਲਬਾਤ ਮੇਰੇ ਬਾਰੇ ਤੁਹਾਡੇ ਬਾਰੇ ਤਾਂ ਕਰਦੇ ਆ ਆਪਾਂ ਬਾਅਦ ਚ ਬਹੁਤ ਵਧੀਆ ਇਨਸਾਨ ਨੇ ਤੇ ਬਹੁਤ ਹੀ ਪਿਆਰ ਨਾਲ ਬੇਇੱਜ਼ਤੀ ਕਰਦੇ ਜਿਹਦੀ ਵੀ ਕਰਦੇ ਆ ਹਾਂਜੀ ਤੇ ਤੁਹਾਡੇ ਦੇ ਮੇਰੇ ਮੰਮੀ ਵੀ ਫੈਨ ਨੇ ਵਾਓ ਵਾਹ ਦੱਸਿਆ ਕਹਿੰਦੇ ਕਿ ਮੈਂ ਕਹਿੰਦੇ ਉਹ ਯਾਰ ਕੁੜੀ ਆ ਇੱਕ ਤੇ ਉਹਦੇ ਬੜੀ ਬੋਲਦੀ ਆ ਬਹੁਤ ਬੇਇੱਜ਼ਤੀ ਕਰਦੀ ਆ ਮੈਂ ਕਿਹਾ ਕਿੱਦਾਂ ਮਤਲਬ ਮੈਂ ਕੀ ਨਾ ਆ ਕਹਿੰਦੇ ਉਹ ਵੋਲਵੋ ਜੱਟੀ ਕਰਕੇ ਆ ਮੈਂ ਕਿਹਾ ਕੀ ਬਾਤ ਹੈ ਤੁਸੀਂ ਕਹਿਣਾ ਨਹੀਂ ਮੇਰੀ ਚੱਲਦੀ ਆ ਮੈਂ ਕਿਹਾ ਫਿਰ ਮੈਂ ਕਿਹਾ ਉਹ ਪੁੱਛਦੇ ਸੀ ਇੰਟਰਵਿਊ ਵੱਲੋਂ ਫਿਰ ਦੇ ਦਾਂ ਮਤਲਬ ਉਹਨਾਂ ਨੂੰ ਕਹਿੰਦੇ ਹਾਂ ਹਾਂ ਕਹਿੰਦੇ ਕਿ ਤੂੰ ਕਰ ਲੈ ਕੋਈ ਵਾਹ ਜੀ ਵਾਹ ਥੈਂਕ ਯੂ ਸੋ ਮਚ ਆਂਟੀ ਜੀ ਮੈਨੂੰ ਪ੍ਰੋਮੋਸ਼ਨ ਕਰਨ ਦੇਣ ਵਾਸਤੇ ਤੁਸੀਂ ਪ੍ਰੋਮੋਟ ਕਰ ਰਹੇ ਆਂਡ ਗਵਾਂਡ ਚ ਵਿਆਹ ਕਰੋ ਜਾ ਕੇ ਕੋਈ ਪ੍ਰੋਣਾ ਆਵੇ ਉਹਨਾਂ ਨੂੰ ਜਾ ਕੇ ਦੱਸੋ ਕਿ ਵੋਲਵੋ ਜੱਟੀ ਦਾ ਚੈਨਲ ਸਬਸਕ੍ਰਾਈਬ ਕਰੋ ਇਦਾਂ ਹੀ ਪ੍ਰੋਮੋਸ਼ਨ ਹੁੰਦੀ ਆ ਪੈਸੇ ਲਾ ਕੇ ਥੋੜੀ ਹੁੰਦੀ ਪ੍ਰੋਮੋਸ਼ਨ
घर दे जदों घरों प्रमोशन स्टार्ट हुंदी आ ठीक है ना। जिवें हुण मैं अंगद अलीवाल दी भैण बनी है ना ते जो ब्याह दीआं सारीआं रस्मां मैं करनीआं ने ਤੁਹਾਡੀ ਭੈਣ ਦਾ ਮੈਨੂੰ ਪਤਾ ਨਹੀਂ ਆ ਪਰ ਮੈਂ ਆਉਂਗੀ ਪੱਕਾ ਠੀਕ ਹੈ ਨਾ। ਪਹਿਲੇ ਪਹਿਲੇ ਤਾਂ ਰੱਖਿਆ ਜਾ ਮੈਨੂੰ ਠੀਕ ਹੈ ਠੀਕ ਹੈ ਤੇ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਬਹੁਤ ਬਹੁਤ ਤੁਸੀਂ ਆਏ ਸਾਡੇ ਪ੍ਰੋਗਰਾਮ ਤੇ। ਸਾਨੂੰ ਉਮੀਦ ਨਹੀਂ ਹੁੰਦੀ ਪਰ ਅਸੀਂ ਅਰਦਾਸਾਂ ਅਰਦੂਸਾਂ ਕਰੀਦੀਆਂ ਨੇ ਰਾਤ ਬਹਿ ਕੇ ਕੋਈ ਬੰਦਾ ਮੰਨ ਜੇ ਪੇਮੈਂਟ ਦੀ ਗੱਲ ਨਾ ਕਰਿਆ ਸਾਡੇ ਨਾਲ ਠੀਕ ਹੈ ਕਿਉਂਕਿ ਅਸੀਂ ਪੇਮੈਂਟ ਦੇ ਨੋਟ ਛਾਪ ਰਹੇ ਹਾਂ ਜਿੱਦਣ ਛਪ ਗਏ ਸਾਰੇ ਉਦੋਂ ਤੁਹਾਨੂੰ ਵਿੱਚ ਕੋਈ ਕੁਛ ਦੇ ਦਾਂਗੇ ਠੀਕ ਹੈ। ਹਾਂ ਜਿੱਦਾਂ ਭੈਣਾ ਸਰਵਾਰ ਨਾ ਨਹੀਂ ਕਰਦੀਆਂ ਨਹੀਂ ਮੈਨੂੰ ਆਉਣਾ ਹੀ ਪੈਣਾ ਸੀ ਤੁਸੀਂ ਇੰਨੀ ਦੂਰੋਂ ਆਏ ਹੋਣ ਇੰਗਲੈਂਡ ਤੋਂ ਪੰਜਾਬ ਤੇ ਭਰਾ ਹੋਵੇ ਤਾਂ ਇਦਾਂ ਦਾ ਬਾਕੀ ਤੁਸੀਂ ਹਜੇ ਤੱਕ ਚਾਹ ਵੀ ਨਹੀਂ ਪਈ ਕੱਪ ਖਾਲੀ ਨੇ ਸਾਹਮਣੇ ਜਿਹੜੇ ਪਏ ਆ ਇਹਨਾਂ ਨੇ ਸਿਰਫ ਉੱਦਾਂ ਹੀ ਰੱਖੇ ਆ। ਹੋਰ ਸੁਣਾਓ ਵਧੀਆ ਸਭ ਠੀਕ ਠਾਕ ਨਹੀਂ ਕਰ ਲਓ ਬੇਇੱਜ਼ਤੀ ਪਹਿਲਾਂ ਪੂਰੀ ਤੁਹਾਨੂੰ ਦੱਸ ਰਿਹਾ ਤੁਹਾਨੂੰ ਕਿ ਕੱਪ ਖਾਲੀ ਨੇ ਵੀਰੇ ਚਾਹ ਚੁੱਲ੍ਹੇ ਤੇ ਰੱਖੀ ਪਈ ਆ ਠੀਕ ਹੈ ਠੀਕ ਅਸੀਂ ਆਖਿਆ ਅੰਮ੍ਰਿਤਸਰੀ ਕੇ ਕਾੜ ਕਾੜ ਕੇ ਚਾਹ ਪੀਂਦੇ ਨੇ ਠੀਕ ਪੀਂਦੇ ਕਿ ਨਹੀਂ ਪੀਂਦੇ ਪੀਂਦੇ ਨੇ ਨਾ ਛੋਟੀ ਲਾਚੀ ਜਿਹੜੀ ਉੱਤੋਂ ਦੀ ਸੋੜਦੇ ਨੇ ਉਹ ਵੱਖਰੀ ਹਨਾ। ਇੱਧਰ ਤੁਹਾਡੀ ਫਰਮਾਇਸ਼ ਦਾ ਚੁੱਲ੍ਹਾ ਲਾਇਆ ਇੱਧਰ ਪਿਛਲੇ ਬੰਨੇ ਇੰਨੇ ਬੰਦੇ ਜਿਹੜੇ ਆਸੇ ਪਾਸੇ ਬੈਠੇ ਨੇ ਇਹਨਾਂ ਨੂੰ ਵੀ ਚਾਹ ਦੇਣੀ ਹੈ ਤੁਸੀਂ ਇਕੱਲੇ ਨਹੀਂਗੇ ਰਿਜਨ ਲਈ ਟਾਈਮ ਲੱਗਦਾ ਉਹਨੇ ਚਲੋ ਆਪਾਂ ਇੰਟਰਵਿਊ ਨੂੰ ਵੇਲ ਲੈਨੇ ਆ ਐਡਾ ਜਿਹੜਾ ਘੱਟ ਬਜਟ ਨਹੀਂ ਹੈ ਨਾ ਅਸੀਂ ਚੁੱਲ੍ਹੇ ਤੇ ਚਾਹਾਂ ਰਹਿੰਦੇ ਆ ਕਿਉਂਕਿ ਦੇਸੀ ਮਾਲ ਹੈ ਨਾ ਗੈਸ ਵਾਲੀਆਂ ਚਾਹਾਂ ਸਾਨੂੰ ਲਾਈਕ ਅਸ ਲਾਈਕ ਨਹੀਂ ਕਰਦੇ ਵੀ ਡੋਨਟ ਲਾਈਕ ਇਟ ਵਾਓ ਵਾਓ ਬਟ ਇੰਗਲਿਸ਼ ਵਿੱਚ ਵਿੱਚ ਇੰਗਲਿਸ਼ ਆਊਗੀ ਤੁਸੀਂ ਕੋਆਪਰੇਟ ਕਰਿਓ ਠੀਕ ਹੈ ਕੋਸ਼ਿਸ਼ ਕਰੂੰਗਾ ਸਮਝਣ ਦੀ ਜੀ 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 ਆਪਾਂ ਤੁਹਾਡੀ ਜਿਹੜੀ ਸ਼ੁਰੂਆਤ ਹੋਈ ਆ ਗਾਣੇ ਦੀ ਉਹ ਚਾਹ ਗਾਣੇ ਤੋਂ ਨਹੀਂ ਨਹੀਂ ਸ਼ੁਰੂਆਤ ਮੇਰੀ ਹੋਈ ਆ ਜਲੰਧਰ ਗਾਣੇ ਤੋਂ ਜਲੰਧਰ ਗਾਣੇ ਤੋਂ ਵਾਹ ਜੀ ਵਾਹ ਦੋ ਲੈਣਾ ਨਾਲ ਕਰਦੇ ਆ ਕੁੜੀਆਂ ਬਹਿ ਜਾਣ ਇੱਥੇ ਠੀਕ ਹੈ ਕਰੋ ਜਰਾ ਹਏ ਲੋਕ ਬੜੇ ਹਰ ਜਾਈ ਸ਼ਹਿਰ ਜਲੰਧਰ ਵਿੱਚ ਜੀ ਲੋਕ ਬੜੇ ਹਰ ਜਾਈ ਸ਼ਹਿਰ ਜਲੰਧਰ ਵਿੱਚ ਹਏ ਮੇਰੀ ਨੀਂਦ ਚੁਰਾਈ ਸ਼ਹਿਰ ਜਲੰਧਰ ਵਿੱਚ ਹੋ ਦੱਸ ਪੈਂਦੀ ਹੈ ਉਸ ਦੀ ਪਾਰ ਸਮੁੰਦਰ ਦੇ ਹਏ ਦੱਸ ਪੈਂਦੀ ਹੈ ਉਸ ਦੀ ਪਾਰ ਸਮੁੰਦਰ ਦੇ ਓਏ ਮੈਂ ਜੋ ਚੀਜ਼ ਗਵਾਈ ਸ਼ਹਿਰ ਜਲੰਧਰ ਵਿੱਚ ਹਏ ਲੋਕ ਬੜੇ ਹਰ ਜਾਈ ਸ਼ਹਿਰ ਜਲੰਧਰ ਵਿੱਚ ਵਾਹ ਜੀ ਵਾਹ ਕੁੜੀਆਂ ਰੋਦ ਨਹੀਂ ਪਈਆਂ ਨਹੀਂ ਲਾਗੇ ਨੈਪਕਿਨ ਰੱਖੋ ਨੀ ਅੱਖਾਂ ਉੱਖਾਂ ਪੂੰਝਣ ਨੂੰ ਅਜੇ ਹੋਰ ਗਾਣੇ ਸੁਣਾਉਣੇ ਨੇ ਚੱਲ ਕੱਪ ਸੁਣਾਗੇ ਠੀਕ ਹੈ ਬਹੁਤ ਸੋਹਣਾ ਬਹੁਤ ਸੋਹਣੀ ਆਵਾਜ਼ ਬਹੁਤ ਪਿਆਰੀ ਤੁਹਾਡੀ ਥੈਂਕ ਯੂ ਮੈਂ ਕੋਸ਼ਿਸ਼ ਕਰਨਾ ਕਿ ਗਾਣਾ ਕਰਾਂ ਕੋਈ ਰਿਕਾਰਡ ਸਾਰੇ ਕਹਿੰਦੇ ਵਧੀਆ ਗਾਉਣਾ ਹਜੇ ਰਿਕਾਰਡ ਨਹੀਂ ਕੀਤਾ ਕਿਤੇ ਲਿਖਿਆ ਜੇ ਇਹ ਤਾਂ ਉਦਾਂ ਹੀ ਲਿਖਿਆ ਲਿਖਿਆ ਮੈਂ ਹੀ ਹਾਂ ਨਹੀਂ ਮੈਂ ਤੁਹਾਨੂੰ ਸ਼ੁਰੂਆਤ ਪੁੱਛੀ ਨਾ ਇਹ ਸ਼ੁਰੂਆਤ ਹੀ ਹੈ ਮੇਰਾ ਪਹਿਲਾ ਗਾਣਾ ਇਹੀ ਸੀਗਾ ਤੇ ਇਹ ਤੁਸੀਂ ਲਿਖਿਆ ਹਾਂਜੀ ਇਹ ਮੇਰਾ ਨਹੀਂ ਲਿਖਿਆ ਇਹ ਪੰਜਾਬ ਦੇ ਬਹੁਤ ਹੀ ਸੋਹਣੇ ਸ਼ਾਇਰ ਹੋਏ ਨੇ ਉਲਫਤ ਬਾਜਵਾ ਜੀ ਓਕੇ ਉਹ ਗੁਜ਼ਰ ਚੁੱਕੇ ਨੇ ਹੁਣ ਲੰਮੇ ਪਿੰਡ ਤੋਂ ਸੀਗੇ ਜਲੰਧਰ ਕੋਲ ਦੇ ਉਹਨਾਂ ਦੀ ਕਿਤਾਬ 'ਚ ਗਾਣਾ ਸੀਗਾ ਤੋ ਬਸ ਆਪਣੀ ਨਜ਼ਰੀ ਪਿਆ ਤੇ ਉਹਨੂੰ ਗਾਤਾ ਉਹ ਲੋਕਾਂ ਤੱਕ ਪਹੁੰਚ ਗਿਆ ਉਹਨਾਂ ਨੇ ਪਿਆਰ ਦਿੱਤਾ ਵਾਹ ਜੀ ਵਾਹ ਫਿਰ ਜਦੋਂ ਪਤਾ ਕੀ ਆ ਇੱਕ ਹੁੰਦੀ ਲਿਖਤ ਹਾਂਜੀ ਠੀਕ ਹੈ ਫਿਰ ਇੱਕ ਹੁੰਦਾ ਉਹਨੂੰ ਘੜਨ ਵਾਲਾ ਹਾਂਜੀ ਫਿਰ ਆਉਂਦਾ ਅੱਗੋਂ ਗਾਉਣ ਵਾਲਾ ਇਹ ਜਦੋਂ ਤਿੰਨੇ ਚੀਜ਼ਾਂ ਮਿਲਦੀਆਂ ਨੇ ਤੇ ਕੁੜੀਆਂ ਤਾਂ ਡਿੱਗਦੀਆਂ ਨੇ ਡਿੱਗਦੀਆਂ ਕਿ ਨਹੀਂ ਡਿੱਗਦੀਆਂ ਮੁੜ ਕੇ ਕੁੜੀਆਂ ਦੇ ਹੀ ਆ ਜਾਂਦੇ ਆ ਬਿਕੋਜ਼ ਅਸੀਂ ਕੁੜੀਆਂ ਦੇ ਜਿਹੜਾ ਫੇਵਰਿਟ ਸੁਪਰਸਟਾਰ ਬੁਲਾਇਆ ਕੁੜੀਆਂ ਨੂੰ ਤੇ ਸਾਰਾ ਹੀ ਕ੍ਰੈਡਿਟ ਦੇਣਾ ਅੱਜ ਮੁੰਡਿਆਂ ਨੇ ਤਾਂ ਗਾਂ ਲੰਘ ਜਾਣਾ ਵੀ ਮੁੰਡੇ ਦੀ ਤਰੀਫ ਹੋਣਦੀ ਆ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਆ ਵੀ ਤੁਹਾਨੂੰ ਤੁਹਾਡੇ ਵਾਲੀਆਂ ਪੁੱਛਣਗੀਆਂ ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਤੁਹਾਨੂੰ ਵੀ ਪੁੱਛਣਗੀਆਂ ਕੁੜੀਆਂ ਹਾਂ ਤੇ ਦੂਜਾ ਵਧੀਆ ਹਨਾ ਸਾਰਾ ਕੁਛ ਵਧੀਆ ਬੱਸ ਤੇ ਆ ਕਿ ਕਾਰ ਤੇ ਆ ਜੇ ਮੈਂ ਕਾਰ ਤੇ ਆ ਜੀ ਤੁਹਾਡੀ ਆਪਣੀ ਆ ਹਾਂਜੀ ਹਾਂਜੀ ਹਾਂ ਇੰਨੇ ਪੈਸੇ ਬਣ ਲੱਗੇ ਨਾ ਕਾਰਾਂ ਲੈਣ ਲੱਗੇ ਨਹੀਂ ਥੋੜੇ ਬੋਤੇ ਬਸ ਘਰ ਦੇ ਆਂਦੀ ਆ ਜੇ ਤਾਂ ਤੁਸੀਂ ਸੋਚੋ ਤੁਸੀਂ ਇੱਥੇ ਰਹਿੰਦੇ ਜੇ ਇੰਡੀਆ ਦੇ ਵਿੱਚ ਮੈਂ ਬਾਹਰ ਰਹਿੰਦੀ ਆ ਹਾਂਜੀ ਮੇਰਾ ਆਉਣਾ ਜਾਣਾ ਜਹਾਜ਼ ਤੇ ਆ ਹਾਂਜੀ ਤੇ ਮੈਨੂੰ ਤਾਂ ਫਿਰ ਜ਼ਿਆਦਾ ਪੈਸੇ ਬਣਾਉਣੇ ਪੈਣੇ ਮੈਂ ਜਹਾਜ਼ ਖਰੀਦਣਾ ਪੈਣਾ ਬਿਲਕੁਲ ਬਿਲਕੁਲ ਖਰੀਦਣਾ ਪੈਣਾ ਹਾਂ ਉਹਨਾਂ ਵਿੱਚ ਤਾਂ ਬੜਾ ਭੀੜ ਭੜੱਕਾ ਹੁੰਦਾ ਤੇ ਬਿਜ਼ਨਸ ਕਲਾਸ ਦੇ ਵਿੱਚ ਮੈਂ ਹਿਸਾਬ ਲਾਇਆ ਜਦੋਂ ਮੈਂ ਦੇਖਿਆ ਆਨਲਾਈਨ ਵੀ ਮੈਂ ਸਟਾਰ ਆ ਹੁਣ ਮੈਂ ਤਾਂ ਸੋਚਦਾ ਹੀ ਆ ਹਨਾ ਆਪ ਨਹੀਂ ਸੋਚਾਂਗੇ ਤਾਂ ਕੌਣ ਕੋਈ ਕਿਵੇਂ ਸੋਚੂਗਾ ਬਿਲਕੁਲ ਮੈਂ ਸੋਚਿਆ ਮੈਂ ਸਟਾਰ ਆ ਕਿਉਂ ਨਾ ਮੈਂ ਬਿਜ਼ਨਸ ਕਲਾਸ ਦੇ ਵਿੱਚ ਦੇਖਾਂ ਜਾ ਕੇ ਮਤਲਬ ਆਨਲਾਈਨ ਸਰਚ ਕਰਾਂ ਕਿੰਨੇ ਕੁ ਟਿਕਟ ਉਹਨੇ ਚ ਤਾਂ ਮੇਰਾ ਟੱਬਰ ਸਾਰਾ ਮਤਲਬ ਕਿ ਹੌਲੀਡੇ ਤੇ ਜਾ ਆਵੇ ਬੜਾ ਸੋਹਣਾ ਜਿਹਨੂੰ ਚੱਚ ਮੇਰੀ ਕੱਲੀ ਦਾ ਮਤਲਬ ਟਿਕਟ ਆ ਨਾ ਤੇ ਮੈਂ ਬਹਿ ਕੇ ਜਾਣਾ ਮੈਂ ਕਿਹੜਾ ਖਲੋ ਕੇ ਜਾਣਾ ਵੀ ਸੀਟਾਂ ਤਾਂ ਹੋਣੀ ਹੀ ਖਾਣਾ ਦਾਣਾ ਵੀ ਦਿੰਦੇ ਨੇ ਫ੍ਰੀ ਦਾ ਫੂਡ ਹਨਾ ਤੇ ਫਿਰ ਮੈਂ ਕੈਂਸਲ ਕਰਤਾ ਇਹ ਚੀਜ਼ ਤੁਸੀਂ ਤਰਲਾ ਮੈਨੂੰ ਤਾਂ ਮਾਰਨਾ ਸੀਗਾ ਵੀ ਮੈਂ ਖੜੀ ਹੋ ਕੇ ਚੱਲ ਜਾਊਂਗੀ ਕੋਈ ਨਹੀਂ ਨਹੀਂ ਕੀਤੀ ਨਹੀਂ ਗੱਲ ਉਹਨਾਂ ਨਹੀਂ ਮੈਂ ਗੱਲ ਕੀਤੀ ਨਹੀਂ ਉਹਨਾਂ ਦੇ ਨਾਲ ਉਹ ਕਹਿੰਦੇ ਜੋ ਤੁਹਾਨੂੰ ਬਿਠਾ ਕੇ ਲਿਜਾ ਰਹੇ ਆ ਤੇ ਫਿਰ ਤੁਸੀਂ ਕਿਉਂ ਇਦਾਂ ਦੀ ਹਰਕਤਾਂ ਕਰਦੇ ਆਣ ਕੇ ਸਹੀ ਗੱਲ ਆ ਬੇਇੱਜ਼ਤੀ ਕਰਾਉਂਦੇ ਮੇਰੀ ਕਰਾਉਂਦੇ ਬੇਇੱਜ਼ਤੀ ਮੇਰੀ ਠੀਕ ਹੈ ਤੇ ਤੁਸੀਂ ਉਦਾਂ ਰਹਿੰਦੇ ਕਿੱਥੇ ਜੇ ਮੈਂ ਇੱਥੇ ਹੀ ਧਰਤੀ ਤੇ ਆਪਣਾ ਧਰਤੀ ਤੇ ਸਾਰੇ ਰਹਿੰਦੇ ਆ ਮੋਹਾਲੀ ਰਹਿਣਾ ਮੈਂ ਉੱਡਣੇ ਸੱਪ ਤਾਂ ਅਸੀਂ ਵੀ ਨਹੀਂ ਕਿ ਸਮਾਂ ਚ ਰਹਿੰਦੇ ਆ ਹਾਂ ਮੋਹਾਲੀ ਰਹਿੰਦੇ
मतलब चीज आ जिहड़ी तुहानूं पिंडां च सैट नहीं बहिंदे मोहाली च लभदी है। मोहाली च आउणा पैंदा जदों वीजा नहीं लगदा तुहाडे ते लगे तुहानूं तां गल्लां आउंदियां जदों वीजा नहीं लगदा फिर पिंड छड्ड के मोहाली चल जाईदा ਉੱਥੇ ਵੀਜ਼ਾ ਨਹੀਂ ਨਾ ਲੱਗਦਾ ਅਤੇ ਬਾਕੀ ਥੋੜ੍ਹਾ ਬਹੁਤਾ ਆਪਣਾ ਹੁਣ ਮਿਊਜ਼ਿਕ ਦੀ ਹੱਬ ਵੀ ਮੇਨ ਉਹੀ ਬਣੀ ਆ ਓਕੇ ਸਾਰੇ ਜਾਣੇ ਉੱਥੇ ਹੀ ਆ ਫਿਰ ਕੰਮ ਕਰਨ ਵਾਸਤੇ ਨਿਕਲਣਾ ਹੀ ਪੈਂਦਾ ਮੈਂ ਪੁੱਛਿਆ ਸੀ ਕਿਸੇ ਨੂੰ ਇੱਥੇ ਚੰਦਰ ਬਰਾੜ ਨੂੰ ਪੁੱਛਿਆ ਸੀਗਾ ਉਹਨਾਂ ਨੇ ਕੋਈ ਜਵਾਬ ਹੋਰ ਦਿੱਤਾ ਸੀ ਮੈਨੂੰ ਹਾਂਜੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਮੈਨੂੰ ਥੋਟ ਨਹੀਂ ਆਉਂਦੇ ਚੰਡੀਗੜ੍ਹ ਜਾ ਕੇ ਠੀਕ ਆ ਆਪਣਾ ਆਪਣਾ ਸੁਭਾਅ ਆ ਤੁਹਾਡਾ ਵੀ ਆਪਣਾ ਹੋਊਗਾ ਉਹਨਾਂ ਦਾ ਆਪਣਾ ਹੋਊਗਾ ਮੈਂ ਲੜਾਉਣਾ ਨਹੀਂ ਤੁਹਾਨੂੰ ਠੀਕ ਆ चंगी गल पर मेनू उन्हां दी गल ते यकीन भी नहीं आया अज मैं तुहानूं तां पुछिया तुहाडी ते भी नहीं आया मेनू यकीन पुछो क्यों क्यों मेनू लगदा है वी जदों तुसीं पैसे ज्यादा कमाउण लग जांदे तुसीं कंजूस बन जांदे नहीं पुछो क्यों क्यों पुछो मेनू क्यों ਕੰਜੂਸ ਇਸ ਕਰਕੇ ਬਣਦੇ ਆ ਵੀ ਤੁਹਾਨੂੰ ਲੱਖਾਂ ਰੁਪਈਆਂ ਦੇ ਗਾਣੇ ਤੁਹਾਨੂੰ ਮਿਲਦੇ ਨੇ ਗਾਉਣ ਲਈ ਮਿਲਦੇ ਕਿ ਨਹੀਂ ਮਿਲਦੇ 1.5 ਲੱਖ 2 ਲੱਖ ਮਿਲਦਾ ਨਾ ਕਦੀ ਕਦੀ ਮਿਲ ਜਾਂਦੇ ਹਾਂ ਕਦੀ ਕਦੀ ਲੋਟਰੀ ਲੱਗਦੀ ਨਾ ਕੋਈ ਮੇਰੇ ਵਰਗਾ ਅਮੀਰ ਬੰਦਾ ਖਰੀਦ ਲੈਂਦਾ ਅੱਗੋ ਹੈਨਾ ਕਦੀ ਕਦੀ ਹੋ ਜਾਂਦਾ ਤੇ ਫਿਰ ਤੁਹਾਨੂੰ ਮਤਲਬ 2-3 ਹਜ਼ਾਰ ਦੇ ਤੇਲ ਪਿੱਛੇ ਤੁਹਾਨੂੰ ਕਿਉਂ ਮਰਦੇ ਜੇ ਇੰਨਾ ਤੋ ਤੇਲ ਪਿੱਛੇ ਮਰਦੇ ਜੇ ਵੀ ਆਉਣ ਜਾਣ ਪੈਂਦਾ ਤੇਲ ਫੂਕਿਆ ਜਾਂਦਾ ਆਹ ਰੀਜ਼ਨ ਆ ਸਬਜ਼ੀ ਫੜ ਲਿਆ ਮੈਂ ਗਾਣਾ ਲਿਖਦੇ ਪਏ ਮੰਮੀ ਆ ਜਾਓ ਤਵੇ ਸਬਜ਼ੀ ਧਰਨ ਦਾ ਟਾਈਮ ਹੋਇਆ ਸਬਜ਼ੀ ਫੜ ਲਿਆ ਨਾਲ ਹਰੀਆਂ ਮਿਰਚਾਂ ਪਵਾ ਲਿਆ ਕਹਿੰਦਾ ਕਹਿ ਦਿੰਦੇ ਨੇ ਮੈਂ ਕਹਿੰਦਾ ਮੈਂ ਸਟਾਰ ਬਣ ਗਿਆ ਹੁਣ ਮੈਂ ਸਬਜ਼ੀ ਲੈ ਨਹੀਂ ਜਾਣਾ ਤੁਹਾਨੂੰ ਵੀ ਫਿਰ ਇਹੀ ਡਰ ਆ ਤਾਂ ਹੀ ਮੁਹਾਲੀ 'ਚ ਵੜਦੇ ਨੇ ਜਾ ਕੇ ਹਨਾ ਕਹਿ ਸਕਦੇ ਹੋ ਮੈਂ ਤੁਹਾਡੀ ਤਕਲੀਫ ਨੂੰ ਸਮਝ ਸਕਦੀ ਹਾਂ ਕਿਉਂਕਿ ਹੁਣ ਮੈਂ ਇੱਥੇ ਸਟਾਰ ਬਣੀ ਬੈਠੀ ਹਾਂ ਨਾ ਵੇਖੋ ਕਿਤੇ ਉਹ ਕੁੜੀ ਮੇਰੀ ਕਦੀ ਗੁੱਤ ਕਰਦੀ ਆ ਕਦੀ ਮੇਰੇ ਕਰਲ ਪਾਉਂਦੀ ਆ ਕਦੀ ਸਟਰੇਟ ਕਰਦੀ ਆ ਹੈ ਕਦੀ ਵਾਰ ਵਾਰ ਹਵਾ ਦੇ ਨਾਲ ਵਾਲ ਇੱਧਰ ਉੱਧਰ ਹੁੰਦੇ ਨੇ ਠੀਕ ਕਰਦੀ ਆ ਕਿੰਨਾ ਵਧੀਆ ਲੱਗਦਾ ਇੱਥੇ ਸਾਡੇ ਇੱਕ ਅੰਕਲ ਨੇ ਉਹ ਚਾਹ ਲਿਆਉਂਦੇ ਨੇ ਲਾਚੀਆਂ ਨਾਲ ਰਿੰਨ ਰਿੰਨ ਕੇ ਘਰੇ ਜਾਂਦਿਆਂ ਸਾਰੀ ਕੱਪੜੇ ਦਾ ਢਿੱਗ ਲੱਗਾ ਹੋਣਾ ਖਲਾਰਾ ਜਵਾਕਾਂ ਨੇ ਇੱਧਰ ਦੀ ਉੱਧਰ ਸੁੱਟਿਆ ਹੋਣਾ ਉਹਨਾਂ ਕਹਿਣਾ ਮੰਮਾ ਆ ਗਏ ਤੁਸੀਂ ਇੰਜੋਏ ਕਰਕੇ ਹੁਣ ਕੰਮ ਤੇ ਲੱਗ ਜਾਓ ਭਾਂਡੇ ਮਾਂਜਣੇ ਨੇ ਆ ਨੇਲਸ ਲਵਾਏ ਨੇ ਮੈਂ ਇਹ ਜਾਂਦਿਆਂ ਲੱਥ ਜਾਣੇ ਨੇ ਕੀ ਫਾਇਦਾ ਇਹੋ ਜਿਹੀ ਸਟਾਰਗਰੀ ਦਾ ਜਦੋਂ ਘਰੇ ਜਾ ਕੇ ਲੋਕਾਂ ਘਰੇ ਘਰਦਿਆਂ ਨੇ ਪੋਚੇ ਲਵਾਉਣੇ ਆਈ ਡੋਂਟ ਲਾਈਕ ਦਿਸ ਪ੍ਰੋਫੈਸ਼ਨ ਨੋ 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 ਫੀਲਿੰਗ ਚੱਕੀ ਜਾਂਦੀ ਬੰਦੇ ਦੀ ਇੱਕਦਮ ਹੀ ਡਾਇਰੈਕਟਰ ਸਾਹਿਬ ਫੋਨ ਕਰਨਗੇ ਮੈਨੂੰ ਵੋਲਵੋ ਜੱਟੀ ਜੀ ਤਿਆਰ ਹੋ ਜਾਓ ਆਪਣਾ ਅਗਲਾ ਸ਼ੂਟ ਆ ਅਗਲੇ ਮਹੀਨੇ ਵੋਲਵੋ ਜੱਟੀ ਜੀ ਬਹੁਤ ਫੀਲਿੰਗ ਚੱਕਦੇ ਨੇ ਫਿਰ ਇੱਧਰੋਂ ਜਦੋਂ ਡਾਇਰੈਕਟਰ ਸਾਹਿਬ ਦਾ ਕੰਮ ਨਿਕਲ ਜਾਂਦਾ ਉੱਧਰ ਘਰ ਦੇ ਫੋਨ ਕਰਦੇ ਨੇ ਆ ਜਾਓ ਵੋਲਵੋ ਜੱਟੀ ਜੀ ਘਰੇ ਭਾਂਡੇ ਪੈ ਨੇ ਮਾਂਜਣ ਵਾਲੇ ਲਾ ਕੀ ਕਰੇ ਬੰਦਾ ਉਹੀ ਤਾਂ ਜਾਂ ਤਾਂ ਸਟਾਰ ਬਣਾ ਲਓ ਹੁਣ ਤੈਨੂੰ ਜੋਬ ਮਿਲ ਗਿਆ ਨਾ ਫਿਰ ਕੀ ਘਰੇ ਕਿਉਂ ਨਹੀਂ ਰਹਿੰਦਾ ਬੰਦਾ ਤੁਹਾਡਾ ਤਾਂ ਸਰ ਜਾਂਦਾ ਸਾਨੂੰ ਤਾਂ ਵਿਆਹ ਤਾਂ ਕਰਦਿਆਂ ਨੇ ਬੰਦਾ ਵੀ ਨਹੀਂ ਛੱਡਦਾ ਜਵਾਕ ਵੀ ਨਹੀਂ ਛੱਡ ਸਕਦੇ ਐ ਨਹੀਂ ਹੁੰਦਾ ਇਹ ਤੁਹਾਡੇ ਭੁਲੇਖੇ ਹੀ ਆ ਛੱਡ ਸਕਦੇ ਆ ਨਹੀਂ ਕੀ ਛੱਡ ਸਕਦੇ ਬੰਦੇ ਨੂੰ ਨਹੀਂ ਨਹੀਂ ਬੰਦੇ ਨੂੰ ਨਹੀਂ ਛੱਡ ਸਕਦੇ ਜੇ ਮੈਂ ਤੁਹਾਨੂੰ ਛੱਡ ਕੇ ਇੱਥੇ ਆ ਗਈ ਤੇ ਇਹਨੂੰ ਫੜ ਲਿਆ ਜੇ ਇਹ ਦਿੰਦਾ ਜੇ ਪੈਰ ਨੂੰ ਸਲਾਮਾਂ ਟੁੱਟ ਪੈਣੇ ਭੈਣਾਂ ਦੇ ਘਰ ਵਸਾਈ ਦੇ ਨੇ ਓਏ ਮੈਂ ਉਹ ਨਹੀਂ ਗੱਲ ਕਰਦਾ ਅੱਛਾ ਮੈਂ ਕੀਤਾ ਸੀਗਾ ਵੀ ਘਰੇ ਰਹਿ ਕੇ ਮਤਲਬ ਕੰਮ ਨਹੀਂ ਹੁੰਦਾ ਨਹੀਂ ਬਣਦੀ ਵਾਈਬ ਕੰਮ ਦੀ ਜਿਹੜੀ ਹੁੰਦੀ ਆ ਕਹਿੰਦੇ ਹੁੰਦੇ ਘਰ ਬਣਾਉਣ ਵਾਸਤੇ ਘਰ ਛੱਡਣੇ ਪੈਂਦੇ ਸਹੀ ਗੱਲ ਆ ਕਿ ਨਹੀਂ ਮੈਨੂੰ ਇਹ ਮੇਰੇ ਲਈ ਬਣੀ ਇਹ ਗੱਲ ਤੁਸੀਂ ਇੰਗਲੈਂਡ ਕੀ ਕਰਦੇ ਹੋ ਘਰ ਦਾ ਕੰਮ ਦੱਸੀ ਤੇ ਜਾਣੇ ਭਾਂਡੇ ਮਾਂਜਣੇ ਜਾ ਕੇ ਇੱਥੇ ਕਰ ਲੈਂਦੇ ਇੰਨਾ ਪੈਸਾ ਲਾ ਕੇ ਵੀ ਖੇਤ ਕੰਮ ਹੀ ਕਰਨਾ ਸੀ ਇੱਥੇ ਕਰ ਲੈਂਦੇ ਪਤਾ ਕੀ ਆ ਜਿਹੜਾ ਜਿਹੜਾ ਬੰਦਾ ਇੱਥੇ ਰਹਿੰਦਾ ਨਾ ਉਹਦੇ ਕੋਲ ਪੈਸੇ ਮੁੱਕ ਜਾਂਦੇ ਠੀਕ ਆ ਡਾਇਰੈਕਟਰ ਸਾਹਿਬ ਨਾਲ ਮੇਰੀ ਇੱਕ ਬੇਨਤੀ ਆ ਮੈਨੂੰ ਕੱਲ ਵੀ ਮੈਂ ਤੁਹਾਨੂੰ ਇੱਕ ਕੰਪਲੇਂਟ ਲਾਈ ਸੀ ਕਿ ਕੀ ਗੱਲ ਮੈਂ ਘੱਟ ਕੰਮ ਕਰ ਰਹੀ ਹਾਂ ਕੀ ਗੱਲ ਮੇਰੀਆਂ ਅੱਖਾਂ ਦੇ ਵਿੱਚ ਕੋਈ ਧੁੱਪ ਨਹੀਂ ਪੈਂਦੀ ਸਟਾਰਾਂ ਨੂੰ ਤੁਸੀਂ ਐਨਕ ਲਵਾ ਲਵਾ ਕੇ ਲਿਆਉਂਦੇ ਪੈ ਜੇ ਕੀ ਗੱਲ ਮੇਰਾ ਕੋਈ ਮੁੱਲ ਨਹੀਂ ਇੱਥੇ ਮੈਨੂੰ ਕੋਈ ਐਨਕ ਨਹੀਂ ਦਿੰਦਾ ਕੱਲ ਚੰਦਰਾ ਬਰਾੜ ਦੀ ਐਨਕ ਲਵਾਈ ਮੈਂ ਲਾਓ ਇੱਥੇ ਐਨਕ ਤੁਹਾਨੂੰ ਐਨਕ ਦੇ ਵੀ ਦਿੱਤੀ ਨਾ ਜਿਹੜਾ ਤੁਸੀਂ ਇੰਨਾ ਮਸਕਾਰਾ ਲਾਇਆ ਸਾਰਾ ਕੁਝ ਕੀਤਾ ਦਿਖਣਾ ਨਹੀਂ ਫਿਰ ਇਹਨੂੰ ਤਾਂ ਐਵੇਂ ਪਖੰਡ ਕਰਨ ਦੇ ਹੁਣ ਤੁਸੀਂ ਐਨਕ ਵਾਲਾ ਤੇ ਲਈ ਤਾਂ ਲੱਗਦਾ ਵੀ ਬੰਦਾ ਗਰੀਬ ਜਿਹਾ ਲੱਗ ਬੈਠਾ ਮਤਲਬ ਤੁਸੀਂ ਰਿਚ ਲੱਗ ਰਹੇ ਜ਼ਿਆਦਾ ਸਾਡੇ ਤਾਂ ਹੁਣ ਅੱਖਾਂ ਥੱਲੇ ਘੇਰੇ ਪਏ ਤਾਂ ਲਾ ਲਈ ਦੀਆਂ ਹਾਂ ਹੋਰ ਉਹ ਕਾਹਦੇ ਨਾਲ ਬੈ ਕੇ ਗੁੰਮਦੇ ਤਾਂ ਮੂੰਹ ਨਾ
ਇਦਾਂ ਲਿਖੀ ਦਾ ਅੱਖਾਂ ਨਾਲ ਵੇਖ ਕੇ ਨਾ ਥੱਲੇ ਕਾਪੀ ਤੇ। ਅੱਛਾ ਸਰ, ਲਿਖਣ ਤੋਂ ਯਾਦ ਆਇਆ ਮੈਨੂੰ, ਤੇ ਮੈਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਟ੍ਰਿਕ ਯੂਜ਼ ਕਰਦੇ ਹੋ, ਤੁਸੀਂ ਐਡਾ ਲੰਮਾ ਗਾਣਾ ਲਿਖ ਦਿੰਦੇ ਆ? ਟ੍ਰਿਕ ਤਾਂ ਨਹੀਂ ਕੋਈ ਯੂਜ਼ ਕਰੀਦੀ, ਬਸ ਜੋ ਆਈ ਜਾਈਦਾ ਲਿਖੀ ਜਾਈਦਾ। ਐਦਾਂ ਕਿਦਾਂ ਆਈ ਜਾਂਦਾ ਹੁਣ, ਜਿੱਦਾਂ ਤੁਸੀਂ ਕਦੋਂ ਦੇ ਬੋਲਣ ਦੇ ਵੇਖੋ। ਨਹੀਂ ਮੇਰੀ ਤਾਂ ਕੋਈ ਲੱਤ ਬਾਣੀ ਨਾ, ਮੈਂ ਇਧਰੋਂ ਸ਼ੁਰੂ ਕੀਤੀ ਇਧਰੋਂ, ਇਹਨੂੰ ਤਾਂ ਕੋਈ ਟੈਲੈਂਟ ਨਹੀਂ ਕਹਿੰਦੇਗੇ। ਨਹੀਂ ਟੈਲੈਂਟ ਹੀ ਹੁੰਦਾ ਵੀ, ਇੰਨਾ ਚਿਰ ਕੋਈ ਬੋਲ ਨਹੀਂ ਸਕਦਾ। ਚੰਦਰਾ ਬਰਾੜ ਨੂੰ ਸਲਾਹ ਕਰਕੇ ਤਾਂ ਨਹੀਂ ਆਏ, ਉਹ ਵੀ ਇਹੀ ਗੱਲਾਂ ਬੋਲਦਾ ਸੀ? ਨਹੀਂ ਨਹੀਂ, ਮੈਂ ਤਾਂ ਮਿਲਿਆ ਨਹੀਂ ਉਹਨੂੰ ਬਈ ਨੂੰ ਕਦੀ ਅਜੇ ਤੱਕ। ਅਜੇ ਨਹੀਂ ਮਿਲੇ? ਨਹੀਂ ਨਹੀਂ। ਮੈਨੂੰ ਨਾ ਦੱਸੋ ਤੁਸੀਂ ਕਿ ਕਿਦਾਂ ਗਾਣੇ ਲਿਖਦੇ ਆ, ਟ੍ਰਿਕ ਦੱਸੋ। ਕੀ ਪਤਾ ਕੋਈ ਕਿਸੇ ਲਿਖਾਰੀ ਨੂੰ ਕੋਈ ਹੈਲਪ ਮਿਲ ਜੇ ਕਿਸੇ ਨੂੰ ਵੀ, ਹਾਂ ਵੀ ਆ ਮੈਨੂੰ ਇਦਾਂ ਕਰਨਾ ਚਾਹੀਦਾ। ਮੇਰੇ ਹਿਸਾਬ ਨਾਲ ਤੇ ਕਿਤਾਬਾਂ ਪੜ੍ਹੋ, ਵਧੀਆ ਚੀਜ਼ਾਂ ਪੜ੍ਹੋ, ਵਧੀਆ ਚੀਜ਼ਾਂ ਸੁਣੋ, ਉਹਦਾ ਬਹੁਤ ਅਸਰ ਪੈਂਦਾ ਮੇਰੇ ਹਿਸਾਬ ਨਾਲ ਜ਼ਿੰਦਗੀ 'ਚ। ਬਾਕੀ ਕਿਤੇ ਨਾ ਕਿਤੇ ਸੱਚ ਲਿਖੋ, ਉਹ ਆਪੇ ਹੀ ਆਈ ਜਾਂਦਾ ਤੁਹਾਡੇ ਅੰਦਰੋਂ। ਕਿ ਤੁਕਬੰਦੀਆਂ ਨਹੀਂ ਕਰਨੀਆਂ ਪੈਂਦੀਆਂ ਕਿ ਹਾਂ ਚਾਰ ਅੱਖਰ ਇੱਧਰੋਂ ਫੜ ਲਏ, ਚਾਰ ਇੱਧਰੋਂ ਫੜ ਲਏ। ਜਦੋਂ ਤੁਸੀਂ ਲਿਖਣ ਲੱਗ ਜਾਂਦੇ, ਜਦੋਂ ਬੰਦਾ ਆਪਣੇ ਆਪ ਨੂੰ ਲਿਖਣ ਲੱਗ ਜਾਂਦਾ, ਫਿਰ ਉਹਨੂੰ ਨਹੀਂ ਪਤਾ ਲੱਗਦਾ। ਕਈ ਵਾਰ ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਯਾਰ ਆਪ ਹੀ ਲਿਖਿਆ ਹੈ। ਹਾਂ ਅੱਛਾ, ਫਿਰ ਇਹ ਤੋਂ ਪਤਾ, ਹੁਣ ਮੈਨੂੰ ਇਹ ਕੁਐਸਚਨ ਮੈਂ ਤੁਹਾਨੂੰ ਪੁੱਛੂੰਗੀ, ਤੁਸੀਂ ਐਸਾ ਗਾਣਾ ਕਿਹੜਾ ਜਿਹੜਾ ਤੁਸੀਂ ਲਿਖ ਕੇ ਤੁਹਾਨੂੰ ਆਪ ਨੂੰ ਯਕੀਨ ਨਾ ਹੋਵੇ ਮੈਂ ਕੀ ਲਿਖਤਾ? ਉਹ ਵਾਹ ਵਾਹ ਅੰਗਦਾ ਕੀ ਲਿਖਦਾ, ਮਤਲਬ ਏਦਾਂ ਏਦਾਂ ਬਹਿ ਗਏ ਨਾ, ਏਦਾਂ ਏਦਾਂ ਪੈਨ ਵੀ ਇੱਧਰ ਰੱਖਤਾ, ਕਾਪੀ ਵੀ ਇੱਧਰ ਰੱਖਤੀ, ਉਹ ਪਤੰਦਰਾ ਕੀ ਲਿਖਤਾ ਜੀ, ਐਵੇਂ ਨਹੀਂ ਫੀਲਿੰਗ ਆਈ ਕਦੀ? ਤਾਂ ਕਦੀ ਮਾਰਾ ਹੀ ਲਿਆਵੇ ਬਣਾ, ਇਦਾਂ ਦੀ ਕਦੀ ਫੀਲਿੰਗ ਹੈ? ਮਤਲਬ ਇਕੱਲੇ ਵਾਸਤੇ, ਬਾਹਰ ਵਾਸਤੇ ਤੇ, ਮਤਲਬ ਕਿ ਜਲੰਧਰ 2 ਗਾਣਾ ਆ ਮੇਰਾ ਇੱਕ, ਹਾਂ ਉਹ ਆਉਣ ਵਾਲਾ ਆ। ਉਹ ਮੈਨੂੰ ਲੱਗਦਾ ਹੁੰਦਾ ਕਿ ਵੀ ਪਤਾ ਨਹੀਂ ਕਿੱਦਾਂ ਕਹਾਣੀ ਜੀ ਵਾਂਗੂ ਲਿਖਿਆ ਗਿਆ ਗਾਣਾ ਉਹ। ਓਕੇ, ਤੇ ਉਹ ਗਾਣੇ ਦੀ ਵੇਟ ਵੀ ਆ ਸਾਰਿਆਂ ਨੂੰ ਮੇਰੇ ਹਿਸਾਬ ਨਾਲ। ਕੋਈ ਵੀ ਗਾਣਾ ਕਰਾਂ ਉਹਦੇ ਬਹੁਤ ਕਮੈਂਟ ਆਉਂਦੇ ਆ ਕਿ ਉਹ ਗਾਣਾ ਕਰ ਦਿਓ, ਕਿਉਂਕਿ ਸੁਣਿਆ ਸਾਰਿਆਂ ਨੇ ਗਾਣਾ ਤੇ ਰਿਲੀਜ਼ ਨਹੀਂ ਅਜੇ ਕੀਤਾ। ਉਹ ਗਾਣਾ ਮੈਨੂੰ ਐਂ ਲੱਗਦਾ ਕਿ ਜਿੱਦਾਂ ਮੇਰਾ ਆਪਣਾ ਜਿਹਾ ਗਾਣਾ ਹੁੰਦਾ ਨਾ। ਓਕੇ, ਠੀਕ ਠੀਕ, ਮਤਲਬ ਫੀਲਿੰਗਸ ਨਾਲ ਲਿਖਦੇ ਆ ਤੁਸੀਂ। ਇੱਕ ਮਿੰਟ ਦੇ ਆ ਜੇ ਮੈਨੂੰ, ਇਹ ਕੁੜੀਓ ਜਾਗਦੀਆਂ ਤੁਸੀਂ? ਜਾਗਦੀਆਂ ਪਈਆਂ ਨਾ, ਗੱਲ ਵੀ ਸੁਣੋ ਮੁੰਡੇ ਦੀ, ਮੁੰਡੇ ਦੀ ਸ਼ਕਲ ਵੱਲ ਨਾ ਵੇਖੋ, ਇਹ ਪੱਕਾ ਤੁਹਾਡੀ ਸ਼ਕਲ ਵੇਖਣਦੀਆਂ ਨੇ। ਗੱਲ ਇਹਨਾਂ ਦੀ ਕੋਈ ਪਤਾ ਨਹੀਂ, ਪੈਣ ਦੀ ਗੱਲਾਂ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ, ਉਹ ਬਸ ਮੁੰਡਾ ਦੇਖਣ ਆਈਆਂ ਨੇ ਵੀ ਹਾਂ ਵੀ ਅੰਗਦ ਜੀ ਆਏ ਨੇ, ਤੇ ਅਸੀਂ ਉਹਨਾਂ ਨਾਲ ਬਸ ਅਸੀਂ ਗੱਲਾਂ ਬਾਤਾਂ ਕਰਦੇ ਪਏ ਆ, ਤੇ ਉਹ ਦੇਖੀ ਜਾਂਦੀਆਂ ਨੇ। ਗੱਲ ਦਾ ਕੋਈ ਪੱਲੇ ਨਹੀਂ ਇਹਨਾਂ ਨੂੰ, ਇੱਕ ਗੱਲ ਪੁੱਛ ਲਓ ਪਿੱਛੇ ਕੀ ਗੱਲਾਂ ਹੋਈਆਂ, ਕੋਈ ਯਾਦ ਨਹੀਂ ਇਹਨਾਂ ਨੂੰ, ਸ਼ਕਲ ਦੇਖਦੀਆਂ ਨੇ। ਉਦੋਂ ਤੁਸੀਂ ਓਰੀਜਨਲ ਦੇ ਵਿੱਚ, ਤੁਹਾਨੂੰ ਜਦੋਂ ਤੁਸੀਂ ਉਦਾਂ ਜਾਂਦੇ ਆ ਮਾਰਕੀਟ 'ਚ, ਕੁੜੀਆਂ ਮਿਲਦੀਆਂ? ਹਾਂਜੀ ਹਾਂਜੀ ਮਿਲਦੀਆਂ। ਤਾਂ ਫਿਰ ਕੀ ਕਰਦੀਆਂ ਨੇ? ਕੁਛ ਨਹੀਂ, ਬਸ ਫੋਟੋ ਖਿਚਾਉਂਦੀਆਂ ਚੱਲ ਜਾਂਦੀਆਂ। ਨਹੀਂ ਇੱਦਾਂ ਨਹੀਂ ਕਰਦੀਆਂ, ਹਾਏ ਹਾਏ ਇੱਦਾਂ ਨਹੀਂ ਕਰਦੀਆਂ। ਨਹੀਂ ਇੱਦਾਂ ਕਈ ਵਾਰੀ ਉਦੋਂ ਲਾਈਵ ਗਾਈਦਾ ਸ਼ੋ ਸ਼ਾਹ ਤੇ ਉਦੋਂ ਕਰਦੀਆਂ ਹੁੰਦੀਆਂ। ਮਤਲਬ ਮੈਨੂੰ ਤਾਂ ਇੱਦਾਂ ਲੱਗਦਾ ਵੀ ਇਹ ਕਿਤੇ ਵੀ ਸ਼ੁਰੂ ਹੋ ਜਾਂਦੀਆਂ ਨੇ। ਨਹੀਂ ਨਹੀਂ ਐਂ ਨਹੀਂ, ਕਿਤੇ ਨਹੀਂ ਸ਼ੁਰੂ ਹੁੰਦੀਆਂ। ਉਹਨਾਂ ਦਾ ਵੀ ਪਿਆਰ ਆ, ਜੇ ਕਿਨੂੰ ਚਾਹੁੰਦੀਆਂ ਤੇ ਉਹ ਮਤਲਬ ਇਜ਼ਹਾਰ ਕਰ ਦਿੰਦੀਆਂ ਕਿ ਹਾਂ ਤੇਰੇ ਗਾਣੇ ਵਧੀਆ ਲੱਗਦੇ ਸਾਨੂੰ। ਹਾਂ ਹਾਂਜੀ, ਓਕੇ ਠੀਕ ਆ। ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੀ ਸੀ। ਹਾਂਜੀ, ਤੁਹਾਡਾ ਰੀਸੈਂਟ ਸ਼ੋਅ ਹੋਇਆ ਆ? ਹਾਂਜੀ, ਕੰਨਿਆ ਕਾਲਜ ਦੇ ਵਿੱਚ। ਹਾਂਜੀ, ਉਹ ਤੁਸੀਂ ਮੈਨੂੰ ਦੱਸੋ ਵੀ ਤੁਹਾਡੀ ਕਿਹੜੀ ਸਹੇਲੀ ਨੇ ਤੁਹਾਨੂੰ ਉਧਰੋਂ ਪ੍ਰਮੋਸ਼ਨ ਦਿੱਤੀ ਆ ਵੀ ਹਾਂ ਵੀ ਪ੍ਰਿੰਸੀਪਲ ਜੀ ਨਾਲ ਮਿੰਤਾ ਮੁੰਤਾ ਕਰਕੇ ਕਿ ਅੰਗਦ ਜੀ ਨੂੰ ਲੈ ਕੇ ਆਓ ਇੱਥੇ? ਨਹੀਂ ਉਹਨੇ ਤਾਂ ਨਹੀਂ ਕੋਈ ਦਿੱਤੀ, ਅਸਲ 'ਚ ਜਿਹੜੀ ਜਿੰਨਾ ਸੀ ਵੀ ਕੋਈ ਗੱਲਬਾਤ ਆ। ਹਾਂ, ਤੇ ਮੰਮੀ ਜੀ ਸੁਣ ਰਹੇ ਨੇ? ਹਾਂ ਮੰਮੀ ਜੀ ਨੂੰ ਪਤਾ ਆ। ਪਤਾ, ਤੇ ਉਹ ਉੱਥੇ ਹੀ ਕਾਲਜ ਪੜ੍ਹੀ ਸੀਗੀ ਉਹ। ਤੇ ਬਿਜਲੀਆਂ ਗੱਲਾਂ ਨਿਕਲ ਰਹੀਆਂ ਨੇ, ਸੁਣਦੀਆਂ ਰੋ ਰੋਇਓ ਨਾ ਜਨੀ, ਮੈਂ ਸਟੇਜ ਤੇ ਪੁਰਾਣੀ ਗੱਲ ਹੈ, ਨਵੀਂ ਨਹੀਂ ਹੈ। ਨਹੀਂ ਨਹੀਂ, ਮੈਂ ਸਟੇਜ ਤੇ ਵੀ ਉਹ ਗੱਲ ਕੀਤੀ ਸੀਗੀ। ਹਾਂ, ਤੇ ਕਿ ਉਹ ਇੱਥੇ ਹੀ ਪੜ੍ਹ ਕੇ ਗਈ ਆ, ਉਹਦਾ ਮਤਲਬ ਕਦੀ ਕਦੀ ਮੈਸੇਜ ਆ ਜਾਂਦਾ, ਗੱਲ ਹੋ ਜਾਂਦੀ ਆ। ਅੱਛਾ, ਤੇ ਉਹਦਾ ਆਇਆ ਵੀ ਸੀਗਾ ਮੈਸੇਜ, ਕਹਿੰਦੀ ਕਿ ਕਿਸੇ ਹੋਰ ਆਈਡੀ ਤੋਂ ਆਇਆ ਸੀਗਾ, ਨਾ ਹੋਰ ਹੀ ਕੁਛ ਸੀਗਾ। ਇੰਨੀਆਂ ਡੂੰਘੀਆਂ ਗੱਲਾਂ ਕਹਿੰਦੀ ਕਿ ਪਛਾਣਿਆ, ਮਤਲਬ ਕਿ ਮੈਂ ਉਹ ਬੋਲਦੀ ਆ। ਅੱਛਾ, ਮੈਂ ਕਿਹਾ ਪਛਾਣ ਤੇ ਮੈਂ ਲਿਆ, ਪਰ ਮੈਂ ਕਿਹਾ ਮੈਂ ਨਹੀਂ ਉਹ ਬੋਲਦਾ ਹਣਾ, ਤੇ ਮੈਂ ਕਿਹਾ ਮੈਂ ਚੱਲਿਆ ਕਾਲੇ ਤੁਹਾਡੇ ਸ਼ੋਅ ਸੁਣ ਲਿਆ ਜੇ ਨਹੀਂ। ਓ ਮਾਈ ਗੋਡ, ਵਾਟ ਅ ਬੇਸਤੀ ਵਿਚਾਰੀ ਹੈਵੇ, ਲਗਾ ਤੋ ਕਿਆ ਤੂੰ? ਉਹਨੇ ਵੀ ਕਿਹੜੇ ਟਾਈਮ ਕੁਝ ਕਿਹਾ ਸੀਗਾ ਇਦਾਂ ਇਦਾਂ, ਆਨਲਾਈਨ ਬੇਸਤੀ ਕਰੀ ਦਿੰਦੀ? ਪਰ ਆਨਲਾਈਨ ਥੋੜੀ ਕੀਤੀ ਉਹਨੇ, ਆਨਲਾਈਨ ਹੀ ਹੋ ਗਈ ਨਾ ਇੰਸਟਾਗ੍ਰਾਮ ਤੇ। ਨਹੀਂ ਨਹੀਂ ਨਹੀਂ, ਗਲਤ ਗੱਲ ਆ ਤੁਹਾਡੀ ਮੁੰਡਿਆਂ ਦੀ, ਉਦਾਂ ਕੁੜੀਆਂ ਨਾ ਚੁੱਕਦੇ ਦਿਲ ਦੀਆਂ ਹੁੰਦੀਆਂ, ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ? ਕਿੱਦਾਂ ਸਮਝਾਈਏ ਤੁਹਾਨੂੰ? ਮੁੰਡੇ ਕੁੜੀਆਂ ਤੋਂ ਵੀ ਨਾਜ਼ੁਕ ਦਿਲ ਦੇ ਹੁੰਦੇ ਅਸਲ 'ਚ, ਉਹ ਵੇਖਣ ਨੂੰ ਸਟਰੋਂਗ ਲੱਗਦੇ ਆ, ਉਹ ਮੇਰੇ ਹਿਸਾਬ ਨਾਲ ਜ਼ਿਆਦਾ ਨਾਜ਼ੁਕ ਹੁੰਦੇ। ਹਾਂਜੀ, ਉਹ ਤਾਂ ਮੁੰਡਿਆਂ ਨੂੰ ਪਤਾ ਹੋਣਾ, ਸਾਨੂੰ ਤਾਂ ਕੁੜੀਆਂ ਦਾ ਪਤਾ। ਕੁੜੀਆਂ ਦੇਖੋ, ਕੁੜੀਆਂ ਵਿਚਾਰੀਆਂ ਜਿੱਦਾਂ ਨਾਜ਼ਾਂ ਨਾਲ ਪਲੀਆਂ ਹੁੰਦੀਆਂ ਨੇ, ਘਰੇ ਭਰਾ ਵੀ ਪਿਆਰ ਕਰਦੇ ਨੇ, ਪਿਓ ਵੀ ਪਿਆਰ ਕਰਦਾ, ਮਾਂ ਵੀ ਕਰਦੀ ਆ, ਭੈਣਾਂ ਵੀ ਕਰਦੀਆਂ ਨੇ, ਇੰਨਾ ਪਿਆਰ ਇਕੱਠਾ ਹੋ ਜਾਂਦਾ ਉਹਨਾਂ ਨੂੰ, ਇੰਨਾ ਹੋ ਜਾਂਦਾ, ਫਿਰ ਉਹ ਗਾਂ ਉਹ ਸੋਚਦੀਆਂ ਨੇ ਵੀ ਸਾਨੂੰ ਬਸ ਇੱਕੋ ਬੰਦਾ ਪਿਆਰ ਕਰੇ, ਠੀਕ ਹੈ, ਤੇ ਸਾਨੂੰ ਸਾਡਾ ਸਾਰਾ ਜਿਹੜਾ ਪਿਛਲਾ ਜਿਹੜਾ ਲਾਂਭਾ ਹੈ ਜਿਹੜਾ, ਹਨਾ ਸਾਡਾ ਲੱਤ ਜੀ ਵੀ, ਹਾਂ ਵੀ ਸਾਨੂੰ ਇਹ ਮਹਿਸੂਸ ਨਾ ਹੋਵੇ ਕਿ ਅੱਗੇ ਜਾ ਕੇ ਸਾਨੂੰ ਪਿਆਰ ਨਹੀਂ ਮਿਲਿਆ। ਬਿਲਕੁਲ ਬਿਲਕੁਲ, ਹਨਾ, ਤੁਸੀਂ ਇਸ ਬਾਰੇ ਮੈਸੇਜ ਦਿਓ ਜਰਾ। ਨਹੀਂ ਮੁੰਡਾ ਵੀ ਇਹੀ ਚੀਜ਼ ਸੋਚਦਾ ਆ, ਕੁੜੀਆਂ ਜੇ ਸੋਚਦੀਆਂ ਵਾ ਕਿ
ਕਿ ਇਹ ਮੇਰੀ ਆ ਤੇ ਇਹਨੇ ਮੇਰੀ ਰਹਿਣਾ ਠੀਕ ਹੈ। ਪਰ ਜਦੋਂ ਕੋਈ ਉਹਦੇ ਵੱਲੋਂ ਹਰਕਤ ਹੁੰਦੀ ਆ ਤੇ ਫਿਰ ਮੈਂ ਤਾਂ ਕਹਿ ਰਿਹਾ ਕਿ ਮੁੰਡੇ ਜ਼ਿਆਦਾ ਨਾਜ਼ੁਕ ਦਿਲ ਦੇ ਹੁੰਦੇ ਕਿ ਉਹ ਜ਼ਿਆਦਾ ਹਾਰਟ ਹੁੰਦੇ ਫਿਰ ਚੰਗੀਆਂ ਗੱਲਾਂ ਵੀ ਕਰਦੇ ਆ, ਚੰਗੇ ਮੈਸੇਜ ਵੀ ਦਿੰਨੇ ਆ, ਅਸੀਂ ਐਵੇਂ ਨੀ ਬੋਲਦੇ, ਸਮਝਦੇ ਆ ਨਾ ਤੁਸੀਂ। ਚਾਹ ਪਾਣੀ ਪੀਓਗੇ? ਪਿਆ ਦੋ, ਮੈਂ ਬਣ ਰਹੀ ਹੈ ਚਾਹ, ਵੇਟ ਕਰੋ। ਠੀਕ ਹੈ। ਅੱਛਾ, ਜਿਹੜੇ ਤੁਸੀਂ, ਮੈਂ ਫਿਰ ਦੁਬਾਰਾ ਉਹੀ ਟੌਪਿਕ ਤੇ ਆ ਰਹੀ ਹਾਂ, ਬਿਕੋਜ਼ ਉਹ ਮੇਰੇ ਦਿਲ ਦੇ ਵਿੱਚ ਨਾ ਗੱਲ ਘੁੰਮਣ ਦੀ ਹੈ ਦਿਮਾਗ 'ਚ। ਮੈਂ ਬੜੀਆਂ ਰੀਲਾਂ ਵੇਖੀਆਂ ਤੁਹਾਡੀਆਂ, ਕਿਤੇ ਕੁੜੀਆਂ ਮਤਲਬ ਕਿ ਨਾ, ਜਿਹੜਾ ਤੁਸੀਂ ਕੰਨਿਆ ਕਾਲਜ ਨਹੀਂ ਗਏ ਸੀਗੇ? ਕੰਨਿਆ ਕਾਲਜ ਗਏ ਸੀਗੇ, ਉੱਥੇ ਮੈਂ ਦੇਖਿਆ ਵੀ ਜਿਹੜੀਆਂ ਕੁੜੀਆਂ ਹੀ ਸੀਗੀਆਂ, ਓਬਵੀਅਸਲੀ ਕੰਨਿਆ ਕਾਲਜ ਕੁੜੀਆਂ ਹੀ ਹੋਣਗੀਆਂ, ਹਨਾ, ਤੇ ਤੁਸੀਂ ਮਤਲਬ ਪੂਰੀ ਟੌਰ ਸ਼ੋਰ ਕੱਢੀ ਉੱਥੇ। ਹਾਂ, ਕੰਨਿਆ ਕਾਲਜ ਪਹੁੰਚਣ ਤੋਂ ਪਹਿਲਾਂ ਕਮਰੇ ਦੇ ਵਿੱਚ ਜਿਹੜੀਆਂ 10 ਰੀਲਾਂ ਪਾਈਆਂ ਤੁਸੀਂ, ਕੰਨਿਆ ਕਾਲਜ ਵਾਲਿਆਂ ਨੂੰ, ਕੰਨਿਆਵਾਂ ਨੂੰ ਕਿਹਾ ਇਹਨਾਂ ਨੇ, ਕੰਨਿਆਵਾਂ ਜੀ ਮੈਂ ਆ ਰਿਹਾ ਆ ਰਿਹਾ, ਪੂਰਾ ਤਿਆਰ ਸ਼ਿਆਰ। ਨਹੀਂ ਨਹੀਂ, ਹੋਏ ਸੀ ਤਿਆਰ, ਇਹਦੇ ਵਿੱਚ ਕੋਈ ਉਹ ਨਹੀਂ ਹੈ। ਮੁੰਡੇ ਨੇ ਮਤਲਬ, ਮੈਂ ਕਹਿੰਦੀ ਹਾਂ ਕਿ ਕੋਈ ਕੋਈ ਐਸਾ ਗਾਣਾ ਨਹੀਂ ਛੱਡਿਆ ਹੋਣਾ, ਕਦੇ ਇੱਧਰੋਂ ਕੈਮਰਾ ਲਿਆਵੇ, ਵੱਡਾ ਸ਼ੀਸ਼ਾ ਲਵਾਇਆ ਕਮਰੇ 'ਚ, ਹੈ ਨਾ, ਮੈਂ ਵੀ ਲਵਾਉਂਗੀ ਐਵੇਂ ਕਰਕੇ, ਇੱਦਾਂ ਆਵੇ ਕਦੀ ਇੱਧਰੋਂ ਆਵੇ ਅੰਗਦ, ਕਦੀ ਇੱਧਰੋਂ ਆਵੇ, ਮੈਂ ਕਿਹਾ ਲੈ ਮੁੰਡਾ ਚੱਲਿਆ। ਫਿਰ ਉੱਥੇ ਦੀਆਂ ਵੀਡੀਓ ਜਦੋਂ ਮੈਂ ਜਾ ਕੇ ਦੇਖੀਆਂ, ਕਿਤੇ ਕੁੜੀਆਂ ਕਮਲੀਆਂ ਹੋਈਆਂ ਪਈਆਂ ਤੁਹਾਡੇ ਮਗਰ, ਪਹਿਲਾ ਸ਼ੋਅ ਸੀਗਾ ਕਿ ਮੈਂ ਇੰਡੀਵਿਜੁਅਲ ਇਕੱਲੇ ਨਾਲ ਲਾਇਆ, ਨਹੀਂ ਨਰਵਸ ਤਾਂ ਨਹੀਂ ਸੀਗਾ, ਉਹ ਮਹਾਰਾਜ ਦੀ ਕਿਰਪਾ ਰਹੀ ਸ਼ੁਰੂ ਤੋਂ, ਕੁੜੀਆਂ ਸਾਹਮਣੇ ਸਗੋਂ ਬੰਦਾ ਜ਼ਿਆਦਾ ਨਰਵਸ ਹੁੰਦਾ, ਪਰ ਮੈਂ ਚਲੋ ਹੋਇਆ ਨੀ। ਤੇ ਜਦੋਂ ਮਤਲਬ ਗਾਣਾ ਸ਼ੁਰੂ ਕੀਤਾ ਤੇ ਮਤਲਬ ਇਹ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੂੰ ਗਾਣੇ ਰਟੇ ਪਏ ਸੀਗੇ ਮੇਰੇ ਸਾਰੇ ਮਤਲਬ। ਅੱਛਾ, ਤੇ ਫਿਰ ਮਤਲਬ ਬਹੁਤ ਵਧੀਆ ਰਿਹਾ ਉਹ। ਮੈਂ ਕਹਿੰਦੀ ਆ ਕੁੜੀਆਂ ਵੇਂਦੀਆਂ ਹੋਣੀਆਂ ਕੰਨਿਆ ਕਾਲਜ ਵਾਲੀਆਂ ਵੀ, ਵੇਖਣ ਆਉਣਗੀਆਂ ਤੁਹਾਨੂੰ, ਸਰਚ ਮਾਰਦੀਆਂ ਹੋਣੀਆਂ ਗੂਗਲ ਦੇ ਉੱਤੇ, ਇੱਧਰ ਵੀ ਯੂਟਿਊਬ ਤੇ ਵੀ ਅੰਗਦ ਅਲੀਵਾਲ ਕਿਤੇ ਨਾ ਬੈਠਾ ਅੱਜ, ਇੱਥੇ ਬੈਠੀਆਂ ਹੋਣੀਆਂ, ਕਮੈਂਟ ਚ ਪਿਆ ਦੇਣੀ ਜਿਹੜੀਆਂ ਕੰਨਿਆ ਕਾਲਜ ਤੋਂ ਵੇਖ ਕੇ ਆਈਆਂ ਸੀਗੀਆਂ, ਫੋਟੋਆਂ ਲਈਆਂ ਸੀਗੀਆਂ। ਮੈਂ ਕਹਿੰਦੀ ਹਾਂ ਕੁੜੀਆਂ ਇੱਦਾਂ ਪਾਗਲ ਹੋਈਆਂ, ਇੱਦਾਂ ਹੋਈਆਂ ਕਿ ਮਤਲਬ ਇਹਨਾਂ ਨੇ ਘਰੇ ਅੱਜ ਜਾਣਾ ਹੀ ਨਹੀਂ, ਅੱਜ ਅੰਗਦ ਵਾਲੀ ਅਲੀਵਾਲ ਨੂੰ ਇੱਥੇ ਲੰਗਰ ਲੁੰਗਰ ਖਵਾਉਣਾ ਨਾ ਬਿਠਾ ਕੇ, ਇੰਨੀ ਕਰੇਜ਼ੀਨੈਸ, ਜਿੱਦਾਂ ਕੁੜੀਆਂ ਮਤਲਬ ਕਰੇਜ਼ੀ ਹੁੰਦੀਆਂ ਨੇ ਕਿ ਕੁੜੀਆਂ ਭੋਲੀਆਂ ਹੁੰਦੀਆਂ ਨੇ। ਨਹੀਂ, ਕੁੜੀਆਂ ਮੇਰੇ ਹਿਸਾਬ ਨਾਲ ਭੋਲੀਆਂ ਹੁੰਦੀਆਂ ਨੇ, ਭੋਲੀਆਂ ਹੁੰਦੀਆਂ ਨੇ, ਹਨਾ, ਚਾਹ ਵਾਲਾ ਕਰ ਜਾਂਦੀਆਂ ਨੇ, ਹਨਾ, ਹਾਏ ਇਹ ਇੱਦਾਂ ਇੱਦਾਂ ਫਿਰ ਤੁਹਾਨੂੰ ਵੀ ਵਧੀਆ ਫੀਲਿੰਗ ਜੀ ਆਉਂਦੀ ਆ, ਹਨਾ, ਵਧੀਆ ਚੀਜ਼ ਆ ਉਦਾਂ। ਪਰ ਮੈਂ ਜਿਹੜੇ ਜਿੱਦਾਂ ਮੈਂ ਜਦੋਂ ਮਸ਼ਹੂਰ ਹੋਈ ਆ ਨਾ ਹੁਣ, ਤੇ ਮੈਨੂੰ ਮੇਰੀ ਆਡੀਅੰਸ ਅਲੱਗ ਤੋਂ ਆ, ਮੇਰੇ ਭੈਣ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਨੇ, ਸਰਪੰਚ ਅੰਟੀ ਲਿਖ ਜਾਂਦੇ ਨੇ, ਉਹਨਾਂ ਨੂੰ ਮੈਂ ਪਸੂਦ ਕਰ ਲੈਣੀ, ਉਹਦੀ ਕੋਈ ਚੱਕਰ ਨਹੀਂ ਹੈ। ਹਾਂ, ਤੇ ਵਿੱਚੋਂ ਮੈਨੂੰ ਕਈ ਵਾਰ ਇੱਕ ਅੱਧਾ ਬੰਦਾ ਭਾਬੀ ਲਿਖਦਾ ਪਿਆ ਸੀਗਾ, ਭਾਬੀ ਜੀ ਕੀ ਹਾਲ ਆ, ਮੈਂ ਸਰਚ ਕੀਤਾ ਕਿਤੇ ਮੇਰਾ ਦਿਓਰ ਨਾ ਹੋਵੇ, ਦੂਰ ਦਾ ਲਾਗੇ ਦਾ ਦਿਓਰ ਜੇਠ ਨਾ ਹੋਵੇ ਜਿਹੜਾ ਭਾਬੀ ਲਿਖਦਾ ਪਿਆ। ਜਦੋਂ ਮੈਨੂੰ ਖੋਲਿਆ ਨਾ, ਲੋਕਾਂ ਨੂੰ ਪਤਾ ਨਹੀਂ ਕਿਹੜਾ ਸੀਗਾ, ਮੈਂ ਆਪਣੇ ਘਰ ਵਾਲੇ ਨੂੰ ਭੇਜਿਆ, ਮੈਂ ਕਿਹਾ ਤੁਹਾਡਾ ਭਰਾ ਤਾਂ ਨੀ ਕਿਤੇ, ਕਹਿੰਦੇ ਨਹੀਂ ਨਹੀਂ ਮੇਰਾ ਨੀਗਾ, ਵੀ ਤੈਨੂੰ ਨੀ ਪਤਾ ਮੇਰੇ ਭਰਾਵਾਂ ਦਾ। ਮੈਂ ਕਿਹਾ ਨਹੀਂ ਨਹੀਂ ਮਤਲਬ ਕੋਈ ਦੂਰ ਨੇੜੇ ਦਾ, ਕੋਈ ਭੂਆ ਦਾ, ਕੋਈ ਮਾਸੀ ਦਾ, ਕੋਈ ਇੱਦਾਂ ਹੋਵੇ ਜਿਹੜਾ ਮੈਨੂੰ ਨਾ ਮਿਲਿਆ ਹੋਵੇ, ਤੇ ਕਿਤੇ ਮੈਂ ਫੇਮਸ ਹੋ ਗਈ ਤੇ ਮੈਨੂੰ ਲੱਭ ਲਿਆ ਹੋਵੇ ਵੀ ਸਾਡਾ ਮਤਲਬ ਸਾਡੀ ਇਹ। ਤੇ ਮੈਂ ਫਿਰ ਸੋਚਿਆ ਵੀ ਮੈਂ ਇਹਦੇ ਲਈ ਰੀਲ ਬਣਾਉਣੀ ਆ, ਹੁਣ ਮੈਂ ਰੀਲ ਨਹੀਂ ਬਣਾਉਣੀ, ਹੁਣ ਮੈਂ ਇੱਥੇ ਠੰਡ ਪਾਉਣੀ ਉਹਨੂੰ। ਮੇਰੀ ਗੱਲ ਸੁਣ ਵੇ, ਜਿਹੜੇ ਭਾਬੀ ਲਿਖਦੇ ਨੇ ਵੀ ਤੁਸੀਂ ਮੇਰੇ ਪਰਾਹੁਣੇ ਦੇ ਨਾਲ ਬੰਟੇ ਖੇਡਦੇ ਰਹਿ ਜੇ, ਹੈ ਇੱਦਾਂ ਭਾਬੀ ਲਿਖਦੇ ਜੇ ਮੈਨੂੰ, ਜਿਵੇਂ ਤੁਸੀਂ ਤਾਂ, ਮੈਂ ਕਹਿੰਦੀ ਹਾਂ ਵੀ ਤੁਸੀਂ ਤਾਂ ਗਏ ਸੀਗੇ ਵੀ ਗਾਜਿਆਂ ਵਾਜਿਆਂ ਨਾਲ ਵਿਆਹ ਕੇ ਲੈ ਕੇ ਆਏ ਨੇ ਭਰਾ ਦੇ ਵਿਆਹ ਤੇ, ਕਿਤੇ ਨੱਚ ਨੱਚ ਕੇ ਕਿਤੇ ਮੈਂ ਕਹਿੰਦੀ ਨਾਗਿਨ ਡਾਂਸ ਕਰ ਕਰਕੇ ਕਿਤੇ ਤੁਸੀਂ ਲੈ ਕੇ ਆਏ ਜੇ ਮੈਨੂੰ ਉੱਧਰੋਂ, ਇੱਦਾਂ ਭਾਬੀ ਲਿਖਦੇ, ਇੱਧਰ ਰਿਸ਼ਤੇਦਾਰੀਆਂ ਕੱਢਦੇ ਨੇ ਜਿਵੇਂ ਕਿਤੇ ਬਹੁਤ ਬੜਾ ਕਿਤੇ ਦੂਰ ਦਾ ਪਤਾ ਹੁੰਦਾ, ਨੇੜੇ ਦਾ ਪਤਾ ਹੁੰਦਾ, ਇੱਦਾਂ ਨਾਂ ਲਿਖਿਆ ਕਰੋ ਚੰਗਾ ਲੱਗਦਾ। ਭੈਣ ਲਿਖਦੇ ਤੁਹਾਨੂੰ ਕਿਤੇ ਸ਼ਰਮ ਆਉਂਦੀ ਆ, ਹਾਂ ਘਰੇ ਵੀ ਧੀਆਂ ਭੈਣਾਂ ਰੱਖੀਆਂ ਕਿ ਨਹੀਂ ਰੱਖੀਆਂ, ਬਸ ਮੈਂ ਇੰਨਾ ਕੁ ਲਿਖਣਾ ਬੋਲਣਾ ਸੀ, ਸਹੀ ਆ, ਇੰਨੀ ਕੁ ਬਹੁਤ ਆ, ਫਿਰ ਜ਼ਿਆਦਾ ਗੁੱਸਾ ਕਰ ਜਾਂਦੇ, ਠੀਕ ਆ। ਤੇ ਆਪਾਂ ਦੂਜਾ ਇੱਕ ਚੀਜ਼ ਮੈਂ ਹੋਰ ਦੇਖੀ ਤੁਹਾਡੀ, ਮੈਂ ਇੱਕ ਨਾ ਪ੍ਰੋਫਾਈਲ ਦੇਖੀ ਸੀਗੀ, ਉਹਦੇ ਵਿੱਚ ਮੈਨੂੰ ਇੱਕ ਫੋਟੋ ਲੱਭੀ ਹਨੀ ਸਿੰਘ ਦੇ ਨਾਲ, ਉਹ ਕਦੋਂ ਮਿਲੇ ਸੀ? ਉਹ ਆਪਾਂ ਗਏ ਸੀਗੇ ਜਦੋਂ ਧਰਨਾ ਲੱਗਾ ਸੀਗਾ ਦਿੱਲੀ ਬਾਰਡਰ ਤੇ, ਰੀਸੈਂਟ ਦੀ ਫੋਟੋ ਆ, ਹਾਂਜੀ ਹਾਂਜੀ 2 ਸਾਲ ਪਹਿਲਾਂ ਦੀ, ਹਾਂਜੀ ਹਾਂਜੀ। ਅੱਛਾ, ਤੇ ਉਦੋਂ ਆਪਾਂ ਮੁੜ ਕੇ ਉੱਥੋਂ ਵਾਪਸ ਆਈ ਜਾਂਦੇ ਸੀਗੇ ਤੇ ਹਣੀ ਭਾਈ ਦਾ ਮੈਸੇਜ ਆਇਆ ਕਿ ਸਟੂਡੀਓ ਆ ਜਾਓ, ਹੈ ਤੁਹਾਨੂੰ ਮੈਸੇਜ ਕੀਤਾ? ਹਾਂ, ਮੇਰੇ ਨਾਲ ਫਰੈਂਡ ਸੀਗਾ ਉਹਨੂੰ ਆਇਆ ਸੀਗਾ ਤੇ ਮੈਂ ਤਾਂ ਉਹਦੇ ਨਾਲ ਗਿਆ ਸੀ, ਤੇ ਜਦੋਂ ਮੈਂ ਜਾ ਕੇ ਹਨਾ ਮੇਰੇ ਅੰਦਰ ਚਾਅ ਸੀਗਾ ਕਿ ਹਾਂ ਹਣੀ ਸਿੰਘ ਨੂੰ ਮਿਲਣਾ, ਕਿਉਂਕਿ ਛੋਟਿਆਂ ਦਾ ਤਾਂ ਉਹਦੇ ਫੈਨ ਰਹੇ, ਮਿਊਜ਼ਿਕ ਸੁਣਿਆ, ਤੇ ਜਦੋਂ ਗਏ ਤੇ ਮਤਲਬ ਉਸ ਬੰਦੇ ਨੇ ਮੈਨੂੰ ਇਹ ਕਿਹਾ ਕਿ ਮੈਂ ਤੇਰਾ ਜਲੰਧਰ ਗਾਣਾ ਰਿਪੀਟ ਸੁਣਿਆ, ਮਤਲਬ ਮੈਨੂੰ ਉਦੋਂ ਫੀਲਿੰਗ ਆਈ, ਮਤਲਬ ਮੈਂ ਲਿਖ ਕੇ ਵੀ ਪਾਇਆ ਸੀਗਾ ਆਪਣੇ ਇੰਸਟਾ ਤੇ, ਸ਼ਾਇਦ ਜਿਹੜੇ ਮੈਨੂੰ ਪਿਆਰ ਕਰਦੇ ਆ ਫੋਲੋ ਕਰਦੇ ਉਹਨੂੰ ਪਤਾ ਵੀ ਆਈ ਗੱਲ ਕਿ ਮੈਂ ਸਪੈਸ਼ਲ ਲਿਖ ਕੇ ਪਾਇਆ ਸੀਗਾ ਕਿ ਮੈਂ ਕਿਹਾ ਕਿ ਭਾਜੀ ਅੱਜ ਗਾਉਣਾ ਸਫਲ ਹੋ ਗਿਆ।
ਬਿਲਕੁਲ ਕਿ ਮੈਂ ਜਿੱਥੇ ਆਇਆ ਸੀਗਾ ਮੈਨੂੰ ਇਹ ਚਾਹ ਸੀਗਾ ਕਿ ਮੈਂ ਬੰਦੇ ਨਾਲ ਜਾਂ ਫੋਟੋ ਖਿਚਾਉਂਗਾ ਜਾਂ ਚਲੋ ਮਿਲੂੰਗਾ ਹੀ ਵੇਖੂੰਗਾ ਬਹੁਤ ਆ ਤੇ ਪਰ ਜਦੋਂ ਉਸ ਬੰਦੇ ਨੇ ਮਤਲਬ ਕਿ ਮੇਰੇ ਕੰਮ ਦੀ ਤਾਰੀਫ ਕੀਤੀ ਤੇ ਮੈਨੂੰ ਐਂ ਲੱਗਣ ਲੱਗ ਗਿਆ ਕਿ ਉੱਥੇ ਬਹਿਣ ਜੋਗਾ ਹੋ ਗਿਆ ਮੈਂ ਫਿਰ ਉਦਣ ਹੀ ਜਲੰਧਰ 2 ਗਾਣਾ ਉਹਨਾਂ ਨੂੰ ਮੈਂ ਤਾਂ ਹੀ ਸੁਣਾਇਆ ਸੀਗਾ ਤੇ ਉਹ ਅੱਜ ਵੀ ਉਹਨਾਂ ਦੇ ਇੰਸਟਾ ਤੇ ਲਾਈਵ ਜਿਹੜਾ ਤੁਸੀਂ ਸੋਫੇ ਤੇ ਸਾਈਡ ਤੇ ਬੈਠੇ ਉੱਥੇ ਬੈਠੇ ਹੋ ਹਾਂਜੀ 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 ਨੰਗੇ ਪੈਰ ਬੈਠੇ ਹਾਂਜੀ 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 ਉਹਨਾਂ ਦਾ ਸਟੂਡੀਓ ਸੀਗਾ ਅੱਛਾ ਤੇ ਉਦਣ ਭਾਜੀ ਨੇ ਮੇਰੇ ਤੋਂ ਜਦੋਂ ਮੈਂ ਗਾਣਾ ਸੁਣਾਇਆ ਤੇ ਮੈਂ ਕਿਹਾ ਕਿ ਭਾਜੀ ਮੈਂ ਅਜੇ ਮੇਰਾ ਕੋਈ ਪਲਾਨ ਨਹੀਂ ਸੀ ਗਾਣਾ ਕਰਨ ਦਾ ਪਰ ਮਗਰ ਤੁਸੀਂ ਗੱਲ ਹੀ ਏਡੀ ਵੱਡੀ ਅੱਜ ਕਹਿਤੀ ਆ ਕਿ ਹਾਂ ਕਿ ਤੁਸੀਂ ਗਾਣਾ ਰਿਪੀਟ ਤੇ ਸੁਣਿਆ ਇੱਕ ਦੰਦਾ ਨਾ ਸੁਣਿਆ ਸੁਣਿਆ ਇੱਕ ਬੰਦਾ ਕਹੇ ਕਿ ਮੈਂ ਰਿਪੀਟ ਤੇ ਸੁਣਿਆ ਲਾ ਕੇ ਤੇ ਮਤਲਬ ਫਿਰ ਮੈਂ ਕਿਹਾ ਮੈਂ ਤੁਹਾਨੂੰ ਜਲੰਧਰ 2 ਸੁਣਾਉਣਾ ਫਿਰ ਉਹ ਸੁਣਾਇਆ ਉਦਣ ਇੱਕ ਵਾਰ ਤਾਂ ਲਾਈਵ ਕਰਤਾ ਉਹ ਤੋਂ ਬਾਅਦ ਭਾਈ ਨੇ ਮੈਂ ਤੋਂ 4 ਵਾਰ ਗਾਣਾ ਸੁਣਿਆ ਫਿਰ ਬੈਠਿਆ ਮੈਨੂੰ ਸੁਣਾਓ ਮੇਰਾ ਫੇਵਰਟ ਆ ਉਹ ਗਾਣਾ ਇਦਾਂ ਹੈ ਕਿ ਜਿੱਦਾਂ ਸਮਝ ਲਓ ਕਹਾਣੀ ਆ ਕੋਈ ਗਾਣਾ ਨਹੀਂ ਆ ਉਹ ਤਾਂ ਸਾਰਾ ਹੀ ਸੁਣਾਉਂਗਾ ਆਵਾਜ਼ ਬਹੁਤ ਪਿਆਰੀ ਹੈ ਤੁਹਾਡੀ ਉੱਚ ਸੁਣਾਓ ਐਂਡ ਤੱਕ ਹੀ ਸੁਣਾਉਂਗਾ ਉਹ ਗਾਣਾ ਮੈਂ ਸੁਣਾਉਂਦਾ ਕਹਿੰਦਾ ਹਏ ਬਿੰਦੀਆਂ ਸਭ ਚੇਤੇ ਤੇਰੀਆਂ ਚੇਤੇ ਸਾਰੇ ਰੰਗ ਕੁੜੇ ਹਾਲੇ ਵੀ ਸਿਰ ਨੂੰ ਚੜਦੀ ਯਾਦਾਂ ਦੀ ਭੰਗ ਕੁੜੇ ਅੱਜ ਵੀ ਤੈਨੂੰ ਨਾ ਨਹੀਂ ਕਰਨੀ ਜਾਣ ਭਾਵੇਂ ਮੰਗ ਕੁੜੇ ਚੇਤੇ ਤੇਰੇ ਲਫ਼ਜ਼ ਆਖਰੀ ਖਿਆਲਾਂ ਨੂੰ ਰੰਗੇਗਾ ਐਵੇਂ ਨਾ ਅਥਰੂ ਕੇਰੀ ਜਦੋਂ ਜਲੰਧਰ ਲੰਘੇਗਾ ਫਿਰ ਕਹਿੰਦਾ ਹੋ ਮੇਰੇ ਫੁੱਲਾਂ ਵਾਲੀ ਕਮੀਜ਼ ਅਜੇ ਵੀ ਜਾਂਦੀ ਮੈਨੂੰ ਠੱਗੀ ਆ ਕਾਲਰ ਤੇ ਲਾਲ ਜੀ ਸੁਰਖੀ ਸੱਚੀ ਅੱਜ ਵੀ ਲੱਗੀ ਆ ਹੱਸਦੇ ਨੇ ਵੇਖ ਕੇ ਬੀੜੇ ਤੰਗ ਹੋ ਗਏ ਨੇ ਉਹ ਲੀੜੇ ਹੱਸਦੇ ਨੇ ਵੇਖ ਕੇ ਬੀੜੇ ਤੰਗ ਹੋ ਗਏ ਨੇ ਉਹ ਲੀੜੇ ਜਿਹੜੇ ਤੂੰ ਆਖਿਆ ਸੀ ਹਏ ਕਿੱਲੀਆਂ ਤੇ ਨਾ ਟੰਗੇਗਾ ਐਵੇਂ ਨਾ ਅਥਰੂ ਕੇਰੀ ਜਦੋਂ ਜਲੰਧਰ ਲੰਘੇਗਾ ਕਹਿੰਦਾ 98 1 4 41 ਅੱਗੇ ਨਹੀਂ ਦੱਸਣਾ ਮੈਂ 98 1 4 41 ਅੱਗੇ ਨਹੀਂ ਦੱਸਣਾ ਮੈਂ ਅੱਜ ਵੀ ਮੈਨੂੰ ਮਾਰ ਮੁਕਾਉਂਦਾ ਉਹ ਹੈਲੋ ਕਹਿ ਕੇ ਹੱਸਣਾ ਤੈਂ ਅੰਗਦ ਅਲੀ ਵਾਲ ਹੁਣ ਤੇਰਾ ਅੱਜ ਵੀ ਨੰਬਰ ਮਿਲਾਉਂਦਾ ਏ ਅੱਗੋਂ ਕੋਈ ਹਾਲ ਨਹੀਂ ਪੁੱਛਦਾ ਫਿਰ ਵੀ ਹਾਲ ਸੁਣਾਉਂਦਾ ਏ ਕਹਿੰਦੀ ਸੀ ਅਕਲ ਦੇ ਕੱਚਿਆ ਖੋਰੇ ਕਦ ਪੱਕੇਗਾ ਐਵੇਂ ਨਾ ਅਥਰੂ ਕੇਰੀ ਜਦੋਂ ਜਲੰਧਰ ਟੱਪੇਗਾ ਉਹਨੂੰ ਨਾ ਚਾਹ ਬਹੁਤ ਪਸੰਦ ਹੁੰਦੀ ਸੀ ਮੇਰੇ ਹੱਥ ਦੀ ਅੱਛਾ ਉਹਨੂੰ ਉਹਨੂੰ ਤੇ ਕਹਿੰਦਾ ਕਿ ਹੋ ਚਾਹ ਵਿੱਚ ਤੇਰੇ ਨਾਮ ਦੀ ਲਾਚੀ ਨੀ ਇੱਕ ਵੱਧ ਪਾ ਲੈਨਾ ਆ ਚਾਹ ਵਿੱਚ ਤੇਰੇ ਨਾਮ ਦੀ ਲਾਚੀ ਨੀ ਇੱਕ ਵੱਧ ਪਾ ਲੈਨਾ ਆ ਕਮਲ ਹੀਰ ਦਾ ਗਾਣਾ ਜਿਹੜਾ ਸੁਣਦੀ ਸੀ ਗਾ ਲੈਨਾ ਆ ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ ਵਾਹ ਜੀ ਵਾਹ ਅੰਗਦ ਸੱਚੀ ਬਹੁਤ ਵਧੀਆ ਬਹੁਤ ਸੋਹਣਾ ਲਿਖਦਾ ਤੂੰ ਬਹੁਤ ਪਿਆਰੀ ਆਵਾਜ਼ ਆ ਸੱਚੀ ਬਹੁਤ ਪਿਆਰੀ 98 1 44 ਜਿਹੜਾ ਹਨਾ ਮੈਂ ਦੇਖਿਆ ਸੀ ਉਹ ਗਾਣਾ ਸੁਣਿਆ ਸੀ ਮੈਨੂੰ ਪਤਾ ਗੱਲ ਕੀ ਚੇਤੇ ਆਈ ਉਹਦੇ ਤੋਂ ਧਰਨਾ ਨੀ ਲੱਗਾ ਸੀ ਹਾਂਜੀ ਹਾਂਜੀ ਸਾਰੀ ਜਨਤਾ ਆਪਣੇ ਸਾਰੇ ਪੰਜਾਬ ਦੇ ਧਰਨੇ ਤੇ ਬੈਠੇ ਨੇ ਹਾਂਜੀ ਮੈਨੂੰ ਕਹਿੰਦੇ ਵੀ ਮੈਂ ਟਿਕਟੋਕ ਤੇ ਸੀ ਉਦੋਂ ਮੈਨੂੰ ਕਹਿੰਦੇ ਭੈਣ ਮੈਂ ਧਰਨੇ ਦੀਆਂ ਬਹੁਤ ਵੀਡੀਓ ਪਾਉਂਦੀ ਸੀ ਉਦੋਂ ਟਿਕਟੋਕ ਤੇ ਤੇ ਮੈਨੂੰ ਉੱਧਰ ਕਿਹਾ ਕਿ ਭੈਣ ਤੁਸੀਂ ਨਾ ਧਰਨੇ ਦੀਆਂ ਵੀਡੀਓ ਪਾਉਂਦੇ ਆ ਤੁਸੀਂ ਨਾ ਟਿਕਟੋਕ ਨੂੰ ਤਾਂ ਉੱਥੇ ਇੰਡੀਆ ਕੋਈ ਦੇਖਦਾ ਨਹੀਂ ਤੁਸੀਂ ਟਵਿੱਟਰ ਤੇ ਜਾਓ ਟਵਿੱਟਰ ਤੇ ਜਾਓ ਟਵਿੱਟਰ ਤੇ ਜਾਓ ਏਦਾਂ ਮੈਨੂੰ ਕਹਿਣ ਸਾਰੇ ਠੀਕ ਆ ਇੱਥੇ ਕੁਛ ਨਹੀਂ ਪਿਆ ਟਵਿੱਟਰ ਤੇ ਜਾਓ ਮੈਂ ਟਵਿੱਟਰ ਬਣਾਇਆ ਮੈਂ ਹਾਂ ਟਵਿੱਟਰ ਦੇ ਸਾਰੇ ਜਾਣੇ ਧਰਨੇ ਨੂੰ ਸਪੋਰਟ ਕਰਦੇ ਪਏ ਚੱਲ ਅਮਨ ਤੂੰ ਵੀ ਚੱਲ ਉੱਥੇ ਹਨਾ ਮੈਂ ਚੱਲ ਗਈ ਉਦੋਂ ਮੈਂ ਮਤਲਬ ਬੋਲਵੋ ਜੱਟੀ ਸੀਗੀ ਪਰ ਇੰਨੀ ਨਹੀਂ ਸੀਗੀ ਘੱਟ ਸੀਗੀ ਕਿਉਂਕਿ ਜਦੋਂ ਪੰਜਾਬ ਦਾ ਮਾਹੌਲ ਚੱਲਦਾ ਹੋਵੇ ਨਾ ਫਿਰ ਆਪਾਂ ਵੀ ਉਹਨਾਂ ਦਾ ਸਾਥ ਦੇਈਦਾ ਵੀ ਹਾਂ ਵੀ ਪੰਜਾਬ 'ਚ ਕੋਈ ਮੁਸੀਬਤ ਪਈ ਆ ਹਨਾ ਤੇ ਮੈਂ ਚੱਲ ਗਈ ਉਦੋਂ ਟਵਿੱਟਰ ਤੇ ਠੀਕ ਆ ਟਵਿੱਟਰ ਤੇ ਗਈ ਨਾ ਮੈਂ ਤੇ ਉੱਥੇ ਜਾ ਕੇ ਤਾਂ ਸਿਰਫ ਜਿਹੜੇ ਮੇਨ ਮੇਨ ਬੰਦੇ ਨੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿੱਦਾਂ ਜਿਹੜੇ ਜਿੱਦਾਂ ਕ੍ਰਾਂਤੀਕਾਰੀ ਲੋਕ ਹੁੰਦੇ ਨੇ ਜਿਹੜੇ ਉਹ ਮਤਲਬ ਕਿ ਆਪਣਾ ਟਵਿੱਟਰ ਪ੍ਰੋਪਰ ਚਲਾ ਰਹੇ ਨੇ ਯੂਜ਼ ਕਰ ਰਹੇ ਨੇ ਸਿੰਗਰਸ ਵੀ ਚਲਾ ਰਹੇ ਨੇ ਜਿਹੜੇ ਮਤਲਬ ਫੇਮਸ ਲੋਕ ਨੇ ਵੀ ਚਲਾ ਰਹੇ ਨੇ ਵਿੱਚ ਮੈਂ ਵੀ ਚੱਲ ਗਈ ਹਨਾ ਤੇ ਮੈਂ ਨਾ ਇੱਦਾਂ ਚਲਾਈ ਗਈ ਮੈਂ ਜੋ ਆਇਆ ਹੱਥ 'ਚ ਮੈਂ ਛਾਪੀ ਗਈ ਟਵਿੱਟਰ ਦੇ ਉੱਤੇ ਵੀ ਮੈਂ ਸਪੋਰਟ ਕਰਦੀ ਪਈ ਹਾਂ ਤੇ ਨਹੀਂ ਮੈਂ ਉੱਥੇ ਹੁੰਦਾ ਨਾ ਇੱਕ ਆਪਸ਼ਨ ਆ ਰਿਕਮੈਂਡੇਸ਼ਨਸ ਇਦਾਂ ਜੇ ਕੁਛ ਹੁੰਦਾ ਹਨ ਮੈਂ ਖੋਲ ਲਿਆ ਮੈਂ ਕੀ ਪਤਾ ਮੇਰੇ ਕੰਮ ਦਾ ਹੋਵੇ ਵੀ ਮੈਂ ਇੱਥੇ ਧਰਨਾ ਤੇ ਆਈ ਹਾਂ ਤੇ ਮੈਂ ਪੂਰੀ ਫੀਲਿੰਗ ਚੱਕੀ ਸੀ ਮੈਂ ਕਿਹਾ ਰਿਕਮੈਂਡੇਸ਼ਨ ਖੋਲਦੀ ਹਾਂ ਵੀ ਮੇਰੇ ਕੋਈ ਕੰਮ ਦੀ ਚੀਜ਼ ਆਈ ਹੋਣੀ ਹੈ ਕੋਈ ਧਰਨੇ ਨਾਲ ਰਿਲੇਟਡ ਆਈ ਹੋਣੀ ਆ ਜਦੋਂ ਮੈਂ ਖੋਲੀ ਤਾਂ ਕੀ ਆਇਆ ਕੀ ਆ ਸੋਚੋ ਕੀ ਆਇਆ ਹੋਊਗਾ ਐਡਾ ਮੇਰਾ ਜੀ ਸੜਿਆ ਕੋਈ ਹਿਸਾਬ ਨਹੀਂ ਮੈਂ ਉਹਦੀ ਵੀਡੀਓ ਬਣਾਉਣੀ ਸੀ ਉਹ ਆਇਆ
ਵੀ ਕੁੜੀ ਆ ਇਹ ਤੁਹਾਡੇ ਵਾਸਤੇ ਤੁਸੀਂ ਸੁਜੈਸ਼ਨ ਦਿੱਤੀ ਵੀ ਇਹਨੂੰ ਕੁੜੀ ਨੂੰ ਫੋਲੋ ਕਰੋ ਤੁਸੀਂ ਮੈਨੂੰ ਕਹਿੰਦੇ ਨੇ ਹੈ ਇਹ ਸੀ ਮਿਲਾ ਰਿਹਾ ਤੁਹਾਡੇ ਵਾਂਗੂ ਕਿਉਂਕਿ ਕੋਰ ਲੱਗਾ ਸੀਗਾ ਮੈਂ ਪੂਰਾ ਨਾਮ ਛਾਪਿਆ ਸੀ ਆਪਣਾ ਇਹ ਸੀ ਮਿਲਾ ਰਾ ਤੁਸੀਂ ਇਹਨੂੰ ਫੋਲੋ ਕਰੋ ਮੈਂ ਕਿਹਾ ਫੋਲੋ ਇਹ ਨਹੀਂ ਆ ਵੀ ਕਰਦੀ ਕੀ ਆ ਕੀ ਪਤਾ ਧਰਨੇ ਨੂੰ ਸਪੋਰਟ ਕਰਦੀ ਹੋਵੇ ਲਓ ਪਿਣੀ ਨੇ ਪੋਸਟ ਪਤਾ ਕੀ ਪਾਈ 000 ਤੇ ਅੱਗੇ ਆਪੇ ਨੰਬਰ ਲਾਓ ਤੁਸੀਂ ਮਤਲਬ ਅੱਗੇ ਚਾਰ ਨੰਬਰ ਛਾਪੇ ਉਹਨੇ ਤੇ ਚਾਰ ਨੰਬਰ ਨਹੀਂ ਛਾਪੇ ਅੱਗੇ ਇਹਦਾ 0 ਦਾ ਡੈਸ਼ 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 ਪਾ ਕੇ ਗੈਸ ਕਰੋ ਮੇਰਾ ਨੰਬਰ ਜਿਹਦਾ ਨੰਬਰ ਪਹਿਲਾਂ ਛਾਪ ਗਿਆ ਜਿਹੜਾ ਗੈਸ ਕਰ ਗਿਆ ਉਹਨੂੰ ਮੇਰਾ ਫੋਨ ਮੈਨੂੰ ਫੋਨ ਆ ਜਾਣਾ ਉਹਦਾ ਤੇ ਸਾਡੇ ਜਿਹੜੇ ਆ ਇਧਰ ਜਿਹੜੇ ਸ਼ਹਿਜਾਦੇ ਨੇ ਉਹਦੇ ਤਰੀ ਨੰਬਰ ਗੈਸ ਕਰਨ ਦਾ ਸਲ ਬਹਿ ਕੇ ਮੈਂ ਉਹਦੇ ਕ੍ਰਾਂਤੀਕਾਰੀ ਬਣੀ ਧਰਨੇ ਤੇ ਲੱਗੀ ਹੋਈ ਇਦਾਂ ਮਾਰਗ ਤੋਂ ਫੀਲਿੰਗ ਚੁੱਕੀ ਹੋਈ ਹੈ ਯੂਕੇ ਦੇ ਵਿੱਚ ਬਹਿ ਕੇ ਤੇ ਇਹ ਲਓ ਪਿਣੀਆਂ ਡੈਡੀ ਮੰਮੀ ਤੇ ਦਾਦਾ ਦਾਦੀ ਸਾਰੇ ਉਧਰ ਧਰਨੇ ਤੇ ਬੈਠੇ ਨੇ ਹਾਂ ਤੇ ਇਹ ਲਓ ਪਿਣੀਆਂ ਕਰੇ ਨੰਬਰ ਦੇ ਦਿੰਦੀਆਂ ਨੇ ਉਹ ਵੀ ਟਵਿੱਟਰ ਦੇ ਦੂਜੀ ਰਿਕਮੈਂਡੇਸ਼ਨ ਕੀ ਆਈ ਹੈ ਮੈਨੂੰ ਵੀ ਇਹਨੂੰ ਫੋਲੋ ਕਰੋ ਉਹਨੂੰ ਮੈਂ ਖੋਲਿਆ ਉਹਦੀ ਉਹਨੇ ਕੀ ਪੋਸਟ ਪਾਈ ਉਹਨੇ ਪੋਸਟ ਪਾਈ ਕਿੰਨਾ ਕਿੰਨਾ ਕਰੇ ਬੱਤੀ ਨਹੀਂ ਆਉਂਦੀ ਪਈ ਦੱਸੋ ਕਮੈਂਟ ਚ ਪੋ ਕਿੰਨਾ ਕਿੰਨਾ ਕਰੇ ਬੱਤੀ ਨਹੀਂ ਆਉਂਦੀ ਸਾਡਾ ਟਰਾਂਸਫਾਰਮ ਸੜਿਆ ਲਾ ਮੈਂ ਕਹਿੰਦੀ ਆ ਟਰਾਂਸਫਾਰਮ ਕਰਨ ਵਾਸਤੇ ਨਾ ਸੈੱਟ ਕਰਨ ਵਾਸਤੇ ਉਹਦਾ ਕੁੜੀ ਦਾ ਨਾ ਉਹਦੀ ਫੋਟੋ ਲੱਗੀ ਆ ਇੰਜ ਆ ਉਹਦੀ ਫੋਟੋ ਇੰਜ ਇੰਜ ਹੁਣ ਇਦਾਂ ਆ ਫੋਟੋ ਕੌਣ ਆ ਕੀ ਪਤਾ ਲੱਗਦਾ ਐਡਾ ਕੌਨਫੀਡੈਂਸ ਚੱਕਦੇ ਨੇ ਕੁੜੀ ਨੇ ਜੇ ਮੂਰਾ ਪੂਰਾ ਮੂੰਹ ਨਹੀਂ ਦਿਖਾਇਆ ਉਹ ਲੈ ਕੇ ਆਪਣਾ ਪਲਾਸ ਵਾਲਾ ਟੈਚੀ ਉਹਦਾ ਟਰਾਂਸਫਾਰਮ ਠੀਕ ਕਰਨ ਗਏ ਨੇ ਕਮੈਂਟਾਂ ਚ ਦੱਸੋ ਮੈਨੂੰ ਕੀ ਲਾਜ ਆ ਸਾਡਾ ਯੂਥ ਹੈ ਇਧਰ ਟਵਿੱਟਰਾਂ ਦੇ ਉੱਤੇ ਸਾਨੂੰ ਕਹਿੰਦੇ ਨੇ ਪ੍ਰਦੇਸ਼ਾਂ 'ਚ ਬੈਠਿਆਂ ਨੂੰ ਵੀ ਤੁਸੀਂ ਪੰਜਾਬ ਦੇ ਉੱਤੇ ਮੁਸੀਬਤ ਆਈ ਆ ਤੁਸੀਂ ਪ੍ਰਦੇਸ਼ਾਂ ਦੇ ਵਿੱਚੋਂ ਬਸ ਆਨਲਾਈਨ ਸਪੋਰਟ ਕਰੀ ਚੱਲੋ ਅਸੀਂ ਸੀਰੀਅਸ ਲੈਨੇ ਉਸ ਗੱਲ ਨੂੰ ਸਾਡਾ ਪੰਜਾਬ ਆ ਸਾਡੀ ਮਿੱਟੀ ਆ ਤੇ ਜਿਹੜੇ ਮਿੱਟੀ 'ਚ ਬੈਠੇ ਨੇ ਉਹ ਇੱਥੇ ਗੇਮਾਂ ਖੇਡਣ ਦੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਚਲੋ ਹਾਂਜੀ ਤੁਸੀਂ ਗੱਲ ਕੀਤੀ ਚਲੋ ਇਹ 'ਚ ਥੋੜੀ ਸੀਰੀਅਸ ਗੱਲ ਵੀ ਨਿਕਲਦੀ ਆ ਹਾਂਜੀ ਕਿਸੇ ਨੇ ਨਾ ਬੜਾ ਸੋਹਣਾ ਕਿਹਾ ਸੀਗਾ ਆਪਾਂ ਹਾਸੇ ਮਜ਼ਾਕ 'ਚ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਪਾਤਾ ਕਿ ਅਸੀਂ ਅਸਲੀ ਮਤਲਬ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿਸੇ ਨੇ ਬੜਾ ਸੋਹਣਾ ਕਿਹਾ ਸੀਗਾ ਕਿ ਜਦੋਂ ਤੁਸੀਂ ਕੋਈ ਆਵਾਮ ਖਤਮ ਕਰਨੀ ਹੈ ਕੋਈ ਯੂਥ ਖਤਮ ਕਰਨਾ ਨਾ ਤੇ ਉਹ ਤੁਹਾਨੂੰ ਤੋਪਾਂ ਬੰਦੂਕਾਂ ਦੀ ਲੋੜ ਨਹੀਂ ਤੁਸੀਂ ਉਹਨਾਂ ਦੀ ਐਜੂਕੇਸ਼ਨ ਤੇ ਹਮਲਾ ਕਰੋ ਠੀਕ ਆ ਉਹ ਆਪੇ ਆਉਣ ਵਾਲੇ 15 20 ਸਾਲਾਂ 'ਚ ਖਤਮ ਹੋ ਜਾਣਗੇ ਠੀਕ ਆ ਆਪਾਂ ਕੀ ਕੀਤਾ ਆਪਣੇ ਜਵਾਕਾਂ ਦੇ ਹੱਥਾਂ 'ਚੋਂ ਕਿਤਾਬਾਂ ਖੋਲੀਆਂ ਫੋਨ ਦੇ ਉੱਤੇ ਕਿਤੇ ਨਾ ਕਿਤੇ ਆਪਾਂ ਜ਼ਿੰਮੇਵਾਰ ਆ ਅਸੀਂ ਅੱਜ ਭਾਵੇਂ ਗੱਲਾਂ ਕਰ ਰਹੇ ਜੋ ਮਰਜ਼ੀ ਆ ਅੱਜ ਸਾਡਾ ਜਵਾਕ ਰੋਂਦਾ ਘਰੇ ਤੇ ਆਪਾਂ ਉਹਨੂੰ ਚੁੱਪ ਕਰਾਉਣ ਦੀ ਬਜਾਏ ਫੋਨ ਫੜਾ ਦਿੰਦੇ ਆ ਉਹਨੂੰ ਕੋਈ ਆਰੇ ਲਾਉਣ ਦੀ ਬਜਾਏ ਕਿ ਹਾਂ ਫੜ ਫੋਨ ਤਾਂ ਤੂੰ ਚੁੱਪ ਕਰ ਜਾ ਬਸ ਉਹੀ ਸੀਨ ਹੋਇਆ ਕਿ ਆਪਾਂ ਨਾ ਤੇ ਆਪਣਾ ਇਤਿਹਾਸ ਪੜ੍ਹਦੇ ਆ ਨਾ ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਉਹੋ ਜਿਹੀਆਂ ਗੱਲਾਂ ਕਰਦੇ ਆ ਸਾਡਾ ਇਤਿਹਾਸ ਐਡਾ ਤਕੜਾ ਆ ਸਾਡੇ ਘਰਦਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਕਿ ਕੀ ਹੋਇਆ ਸੀ ਆਪਾਂ ਗਾਂਹ ਕਿੱਦਾਂ ਪਤਾ ਲੱਗੂਗਾ ਉਹਨਾਂ ਦੇ ਪੈਂਦੇ ਹੀ ਮਨ 'ਚ ਇਹ ਪਾ ਦਿੰਦੇ ਆ ਕਿ ਬਈ ਕੁਛ ਬਣੇ ਨਾ ਬਣੇ ਤੁਹਾਡਾ ਤੁਸੀਂ ਪਲੱਸ 2 ਤੋਂ ਬਾਅਦ ਤੁਹਾਡੇ ਕੋਲ ਆਪਸ਼ਨ ਹੈਗੀ ਆ ਕਿ ਤੁਸੀਂ ਬਾਹਰ ਜਾ ਸਕਦੇ ਹੋ ਪਰ ਵੀਰੇ ਮੈਂ ਸਮਝਦੀ ਆ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਗਵਰਨਮੈਂਟ ਨੇ ਸ਼ੁਰੂ ਤੋਂ ਲੈ ਕੇ ਮੈਂ ਹੁਣ ਦੀ ਗਵਰਨਮੈਂਟ ਦੀ ਮੈਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੀ ਪਰ ਮੈਂ ਇਹ ਕਿਤੇ ਨਾ ਕਿਤੇ ਸੋਚਦੀ ਆ ਵੀ ਇਹ ਸ਼ੁਰੂ ਤੋਂ ਲੈ ਕੇ ਜੇ ਹੌਲੀ 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 ਕਹਿੰਦੇ ਨੇ ਨਾ ਇੱਕ ਘਰ ਇੱਕ ਜਨਾਨੀ ਆ ਉਹਨੂੰ ਕਿਸੇ ਗਰੀਬ ਘਰ ਦੇ ਵਿੱਚ ਵਿਆਹ ਦਿੱਤਾ ਜਾਂਦਾ ਜੇ ਉਹ ਸਿਆਣੀ ਹੋਵੇ ਨਾ ਤੇ ਉਸ ਘਰ ਨੂੰ ਖੂਬਸੂਰਤ ਮਹਿਲ ਬਣਾ ਸਕਦੀ ਆ ਆਪਣੀ ਸਿਆਣਪ ਦੇ ਨਾਲ ਠੀਕ ਆ ਤੇ ਜੇ ਕੋਈ ਮਤਲਬ ਕਿ ਸਿਆਣਾ ਨਹੀਂ ਹੈਗਾ ਤੇ ਉਹ ਮਹਿਲ ਨੂੰ ਵੀ ਕੋਠਾ ਬਣਾ ਦਿੰਦਾ ਠੀਕ ਆ ਵੀ ਹਾਂ ਵੀ ਕੱਚਾ ਘਰ ਕੱਚੇ ਘਰ ਦੇ ਹਾਲਾਤਾਂ ਤੇ ਲਿਆ ਦਿੰਦਾ ਆ ਤੇ ਮੈਂ ਸੋਚਦੀ ਆ ਵੀ ਜਿਹੜੀ ਸਾਡੀਆਂ ਸਰਕਾਰਾਂ ਨੇ ਨਾ ਉਹਨਾਂ ਨੇ ਸ਼ੁਰੂ ਤੋਂ ਥੋੜੀ 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 ਕੀਤੀ ਹੁੰਦੀ ਨਾ ਤੇ ਸ਼ਾਇਦ ਅੱਜ ਸਾਡਾ ਪੰਜਾਬ ਜਿਹੜਾ ਆ ਉਹਨਾਂ ਨੂੰ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਨਾ ਜਾਣਾ ਪੈਂਦਾ ਮੈਂ ਕਿਸੇ ਨੂੰ ਨਹੀਂ ਕਹਿੰਦੀ ਬਾਹਰ ਜਾਓ ਨਾ ਜਾਓ ਮੈਂ ਕਹਿੰਦੀ ਹਾਂ ਕਿ ਹਰ ਕੋਈ ਆਪਣੀਆਂ ਸੁੱਖ ਸੁਵਿਧਾਵਾਂ ਵਾਸਤੇ ਚੰਗੇ ਫਿਊਚਰ ਵਾਸਤੇ ਆ ਨਸ਼ੇ ਤੋਂ ਬਚ ਕੇ ਬਚਾਉਣ ਲਈ ਮਾਵਾਂ ਬੱਚਿਆਂ ਨੂੰ ਅੱਖੋਂ ਪਰੋਖੇ ਕਰਦੀਆਂ ਨੇ ਉਹਨਾਂ ਦੇ ਗੁੱਡ ਫਿਊਚਰ ਲਈ ਜੇ ਸਾਡਾ ਗੁੱਡ ਫਿਊਚਰ ਇੱਥੇ ਦਿਖਦਾ ਹੋਵੇ ਤੇ ਕਿਸੇ ਨੂੰ ਜ਼ਰੂਰਤ ਨਹੀਂ ਜਾਣ ਦੀ ਸਰਕਾਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਰਕਾਰਾਂ ਇਦਾਂ ਕਰਦੀਆਂ ਸਰਕਾਰਾਂ ਬਣਾਉਂਦਾ ਕੌਣ ਹੈ ਅਸੀਂ ਬਣਾਉਂਦੇ ਬਣਾਉਂਦੇ ਸਰਕਾਰਾਂ ਇਦਾਂ ਆ ਕਿ ਸਰਕਾਰਾਂ ਲੀਡਰ ਨੇ ਜਿਹੜੇ ਨਾ ਇਹ ਨਿੰਬੂ ਨੇ ਤੇ ਨਿੰਬੂ ਤੁਸੀਂ ਕੋਈ ਵੀ ਚੱਕ ਲਓ ਖੱਟਾ ਹੀ ਨਿਕਲਣਾ ਜਿੰਨਾ ਮਰਜ਼ੀ ਚੁਣ ਕੇ ਲੱਭ ਲਓ ਉਹ ਖੱਟਾ ਹੀ ਨਿਕਲੂਗਾ ਠੀਕ ਹੈ ਗੱਲ ਇਹ ਨਹੀਂ ਗੱਲ ਸਾਡੀਆਂ ਵੀ ਕਈ ਜ਼ਿੰਮੇਵਾਰੀਆਂ ਨੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਤਾਂ ਸਕਦੇ ਹਾਂ ਐਜੂਕੇਸ਼ਨ ਤਾਂ ਦੇ ਸਕਦੇ ਹਾਂ ਨਾ ਅਸੀਂ ਆਹ ਇੱਕ ਤਾਂ ਨਾ ਬਲੇਮ ਸਾਡੇ ਮੜ ਦਿੰਦੇ ਆ ਸਾਡੇ ਇੱਕ ਸਲੋਗਨ ਬਣਾ ਦਿੰਦੇ ਆ ਸਾਡੇ ਦਿਮਾਗ 'ਚ ਬਹਿ ਜਾਂਦਾ ਸਰਕਾਰਾਂ ਨੇ ਆਹ ਕਰਤਾ ਸਰਕਾਰਾਂ ਨੇ ਆਹ ਕਰਤਾ ਕੀ ਅਸੀਂ ਕੀ ਕਰਤਾ ਆਪਣੇ ਬੱਚਿਆਂ ਲਈ ਪਰ ਵੀਰੇ ਕਿਤੇ ਨਾ ਕਿਤੇ ਮੈਂ ਬੈਲੈਂਸ ਲੈ ਕੇ ਚੱਲਦੀ ਹਾਂ ਚੀਜ਼ਾਂ ਨੂੰ ਕਿ ਇੱਕ ਬੰਦੇ ਨੂੰ ਆਪਾਂ ਜ਼ਿੰਮੇਵਾਰ ਠਹਿਰਾਈ ਜਾਈਏ ਉਹਦੇ ਵਿੱਚ ਗਲਤੀ ਕਿਤੇ ਨਾ ਕਿਤੇ ਤੁਹਾਡੇ ਨਾਲ ਮੈਂ ਸਹਿਮਤ ਆਪਣੀ ਵੀ ਹੈਗੀ ਆ ਸਰਕਾਰਾਂ ਦੀ ਵੀ ਹੈਗੀ ਸਿਸਟਮ ਦੀ ਵੀ ਹੈਗੀ ਆ ਬਟ ਐਨੀਵੇਜ਼ ਅਸੀਂ ਇੱਥੇ ਸਰਕਾਰੀ ਸ਼ੋਅ ਨਹੀਂ ਲਾਇਆ ਹੋਇਆ ਸਾਡਾ ਆਪਣਾ ਸ਼ੋਅ ਆ ਇੱਕ ਤੇ ਇਹਦੇ ਮੁੱਦੇ ਤੇ ਅਸੀਂ ਜ਼ਿਆਦਾ ਨਹੀਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸੀਰੀਅਸ ਟੌਪਿਕ ਜਿਹੜੇ ਨੇ ਫਿਰ ਉਹ ਦਿਲ ਦਾ ਜਿਹੜਾ ਦਰਦ ਬਾਹਰ ਆ ਜਾਂਦਾ ਹੈ ਆਟੋਮੈਟਿਕਲੀ ਨਿਕਲ ਆਉਂਦਾ ਕਿਉਂਕਿ ਸਾਡੇ ਪੰਜਾਬ ਦੇ ਅਸੀਂ ਸਾਡੀ ਇਸ ਮਿੱਟੀ ਤੋਂ ਅਸੀਂ ਵੱਡੇ ਹੋਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਟੌਪਿਕ ਤੇ ਆਪਾਂ ਜ਼ਿਆਦਾ ਡਰੈਗ ਕਰੀਏ ਆਪਾਂ ਵੱਧਦੇ ਆ ਅਗਲੀਆਂ ਗੱਲਾਂ ਵੱਲ ਹੁਣ ਤੁਸੀਂ ਦੱਸ
ਦੱਸੋ ਕਿ ਫ੍ਰੀ ਦਾ ਫੂਡ ਖਾਣੇ ਆ ਜਾਂ ਆਪਣਾ ਖਾਣੇ ਆ ਬਿਕੋਜ਼ ਆਈ ਲਵ ਫ੍ਰੀ ਫੂਡ ਨਹੀਂ ਆਪਣੇ ਖਾਈਦਾ ਆਪਣਾ ਖਾਣੇ ਤੁਸੀਂ ਆਪੇ ਪਕਾ ਲੈਣੇ ਰੋਟੀ ਰੋਟੀ ਹਾਂਜੀ ਹਾਂਜੀ ਨਹੀਂ ਉਹ ਤਾਂ ਕੁੱਕਰ ਰੱਖਿਆ ਆਹ ਇਦਾਂ ਦੱਸੋ ਨਾ ਫਿਰ ਗੱਲ ਤਾਂ ਪਕਾਉਣ ਦੀ ਆ ਮੈਨੂੰ ਫ੍ਰੀ ਫੂਡ ਕਿਉਂ ਪਸੰਦ ਆ ਕਿਉਂਕਿ ਆਪ ਲਾਉਣੀਆਂ ਪੈਂਦੀਆਂ ਹਰ ਚੀਜ਼ ਦੇ ਪਿੱਛੇ ਦੁੱਖ ਛੁਪਿਆ ਹੋਇਆ ਵੀਰੇ ਬਿਲਕੁਲ ਬਿਲਕੁਲ ਹਰ ਹਰ ਚੀਜ਼ ਇੱਕ ਬਾਬਾ ਬੇਲੀ ਜੀ ਨੇ ਕੱਲ ਗੱਲ ਕਹੀ ਸੀਗੀ ਕੋਈ ਵੀ ਚੀਜ਼ ਤੁਹਾਡੀ ਲਾਈਫ ਦੇ ਵਿੱਚ ਹੁੰਦੀ ਉਹਦਾ ਕਾਰਨ ਹੁੰਦਾ ਉਹਦਾ ਕੋਈ ਕਾਰਨ ਹੁੰਦਾ ਉਹ ਐਵੇਂ ਨਹੀਂ ਹੁੰਦੀ ਜੇ ਮੈਨੂੰ ਫ੍ਰੀ ਫੂਡ ਪਸੰਦ ਹੈ ਤਾਂ ਉਹ ਕਾਰਨ ਹੈ ਦੇ ਪਿੱਛੇ ਬਹੁਤ ਵੱਡਾ ਕਿੰਨਾ ਖਰਾਬ ਹੁੰਦੇ ਨੇ ਆਟਾ ਗੁੰਨਣਾ ਪੈਂਦਾ ਬਿਲਕੁਲ ਲੰਗਰ ਲਾਉਣਾ ਪੈਂਦਾ ਗਾਣੇ ਤਾਂ ਤੁਹਾਡੇ ਹੀ ਸਾਰੇ ਸੁਣਦੇ ਰਹੀਦਾ ਫਿਰ ਕੁੜੀਆਂ ਦੀ ਗੱਲ ਆ ਜਾਣੀ ਹੈ ਗੰਦੇ ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਗਾਣੇ ਕਿਉਂ ਨਹੀਂ ਕੱਢਦੇ ਮੈਂ ਮੁੰਡਿਆਂ ਵਾਸਤੇ ਮੈਂ ਈਪੀ ਕੀਤੀ ਆ ਪੂਰੀ ਉਹ ਸਾਰੇ ਗਾਣੇ ਚਾਰੇ ਗਾਣੇ ਮੁੰਡਿਆਂ ਵਾਸਤੇ ਆ ਕਿਹੜੇ ਕਿਹੜੇ ਮੁੰਡਿਆਂ ਵਾਸਤੇ ਉਹ ਚ ਫਿੱਕੀਆਂ ਫਿੱਕੀਆਂ ਯਾਰੀਆਂ ਓ ਤੇ ਮੈਂ ਗੱਲ ਕਰਨੀ ਸੀਗੀ ਕਿਤੇ ਇੰਨਾ ਸ਼ਰੀਕਾ ਮਚਾਇਆ ਮੈਂ ਗਾਣਾ ਚਲਾ ਕੇ ਫਿੱਕੀਆਂ ਫਿੱਕੀਆਂ ਜਾ ਰਹੀਆਂ ਮੈਂ ਕਿਹਨੀ ਇੰਨਾ ਸ਼ਰੀਕਾ ਮੱਚਿਆ ਕੋ ਹਿਸਾਬ ਨਹੀਂ ਆ ਮੈਂ ਗਾਣਾ ਦੇ ਤਰੇ ਦੀ ਲਾ ਲਾ ਕੇ ਤੁਹਾਨੂੰ ਮੈਂ ਸ਼ਾਇਦ ਮੈਂ ਪੋਸਟ ਵੀ ਪਾਈ ਵੀ ਟੈਗ ਕੀਤਾ ਸੀ ਨਾ ਫਿੱਕ ਮੈਂ ਇਦਾਂ ਵੀ ਕਿਹਾ ਸੀਗਾ ਉਹ ਵਾਲਾ ਫਿੱਕੀਆਂ ਫਿੱਕੀਆਂ ਜਾ ਰਹੀਆਂ ਸੁਣਾਇਆ ਮਾੜਾ ਜਿਹਾ ਮੂੰਹ ਤੇ ਕਿੰਨੇ ਮਿੱਠੇ ਮਿੱਠੇ ਅੰਦਰੋਂ ਨੀਤਾਂ ਮਾੜੀਆਂ ਫਿੱਕੀਆਂ ਫਿੱਕੀਆਂ ਯਾਰੀਆਂ ਇੱਥੇ ਫਿੱਕੀਆਂ ਫਿੱਕੀਆਂ ਯਾਰੀਆਂ ਉਹ ਜੇਬ ਵਿੱਚ ਪੈਸਾ ਆ ਤੇ ਮੇਰਾ ਵੀਰ ਤੂੰ ਚੱਲ ਸਾਲਾ ਵੀਰ ਦਾ ਪੈਸੇ ਦਾ ਪੀਰ ਤੂੰ ਡਾਊਨ ਫੌਲੇ ਆਇਆ ਜਦੋਂ ਉਦੋਂ ਕਿੱਥੇ ਸੀ ਮੇਰਾ ਪਿਓ ਸੀ ਖਲੋਤਾ ਨਾਲ ਜਿਵੇਂ ਜਿੱਥੇ ਸੀ ਉਹ ਗੇਨ ਕੀਤਾ ਫੇਮ ਮੇਰਾ ਚੇਤਾ ਆ ਗਿਆ ਸੁਣਾਉਂਦਾ ਸੀ ਮੈਂ ਗਾਣੇ ਕਹਿੰਦੇ ਸਿਰ ਖਾ ਗਿਆ ਉਹੀ ਗਾਣੇ ਹੁਣ ਕਾਤੋਂ ਚੰਗੇ ਲੱਗਦੇ ਮੈਂ ਸੁਣਿਆ ਗੱਡੀ ਤੇਰੀ ਚ ਰਹਿੰਦੇ ਵੱਜਦੇ ਚੇਤੇ ਮੈਨੂੰ ਗੱਲਾਂ ਨੇ ਉਹ ਸਾਰੀਆਂ ਫਿੱਕੀਆਂ ਫਿੱਕੀਆਂ ਯਾਰੀਆਂ ਇੱਥੇ ਫਿੱਕੀਆਂ ਫਿੱਕੀਆਂ ਯਾਰੀਆਂ ਰਿਐਲਿਟੀ ਆ ਕਿਸ ਨਾਲ ਲੱਗਦੀ ਲੁਗਦੀ ਤੇ ਨਹੀਂ ਆਦੀ ਕਿਸ ਨਾਲ ਲੱਗਣੀ ਨਹੀਂ ਪਤਾ ਕੀ ਆ ਚੰਗੀ ਗੱਲ ਆ ਕਿਤੇ ਕਿਤੇ ਆਪਾਂ ਨੂੰ ਜ਼ਿੰਦਗੀ 'ਚ ਲੋਕ ਮਿਲਦੇ ਵੀ ਐਵੇਂ ਦੇ ਕਿਤੇ ਕਿਤੇ ਮੈਂ ਕਹਿੰਦੀ ਕਿ ਹਰ ਥਾਂ ਲੜਾਈ ਨਹੀਂ ਕੋਈ ਵੇ ਹੁੰਦਾ ਕਿਸੇ ਨੂੰ ਕੋਈ ਗੱਲ ਕਹਿਣ ਦਾ ਜਿੱਦਾਂ ਮੈਰਿਜ ਨਾਲ ਥਾਣੀ ਕਹਿ ਦਿੰਦੀ ਤੁਸੀਂ ਗਾਣਾ ਥਾਣੀ ਕਹਿ ਦਿੰਦੇ ਜੇ ਸਿੱਧੀਆਂ ਗੱਲਾਂ ਕਰੀਏ ਪਰ ਡਾਂਗਾਂ ਚੱਲ ਜਾਂਦੀਆਂ ਉਹ ਸਾਡੇ ਕੋਲ ਹੁਣ ਇੰਟਰਸਟ ਨਹੀਂ ਰਿਹਾ ਏਡਾ ਡਾਂਗਾ ਚਲਾਉਣ ਦਾ ਪਹਿਲਾਂ ਬਹੁਤ ਚਲਾਉਂਦੇ ਹੁੰਦੇ ਸੀਗੇ ਹਨਾ ਕਿੰਨੀਆਂ ਕਿਤੇ ਕਿੰਨੀਆਂ ਡਾਂਗਾ ਚੱਲਦੀ ਹੁੰਦੀ ਸੀ ਪਿੰਡਾਂ 'ਚ ਦੇਖਣ ਵੀ ਜਾਣਾ ਆਰਾਮ ਨਾਲ ਤੇ ਮੈਂ ਉਹਨਾਂ 'ਚੋਂ ਜਿਹੜੀ ਕੰਧ 'ਤੇ ਬਹਿ ਕੇ ਵਹਿੰਦੇ ਹੁੰਦੇ ਸੀ ਲੱਗਦਾ ਹੀ ਹੈ ਇੱਕ ਕੰਟੈਂਟ ਉੱਥੇ ਇਕੱਠਾ ਕੀਤਾ ਸਾਰਾ ਭਰਾ ਜਿਹੜੇ ਹੁੰਦੇ ਨੇ ਨਾ ਇੰਟਰਵਿਊ ਤਾਂ ਨਹੀਂ ਸਦਨੇ ਚਾਹੀਦੇ ਪੂਰੀ ਖੁੱਲ ਕੇ ਬੇਇੱਜ਼ਤੀ ਕਰਦੇ ਨੇ ਹੁਣ ਬਾਹਰਲਾ ਬੰਦਾ ਹੋਵੇ ਉਹਨੂੰ ਚੁੱਪ ਵੀ ਕਰਾ ਲੈਂਦਾ ਕਰਦੇ ਪੈਂਦੇ ਕੋਈ ਚੁੱਪ ਵੀ ਨਹੀਂ ਕਰਾਉਂਦਾ ਚਲੋ ਐਨੀਵੇਜ਼ ਅੱਛਾ ਇੱਕ ਚੀਜ਼ ਤੁਹਾਡੀ ਜਿਹੜੀ ਟ੍ਰੈਂਡਿੰਗ 'ਚ ਚੱਲੀ ਆ ਉਹ ਇਹ ਚੱਲੀ ਆ ਵੀ ਚਾਹ ਦਾ ਗਾਣਾ ਜਿਹੜਾ ਤੁਸੀਂ ਚਾਹ ਬਣਾਈ ਨਾ ਜਿਹੜੀ ਤੁਸੀਂ ਰਿੰਨੀ ਚਾਹ ਮੈਂ ਕਹਿੰਦੀ ਉਦੋਂ ਵੱਧ ਜਿਹੜੀ ਦੁੱਧ 'ਚ ਪੱਤੀ ਪਾ ਪਾ ਕੇ ਜਿਹੜੀ ਚਾਹ ਰਿੰਨੀ ਨਾ ਕੁੜੀਆਂ ਨੇ ਜਿਹੜੀਆਂ ਕੁੜੀਆਂ ਕੌਫੀ ਪੀਂਦੀਆਂ ਸੀ ਨਾ ਆਈ ਲਵ ਕੌਫੀ ਆਈ ਲਾਈਕ ਬਲੈਕ ਕੌਫੀ ਆਈ ਲਾਈਕ ਕੈਪਚੀਨਾ ਕਰਦੀਆਂ ਨਾ ਯੇ ਫਰਕ ਮੈਂ ਕਹਿੰਦੀ ਆ ਵੀ ਉਹ ਇਹ ਗੱਲ ਮੈਂ ਸੁਣੀ ਸੀ ਪਹਿਲਾਂ ਵੀ ਚਾਹ ਸਵਾਦ ਨੀ ਲੱਗਦੀ ਸਾਨੂੰ ਲੱਗਦੀ ਨੀ ਇਹ ਧਰਨ ਵਾਲੇ ਤੇ ਡਿਪੈਂਡ ਕਰਦਾ ਵੀ ਕਿੱਦਾਂ ਦੀ ਬਣਾਉਂਦਾ ਬਿਲਕੁਲ ਤੇ ਸੋਹਣੀ ਕਾੜੀ ਉਹਨਾਂ ਦੱਸੋ ਇਹਦਾ ਕੋਈ ਰੀਜ਼ਨ ਦੱਸੋ ਵੀ ਚਾਹ ਵਾਲਾ ਗਾਣਾ ਜਿਹੜਾ ਆਈਡੀਆ ਕਿਵੇਂ ਆਇਆ ਚਾਹ ਵਾਲਾ ਗਾਣਾ ਬਸ ਇਦਾਂ ਹੀ ਆਈਡੀਆ ਆਇਆ ਸੀ ਕਿਉਂਕਿ ਆਪਾਂ ਕੋਈ ਵੀ ਗੱਲ ਹੁੰਦੀ ਹੈ ਸਾਡੇ ਘਰਾਂ 'ਚ ਨਿੱਕੀ ਨਿੱਕੀ ਗੱਲ ਤੇ ਕਹਿੰਦੇ ਚੱਲ ਚਾਹ ਧਰ ਲਾ ਚਾਹ ਪੀ ਲੈਂਦੇ ਹਾਂ ਅੱਜ ਆ ਚਾਹ ਪੀਏ ਤੇ ਮਤਲਬ ਮੈਂ ਕਈ ਵਾਰ ਐਂ ਸੋਚਣਾ ਮੈਂ ਕਹਿਣਾ ਕਿ ਯਾਰ ਕਿ ਸਾਨੂੰ ਚਲੋ ਚਾਹ ਨਾਲ ਬਹੁਤ ਇਸ਼ਕ ਆ ਤੇ ਕਈ ਵਾਰ ਸੋਚਣਾ ਕਿ ਯਾਰ ਚਾਹ ਇੰਨੀ ਆਪਾਂ ਪੀਂਦੇ ਹਾਂ ਬਾਈ ਸਾਰੀ ਦੁਨੀਆ ਹੀ ਪੀਂਦੀ ਆ ਤੇ ਚਾਹ ਤੇ ਕੋਈ ਗਾਣਾ ਹੀ ਨਹੀਂ ਹੈਗਾ ਕੋਈ ਹੁੱਕ ਲਾਈਨ ਹੀ ਨਹੀਂ ਹੈਗੀ ਚਾਹ ਤੇ ਕਿ ਆਪਾਂ ਜਦੋਂ ਚਾਹ ਸਾਹਮਣੇ ਪਈ ਹੋਵੇ ਤੇ ਕੀ ਲਿਖੀਏ ਜਾਂ ਕੀ ਬੋਲੀਏ ਫਿਰ ਉਹ ਐਂ ਹੀ ਚੱਲਦਿਆਂ ਚੱਲਦਿਆਂ ਦਿਮਾਗ 'ਚ ਗੱਲਾਂ ਆ ਗਈਆਂ ਉਦੋਂ ਕਿਹਾ ਸੀਗਾ ਕਹਿੰਦਾ ਕਿ ਹਾਏ ਪੈਰਾਂ ਥੱਲੇ ਹਰਾ ਹਰਾ ਕਾ ਗੋਰੀਏ ਸਿਰ ਉੱਤੇ ਨੀਲਾ ਅਸਮਾਂ ਯਕੀਨ ਦੀਆਂ ਕੰਧਾਂ ਘਰ 'ਚ ਬਣਾਵਾਂਗੇ ਹਾਏ ਗੀਤਾਂ ਵਾਲੇ ਹੋਣੇ ਵੇਖੀ ਰਾ ਇਹੀ ਮੇਰੇ ਨਿੱਕੇ ਨਿੱਕੇ ਚਾਹ ਤੂੰ ਤੇ ਮੈਂ ਇਕੱਠੇ ਬਹਿ ਕੇ ਗੱਲਾਂ ਕਰੀਏ ਨਾਲੇ ਪੀਣੀ ਤੇਰੇ ਨਾਲ ਚਾਹ ਉਹ ਪੁੱਛ ਲਵੀ ਜਿਹੜਾ ਨੀ ਸਵਾਲ ਹੋਊਗਾ ਨਾਲ ਜਦੋਂ ਬੈਠਾ ਅਲੀ ਵਾਲ ਹੋਊਗਾ ਪੁੱਛ ਲਵੀ ਜਿਹੜਾ ਨੀ ਸਵਾਲ ਹੋਊਗਾ ਨਾਲ ਜਦੋਂ ਬੈਠਾ ਅਲੀ ਵਾਲ ਹੋਊਗਾ ਥੋੜੇ ਜੇ ਸਿਤਾਰੇ ਹਾਲੇ ਢਿੱਲੇ ਚੱਲਦੇ ਖੁਦਾ ਵੇਖੀ ਛੇਤੀ ਹੀ ਦਿਆਲ ਹੋਊਗਾ ਤੂੰ ਆਖੀ ਮੈਨੂੰ ਜੱਟਾ ਪਾ ਦੇਗਾ
तू आखी मैनू जट्टा पा देगा, तू ते मैं कठे बह के गल्ला करिए, नाले पीनी तेरे नाल चा। चीयर्स। खाली कप चीयर्स। आ रही है चा, को पढ़दा भी हुंदा है। पढ़दा भी हुंदा है। बहुत सोना बहुत सोना। पीली च चा नी? कमेंट च पे किने किने चा पीती है वेख के, है ना? बहुत वधिया है। पता की है, तुहाडे गाने चलदे वी इसे करके, तुहानू पता हुंदा ऑडियंस दी किथे नस केड़ी फड़नी है। चलो चंगी गल आ, जिवें चल रहा वधिया लिखत बार आ रही है, ਤੁਸੀਂ ਸੋਹਣੇ ਆ, ਕੁੜੀਆਂ ਲੱਗੀਆਂ ਹੋਈਆਂ ਨੇ, ਆਪਣਾ ਆਰਾਮ ਨਾਲ ਟਾਈਮ ਖਰਾਬ ਕਰਦੀਆਂ ਪਈਆਂ ਨੇ ਗਾਣਿਆਂ ਦੇ ਉੱਪਰ, ਇਮੋਸ਼ਨਲ ਹੋ ਜਾਂਦੀਆਂ ਨੇ। ਮੈਂ ਤੁਹਾਨੂੰ ਕਹਿ ਦਵਾਂ ਕਿ ਇੱਕੋ ਹੀ ਕੁੜੀ ਨੇ ਇਹਨਾਂ ਨਾਲ ਵਿਆਹ ਕਰਾਉਣਾ, ਇੱਥੇ ਕੰਪੀਟੀਸ਼ਨ ਨਹੀਂ ਲੱਗਾ, ਨਾ ਹੀ ਸਵਿਮਰ ਸਵਿਮਰ ਤਾਂ ਨਹੀਂ ਬਚਾਉਣਾ ਕਿਤੇ। ਨਹੀਂ ਨਹੀਂ ਹੈ, ਵੇਖ ਲਓ ਜਰ, ਚੋਣਾਂ ਤਾਂ ਬੜੇ ਸੋਹਣੇ ਆ ਤੇ। ਨਹੀਂ 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 ਹਾਂ, ਵਿਚੋਲਣ ਤਾਂ ਚਲ ਮੈਂ ਹੀ ਬਣਨਾ ਐਂਡ ਤੇ, ਉਹ ਆਪਾਂ ਬਾਅਦ ਚ ਕਰ ਲਾਂਗੇ ਗੱਲ, ਪਰ ਸਵਿਮਰ ਤਾਂ ਚਾਹੀਏ ਆਪਾਂ, ਬੜਾ ਵਧੀਆ ਲੱਗੂਗਾ। ਨਹੀਂ ਨਹੀਂ ਨਹੀਂ, ਰਹਿਣ ਦਿਓ। ਕਾਹਤੋਂ ਵੇਖੀ ਤੇ ਸੇਵ ਤਾਂ ਕਰੀਆ ਕੁਆਲਿਟੀਜ਼, ਤੁਹਾਨੂੰ ਕਿਵੇਂ, ਤੁਹਾਨੂੰ ਕਿਦਾਂ ਦੀਆਂ ਕੁੜੀਆਂ ਚਾਹੀਦੀ, ਕੁੜੀ ਚਾਹੀਦੀ ਉਹ ਤਾਂ ਕੁੜੀਆਂ ਕੁੜੀਆਂ ਕੁੜੀ ਚਾਹੀਦੀ, ਕੁੜੀ ਚਾਹੀਦੀ ਆ ਤੇ ਆਪਾਂ ਮਤਲਬ ਥੋੜੀ ਜੇ ਵਿਆਹ ਹੀ ਕਰਾਉਂ, ਵਿਆਹ ਤਾਂ ਨਾਰਮਲ ਸਾਰੇ ਕਰਦੇ ਆ, ਥੋੜਾ ਜਿਹਾ ਵਿਆਹ ਕਰਾ ਲਾਂਗੇ। ਨਹੀਂ ਨਹੀਂ ਗੱਲ ਤਾਂ ਸੁਣੋ, ਮੈਂ ਤਾਂ ਉੱਥੇ ਥੋੜੇ ਹੀ ਹੁੰਦੇ ਨੇ ਸਵਿਮਰ ਦੇ ਵਿੱਚ, ਥੋੜੇ ਹੀ ਹੁੰਦੇ ਨੇ, ਪਰ ਜੇ ਤੁਸੀਂ ਆਈਡੀਆ ਸਹੀ, ਮਾੜਾ ਨਹੀਂ ਹੈਗਾ ਵੈਸੇ, ਨਹੀਂ ਬਹੁਤ ਮਾੜਾ ਹੈ, ਬਹੁਤ ਮਾੜਾ ਹੈ। ਤੇ ਤੁਸੀਂ ਕਿਹੜਾ ਕਹਿੰਦਾ ਵਿਆਹ ਕੇ ਲੈ ਜਾਣਾ, ਇਸ ਤਰ੍ਹਾਂ ਆਰਾਮ ਨਾਲ ਪ੍ਰੋਗਰਾਮ ਕਰਾਂਗੇ ਆਪਾਂ। ਨਹੀਂ ਨਹੀਂ ਠੀਕ ਹੈ, ਜੱਜ ਮੈਨੂੰ ਬਣਾ ਦਿਓ ਕਿ ਵੀ ਜੋ ਵੀ ਕਰਨਾ ਆ ਇਹ ਸਾਡੀ ਭੈਣ ਬੈਠੀ ਹੈ ਕਰੇਗੀ। ਤੁਸੀਂ ਇਦਾਂ ਹੀ ਕਮੈਂਟ ਬਾਕਸਾਂ 'ਚ ਕਰਵਾ ਲਓ ਨਾ, ਬੈਠੇ ਤਾਂ ਹੈਗੇ, ਕਰੋ ਨਹੀਂ ਕਮੈਂਟ ਹੈ ਕਿਤੇ ਵਿਆਹ ਕਰਾਉਣਾ ਹੈ ਅੰਗਦ ਨਾਲ। ਹਾਂ ਤੇ ਦੋ ਤੋਲੇ ਦੀ ਜਿਹੜੀ ਚੈਨੀ ਉਹ ਮੈਂ ਪਵਾਉਣੀ ਆ, ਹੈਨਾ? ਜੇ ਪਾ ਦੋਗੀਆਂ ਤੇ ਮੈਂ ਕਰਾ ਦੂੰਗੀ ਵਿਆਹ, ਨਹੀਂ ਤੇ ਫਿਰ ਕੋਈ ਵਿਆਹ ਵੀ ਨਹੀਂਗਾ, ਅਸੀਂ ਆਪੇ ਕਰਾ ਲਾਂਗੇ। ਸਹੀ ਹੈ ਨਾ? ਹਾਂ ਤੇ ਮੈਂ ਤੁਹਾਨੂੰ ਪੁੱਛਣਾ ਸੀਗਾ ਵੀ ਤੁਹਾਨੂੰ ਵਾਕਿਓ ਤਾਂ ਕਦੀ ਇਨਬੋਕਸ ਦੇ ਵਿੱਚ ਕੋਈ ਮੈਸੇਜ ਮੁਸੇਜ ਜਾਂਦੇ ਨੇ ਕਿ ਵੀ ਮੈਨੂੰ ਤੁਸੀਂ ਬਹੁਤ ਪਸੰਦ ਆ, ਮੈਂ ਨਾ ਵਿਆਹ ਕਰਾ ਲਓ, ਸਿੱਧਾ ਵਿਆਹ ਦਾ ਪ੍ਰਪੋਜ਼ਲ ਆ ਜਾਂਦੇ ਕਦੀ ਕਦੀ? ਹਾਏ ਸੱਚੀ? ਹਾਂ ਤੇ ਫਿਰ ਤੁਸੀਂ ਕੀ ਲਿਖਦੇ ਹੋ? ਕੁਛ ਨਹੀਂ, ਮੈਂ ਸੀਨੀ ਨਾ ਕਰਦੇ, ਸਮਾਈਲੀ ਭੇਜ ਦਿੰਦਾ ਕਈ ਵਾਰ, ਸਮਾਈਲੀ ਭੇਜ ਦਿੰਦੇ, ਚੁੱਕਦੇ ਆ ਤੁਸੀਂ ਮੈਸੇਜ? ਉਹ ਨਹੀਂ ਨਹੀਂ, ਮਤਲਬ ਕਦੀ ਕਦੀ ਖੋਲ ਲੈਣਾ ਮੈਸੇਜ। ਅੱਛਾ, ਜਾਂ ਮੈਂ ਉਸ ਸਨੈਪਚੈਟ ਤੇ ਨਾ, ਉਹ ਵਧੀਆ ਹੈ ਚੀਜ਼, ਇੱਕੋ ਸਾਈਡ ਤੇ ਕਰਕੇ ਆਪਾਂ ਵੇਖ ਸਕਦੇ ਹੁੰਦੇ ਕਿ ਕੀ ਭੇਜਿਆ ਕਿਸੇ ਨੇ, ਤੇ ਉਹ ਸੀਨ ਵੀ ਨਹੀਂ ਹੁੰਦਾ। ਇੱਕ ਤੇ ਸਨੈਪਚੈਟ ਨੇ ਸਾਰੇ ਜਿਹੜੇ ਬੰਦੇ ਨੇ ਨਾ, ਇਹ ਸਾਰੇ ਮੀਸ ਨੇ ਬਣਾ ਦਿੱਤੇ ਨੇ ਬੰਦੇ ਤੇ ਜਨਾਨੀਆਂ, ਹਨਾ? ਮਤਲਬ ਤੁਹਾਨੂੰ ਸਨੈਪਚੈਟ ਦੇ ਦਿੱਤਾ ਬਣਾ ਕੇ, ਤੁਸੀਂ ਮਤਲਬ ਕਿ ਚੋਰੀ ਛਿਪੇ ਵਾਲੇ ਜਿਹੜੇ ਕੰਮ ਨੇ ਸਾਰੇ ਸਨੈਪਚੈਟ ਤੇ ਹੁੰਦੇ ਨੇ। ਮੈਂ ਇੱਕ ਦਿਨ ਸਨੈਪਚੈਟ ਚੋਰੀ ਛਿਪੇ ਵਾਲੇ ਨੂੰ ਹੁੰਦੇ ਬਦਨਾਮ ਨਾ ਕਰੀ ਜਾਓ, ਨਹੀਂ ਮਤਲਬ ਕਿ ਕਿਹਾ ਨਾ ਵੀ ਹਾਂ ਵੀ ਚੋਰੀ ਚੋਰੀ ਵੇਖ ਲੈ, ਇਦਾਂ ਵੀ ਕਿਸੇ ਨੂੰ ਪਤਾ ਨਾ ਲੱਗੇ ਚੋਰੀ ਛਿਪੇ ਵਾਲੇ ਕੰਮ ਹੋਏ ਨੇ। ਜਿਹਨੂੰ ਰਿਪਲਾਈ ਨੇ, ਜਿਹਨੂੰ ਕਰਨਦਾ ਜਿਹੜਾ ਵਧੀਆ ਕੋਈ ਮੈਸੇਜ ਕਰਦਾ ਉਹਦਾ ਰਿਪਲਾਈ ਕਰੀਦਾ ਵੀ ਆ, ਹੁਣ ਜਿਹਦੇ ਕੋਈ ਤੁੱਕ ਹੀ ਨਹੀਂ ਬਣਦੀ ਉਹਦਾ ਕੀ ਜਵਾਬ ਹੁਣ ਦਵੇ ਬੰਦਾ। ਅੱਛਾ ਅੱਛਾ, ਮਤਲਬ ਤੁਸੀਂ ਪਹਿਲਾਂ ਚੈੱਕ ਕਰਦੇ ਆ ਇਹਦਾ ਜਵਾਬ ਦੇਣਾ ਕਿ ਨਹੀਂ ਦੇਣਾ। ਵਿੱਚ ਅੱਜ ਦੇ ਮੈਸੇਜ ਕਰਿਆ ਕਰੋ, ਪਹਿਲਾਂ ਤੁਸੀਂ ਇਦਾਂ ਕਰਿਆ ਕਰੋ, ਵੀਰਾ ਲਿਖ ਦਿਆ ਕਰੋ, ਜਦੋਂ ਵੀਰਾ ਵੇਖ ਕੇ ਉਹ ਕਰਦੇ ਨਾ ਰਿਪਲਾਈ, ਫਿਰ ਵੀਰਾ ਵਾਲਾ ਡਿਲੀਟ ਕਰਤਾ ਮੈਸੇਜ, ਫਿਰ ਹੈਲੋ ਸਰ ਵਾਲਾ ਕਰਤਾ, ਫਿਰ ਜਦੋਂ ਸਰ ਜਦੋਂ ਥੋੜੇ ਜਿਹੇ ਸਹੀ ਰਹਿਣ ਨਾ ਵਿੱਚ, ਤੇ ਫਿਰ ਤੁਸੀਂ ਲਿਖ ਦਿਆ ਕਰੋ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ, ਮੈਂ ਤਾਂ ਇੱਦਾਂ ਤਾਂ ਮੈਂ ਸੋਚਿਆ ਹੀ ਹੋਇਆ, ਤਾਂ ਤੁਸੀਂ ਮੈਸੇਜ ਦਾ ਰਿਪਲਾਈ ਨਹੀਂ ਕਰਨਾ, ਟ੍ਰਿਕ ਦਿੱਤੀ ਜੇ, ਨੋਟ ਕਰ ਲੈ ਜੇ। ਹਾਂ, ਕਿਉਂਕਿ ਸੋਸ਼ਲ ਮੀਡੀਆ ਤੇ ਇੱਦਾਂ ਹੀ ਬੰਦੇ ਫਸਾਏ ਜਾਂਦੇ ਨੇ, ਵੱਡੇ ਵੱਡੇ ਸਟਾਰ ਉੱਦਾਂ ਤੇ ਮਤਲਬ ਕਿ ਫਸਦੇ ਨਹੀਂ ਹੈ, ਉੱਦਾਂ ਰਿਪਲਾਈ ਕਰਦਾ ਪਾਉਣੇ ਆ, ਮੈਨੂੰ ਨੀ ਲੱਗਦਾ ਕੋਈ ਰਿਪਲਾਈ ਕਰਦਾ। ਮੈਂ ਤਾਂ ਰਿਪਲਾਈ ਕਰ ਦਿੰਦੀ ਹਾਂ ਜਦੋਂ ਮੈਨੂੰ ਕੋਈ ਕਹਿੰਦਾ ਨਾ ਕਿ ਮੈਨੂੰ ਤਾਂ ਮੋਸਟਲੀ ਆਉਂਦੇ ਭੈਣ ਕੀ ਹਾਲ ਆ, ਭੈਣ ਚੌਲ ਖਾਧੇ ਜਾਂ ਰੋਟੀ ਖਾਧੀ, ਏਦਾਂ ਦੇ ਨਹੀਂ। ਮੈਨੂੰ ਵੀ ਆਵੇ ਕੋਈ ਵੀ ਵੀਰੇ, ਤੁਸੀਂ ਬਹੁਤ ਵਧੀਆ ਗਾਉਂਦੇ ਹੋ, ਤੁਹਾਡੀਆਂ ਲਿਖਤ ਵੀਰੇ ਵਾਲੀਆਂ ਹੈਗੀਆਂ ਨੇ, ਬਹੁਤ ਬਹੁਤ ਕੁੜੀਆਂ ਨੇ, ਉਹ ਮੈਨੂੰ ਬਹੁਤ ਚੰਗਾ ਲੱਗਦਾ, ਤੇ ਫਿਰ ਮੈਂ ਸੋਹਣੇ ਦਿੰਦੀਆਂ ਨੇ ਕੁੜੀਆਂ, ਫਿਰ ਮੈਂ ਸੋਹਣੇ ਤਰੀਕੇ ਨਾਲ ਰਿਪਲਾਈ ਵੀ ਉਹਨਾਂ ਨੂੰ ਕਰਦਾ, ਮੈਨੂੰ ਵੀ ਵਧੀਆ ਲੱਗਦਾ। ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਨਹੀਂ ਏਦਾਂ ਵੀ ਮੈਸੇਜ, ਪਤਾ ਕੀ ਹੈ, ਜੇ ਤੁਸੀਂ ਕਿਸੇ ਨੂੰ ਮੈਸੇਜ ਪਾਉਂਦੇ ਨਾ, ਥੋੜੀ ਜਿਹੀ ਰਿਸਪੈਕਟ ਲਿਖਿਆ ਦੇਖਣੀ ਜ਼ਰੂਰੀ ਹੈ, ਤਾਂ ਹੀ ਬੰਦਾ ਅਗਲਾ ਰਿਪਲਾਈ ਕਰਦਾ। ਮੇਰੇ ਨਾਲ ਤਾਂ ਬਾਹਲੇ ਫਰੈਂਕ ਹੋ ਜਾਂਦੇ ਨੇ, ਕਈ ਦੋ ਪੈਗ ਲਾ ਕੇ, ਮੈਨੂੰ ਲੱਗਦਾ ਰਾਤ ਨੂੰ ਮੈਸੇਜ ਆਉਂਦੇ ਨੇ ਮੈਨੂੰ, ਤੇ ਮੈਨੂੰ ਪੱਕਾ ਪਤਾ ਹੁੰਦਾ ਵੀ ਕਿਸੇ ਨੇ ਮਤਲਬ ਜ਼ਿਆਦਾ ਪੀ ਲਈ, ਤੇ ਹੁਣ ਹਿਸਾਬ ਨਹੀਂ ਲੱਗਣ ਦਿਆ ਕੋਈ ਲਿਖਣ ਦਾ। ਸੱਚੀ ਮੈਸੇਜ ਆਉਂਦੇ ਮੈਨੂੰ ਐਵੇਂ ਦੇ, ਹਾਂ ਕੀ ਕਰਦੀ ਆ, ਏਦਾਂ ਲਾ ਦੱਸ ਵੀ ਮੈਂ ਤੇਰਾ ਗਾਂਢ ਚ ਨਹੀਂ, ਤੂੰ ਮੈਨੂੰ ਮੈਸੇਜ ਪਾਉਂਦੇ ਆ ਕੀ ਕਰਦੀ ਆ, ਵੀ ਤੂੰ ਕੋਈ ਜੀ ਲਿਖ, ਕੋਈ ਬੰਦਾ ਲਿਖਦਾ ਵੋਲ ਵੋਜੀ ਜੀ, ਤੁਸੀਂ ਕੀ ਕਰਦੇ ਪਏ, ਕੀ ਹਾਲ ਚਾਲ ਨੇ ਤੁਹਾਡੇ, ਬੰਦਾ ਦੋ ਅੱਖਰ ਲਿਖੇ ਜਾਂ ਤਾਂ ਮਤਲਬ ਲਿਖਣਾ ਹੀ ਨੀ ਹੈ, ਤੇ ਜਾਂ ਚਿੱਠੀ ਛਾਪ ਦੇਣੀ, ਇਸੇ ਕਰਕੇ ਕਈ ਚਿੱਠੀਆਂ ਦਾ ਨਾ। ਬਿਲਕੁਲ, ਕਈ ਵਾਰ ਲੰਬੀ ਚਿੱਠੀ ਕਿਹੜੀ ਆਈ ਤੁਹਾਨੂੰ? ਬਹੁਤ ਚਿੱਠੀਆਂ ਆਉਂਦੀਆਂ ਲੰਬੀਆਂ ਲੰਬੀਆਂ, ਤੇ ਸਹੀ ਹੈਗੀ? ਨਹੀਂ ਨਹੀਂ ਅਜੇ ਤਾਂ ਨਹੀਂ ਹੈਗੀ, ਤਾਂ ਹੀ ਆਉਂਦੀਆਂ ਪਈਆਂ ਨੇ, ਬਾਅਦ ਬੰਦ ਹੋ ਜਾਣੀ, ਉਹੀ ਨਾ ਬਾੜ ਲੋ ਜਿੰਨੀਆਂ ਪੜੀਆਂ ਜਾਂਦੀਆਂ ਬਾਅਦ ਬੰਦ ਹੋ ਜਾਣੀਆਂ।
ਹੋਰ ਕਿਹੜੀ ਗੱਲਬਾਤ ਆ? ਫੇਵਰਟ ਫੂਡ ਦੱਸੋ ਤੁਸੀਂ ਕਿਹੜਾ ਤੁਹਾਡਾ ਵਧੀਆ? ਪੀਜ਼ੇ ਪੂਜ਼ੇ ਖਾਣੇ ਪਸੰਦ ਕਰਦੇ ਆ? ਜੇ ਤਾਂ ਖਾਣੇ ਪਸੰਦ ਕਰਦੇ ਤੁਹਾਡਾ ਵੀਜ਼ਾ ਲਵਾ ਦਿੰਨੀ ਆ ਮੈਂ। ਸੋਚ ਕੇ ਜਵਾਬ ਦਿਆ ਜੇ ਹੁਣ। ਨਹੀਂ ਮੈਂ ਪਸੰਦ ਨਹੀਂ ਕਰਦਾ, ਕਦੀ ਕਦੀ ਕੁਝ ਨਾ ਮਿਲੇ ਉਦੋਂ ਖਾ ਲਈਦਾ। ਖਾਣੇ ਆ ਪੀਜ਼ਾ? ਹਾਂ ਹਾਂ ਖਾ ਲਈਦਾ। ਪੀਜ਼ੇ ਵਧੀਆ ਨੇ ਇੱਥੋਂ ਦੇ, ਬਾਹਰ ਵਾਲੇ ਪੀਜ਼ੇ ਸਵਾਦ ਨਹੀਂ ਗੇ। ਤੇ ਜਦੋਂ ਘਰੇ ਜਾਂਦੇ ਨੇ ਪਿੰਡ ਤੇ ਆਰਡਰ ਉਡਰ ਪੂਰਾ ਮਾਰਦੇ, ਮਾਤਾ ਜੀ ਲਿਆ ਮੱਖਣ ਮੱਖਣ ਪਾ ਕੇ ਪਰੌਂਠੇ ਪਰੌਂਠੇ। ਨਹੀਂ ਆਰਡਰ ਕੀ ਮਾਰਨਾ, ਉਦਾਂ ਹੀ ਆਰਡਰ। ਮਾਤਾ ਨਹੀਂ ਬਹੁਤ ਪਿਆਰ ਕਰਦੇ। ਨਹੀਂ ਉਹ ਉਦਾਂ ਹੀ ਪਿਆਰ ਨਾਲ ਬਹੁਤ ਕੁਝ ਆ ਜਾਂਦਾ, ਮਨਾ ਕਰਨਾ ਪੈਂਦਾ ਕਿ ਚਲੋ ਬਸ ਕਰੋ। ਉਹ ਦੇਰ ਬਾਅਦ ਪਰੌਣਾ ਜਦੋਂ ਘਰੇ ਆਵੇ ਉਦੋਂ ਕਰਦੇ ਨੇ। ਦੋ ਕੁ ਦਿਨ ਹੀ ਕਰਦੇ ਉਹਨੂੰ, ਕਿ ਤੀਜੇ ਦਿਨ ਕਹਿੰਦੇ ਵੀ ਆਓ ਪਈ ਰੋਟੀ ਪਾ ਕੇ ਖਾ ਲਾ। ਹਰ ਸਾਰੇ ਰੈਸਟੋਰੈਂਟ ਦੇ ਕੁੱਤੇ ਖਾਣੇ ਕਿਉਂ ਹੁੰਦੀ ਕਣਾ ਚ? ਇਦਾਂ ਘਰ ਥੋੜੀ ਕੋਈ ਕਲਾਕਾਰ ਕੋਈ ਕੁਛ ਹੁੰਦਾ, ਕਰਦੇ ਨਹੀਂ ਸਮਝਦੇ। ਅਸੀਂ ਬਾਹਰ ਵਾਲਿਆਂ ਦੇ ਨਾਲ ਵੇਖ ਲਾ ਇਦਾਂ ਬੜਾ ਵਧੀਆ, ਅਸੀਂ ਕਿੰਨੀ ਸੋਹਣੀ ਸਾਨੂੰ ਰਿਸਪੈਕਟ ਦਿੰਦੇ ਨੇ ਬਾਹਰ ਵਾਲੇ। ਮਜ਼ਾਕ ਲਾ ਕੇ ਸਾਨੂੰ ਕੋਈ ਅੱਖ ਵੀ ਉੱਚੀ ਕਰਕੇ ਵੇਖ ਜੇ ਤੇ ਘਰ ਵਾਲੇ ਦੇਖ ਲਓ ਕਿੱਦਾਂ ਮੱਛਰੇ ਪੈਣੇ, ਜਿਆਦਾ ਮੱਛਰ ਜਾਂਦੇ। ਤੇ ਚੱਲ ਇਨਵੀਟੇਸ਼ਨ ਤੇ ਦਬਾਓ ਕਰਦਿਆਂ ਤਾਂ ਕਾਦੇ ਵਾਸਤੇ ਮੈਨੂੰ ਵੀ ਤੁਹਾਡਾ ਤੇ ਫੁੱਲ ਤੁਹਾਨੂੰ ਤੇ ਬੁਲਾਈ ਜਾਂਦੇ ਕਦੋਂ ਦਿਓ ਕਿ ਜੇ ਉਹਨਾਂ ਟਾਈਮ ਲੱਗਿਆ ਤੇ ਆਉਣ ਘਰੇ। ਆਂਟੀ ਜੀ ਦਵਾਓ ਪੋਚੇ ਪੁਚੇ ਘਰੇ ਨਹੀਂ ਮੈਂ ਸਵਾਇਸ ਵੀ ਕਰਵਾਓ ਸੱਦ ਕੇ। ਸੱਚੀ ਮੇਰੇ ਜੀ ਕਹਦਾ ਕਿੱਥੇ ਤੁਹਾਡਾ ਘਰ? ਬਟਾਲੇ ਅਲੀ ਵਾਲਾ? ਹਾਂਜੀ ਬਟਾਲੇ। ਅਲੀ ਵਾਲ ਬਟਾਲੇ? ਹਾਂਜੀ ਹਾਂਜੀ ਠੀਕ ਠੀਕ ਹੈ। ਅੰਮ੍ਰਿਤਸਰ ਮੈਂ ਨਾਨਕੇ ਨੇ। ਕੀ ਬਾਤ ਹੈ, ਉੱਥੋਂ ਲੱਗ ਹੀ ਹੋਊਗਾ। ਤਾਂ ਹੀ ਡਿਆਂ ਡਿਆਂ ਕਰ ਦਿੰਦੇ ਵਿੱਚ ਕਦੀ ਕਦੀ ਤੁਸੀਂ? ਹਾਂ ਫਿਰ ਉਹ ਮੇਰੀ ਮਾਤਾ ਫਿਰ ਉੱਥੋਂ ਦੀ ਆ। ਜੰਮੀ ਮੈਂ ਦੁਆਬੇ ਚ। ਠੀਕ ਹੈ। ਜਲੰਧਰ ਤੇ ਵਿਆਹੀ ਮੈਂ ਮਾਲਵੇ ਚ। ਠੀਕ ਹੈ। ਤੇਰਾ ਇੰਗਲੈਂਡ ਦੇਖਿਆ? ਤਿੰਨ ਨਲਕਿਆਂ ਦਾ ਪਾਣੀ। ਕੀ ਬਾਤ ਸਹੀ ਹੈ। ਚਲੋ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਨਾਲ ਇਨਸੀਡੈਂਟ ਹੁੰਦੇ ਨੇ? ਮੈਂ ਕਈ ਵਾਰ ਮੈਂ ਦੇਖਦੀ ਆ ਵੀ ਲਾਈਵ ਜਿੱਦਾਂ ਕਈ ਕਲਿੱਪਾਂ ਕੱਟ ਕੇ ਪਾ ਦਿੰਦੇ ਨੇ, ਉਹ ਉਹਦੇ ਨਾਲ ਇਦਾਂ ਹੋ ਗਿਆ, ਉਹਦੇ ਨਾਲ ਇਦਾਂ ਹੋ ਗਿਆ। ਤੁਹਾਡੇ ਨਾਲ ਕਦੀ ਕੋਈ ਇਦਾਂ ਦੀ ਗੱਲ ਹੋਈ ਜਿਹੜੀ ਵਾਇਰਲ ਹੋ ਗਈ ਹੋਵੇ, ਜਾਂ ਹੋਈ ਆ ਪਰ ਵਾਇਰਲ ਨਹੀਂ ਹੋਈ? ਨਹੀਂ ਕੋਈ ਇਨਸੀਡੈਂਟ ਫਨੀ ਫਨੀ ਨਾ ਕੁਛ ਵੀ ਨਹੀਂ ਇਦਾਂ ਦਾ ਹੋਇਆ ਕਦੀ, ਬਸ ਗਾਣੇ। ਚਲੋ ਕੰਟਰੋਵਰਸ਼ੀਅਲ ਤਾਂ ਨਹੀਂ ਕਹਿੰਦੀ ਮੈਂ, ਲੜਾਈ ਝਗੜੇ। ਇੰਗਲਿਸ਼ ਬੜੀ ਨਿਕਲ ਰਹੀ ਅੱਜ। ਹਾਂ ਵੱਡੇ ਵੱਡੇ ਵਰਡ ਨਿਕਲ ਰਹੇ ਹਨ, ਕਿੰਨੇ ਟਫ ਟਫ ਵਰਡ ਹੈ ਤਾਂ ਈਜ਼ੀਲੀ ਨਿਕਲ ਰਹੇ ਹਨ। ਇਹ ਕੋਈ ਕੋਈ ਇਨਸੀਡੈਂਟ ਸੁਣਾਓ ਕੋਈ ਫਨੀ ਜਿਹਾ। ਜਿੰਨੀ ਵਾਰ ਵੀ ਮੇਰਾ ਵਾਇਰਲ ਹੋਇਆ ਕੁਛ ਵੀ ਗਾਣਾ ਹੀ ਹੋਇਆ, ਤੇ ਕਿਉਂਕਿ ਮੈਂ ਬਹੁਤ ਘੱਟ ਬੋਲਦਾ ਉਹ ਵੀ ਕਿਤੇ ਨਾ ਕਿਤੇ, ਵੀ ਗੱਲਾਂ ਉਵੇਂ ਥੋੜਾ ਸੋਚ ਸਮਝ ਕੇ ਬੋਲਣਾ ਪੈਂਦਾ, ਕਿਉਂਕਿ ਕਿਸੇ ਦਾ ਤੁਸੀਂ ਮੁੜ ਕੇ ਮੂੰਹ ਨਹੀਂ ਫੜ ਸਕਦੇ ਤੁਹਾਡੀਆਂ ਗੱਲਾਂ ਚੋਂ, ਕਿੰਨੇ ਕੀ ਕੱਟ ਕੇ ਪਾ ਦੇਣਾ, ਕੀ ਲਾ ਦੇਣਾ। ਇੰਟਰਵਿਊ ਤੁਹਾਡੀ ਫਸਟ ਹੈ ਮੇਰੇ ਨਾਲ ਕਿ ਪਹਿਲਾਂ ਹੋਈ? ਨਹੀਂ ਹੈਗੀਆਂ, ਇੰਟਰਵਿਊਜ਼ ਤਾਂ ਹੋਈਆਂ ਨੇ। ਹਾਂਜੀ 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 ਠੀਕ ਹੈ ਠੀਕ ਹੈ। ਹਾਂਜੀ ਤੇ ਫਿਰ ਇਨਸੀਡੈਂਟ ਕੋਈ ਨਹੀਂ ਹੋਇਆ, ਫਨੀ ਵੀ ਨਹੀਂ ਹੋਇਆ ਕੋਈ ਕੋਈ ਵੀ ਤੇ ਵੀ? ਆ ਇਸ ਇੰਟਰਵਿਊ ਤੋਂ ਬਾਅਦ ਹੋ ਜਾਵੇ ਪਤਾ ਨਹੀਂ। ਅਸੀਂ ਕਲਿੱਪਾਂ ਕੱਟ ਕੇ ਨਹੀਂ ਲੰਮਦੇ ਜੇ ਨਹੀਂ, ਆਪਾਂ ਤਾਂ ਲਾਉਂਦੇ ਹੀ ਨਹੀਂ ਆ, ਲਾਉਣ ਵਾਲਿਆਂ ਨੂੰ ਲਾ ਦੇਣੀ, ਲਾਉਣ ਵਾਲਿਆਂ ਨੂੰ ਲਾ ਦੇਣੀ ਆ। ਨਹੀਂ ਤੂੰ ਚੋਰੀ ਤਾਂ ਨਹੀਂ ਕਰਦੇ, ਸਿੱਧਾ YouTube ਤੇ ਚੜਨਾ ਹੈ। YouTube ਤੋਂ ਤਾਂ ਨਹੀਂ ਮੈਨੂੰ ਕਰਦਾ ਲੱਗਦਾ ਕੋਈ ਕਰ ਸਕਦਾ ਚੋਰੀ? ਨਹੀਂ ਕਰ ਸਕਦੇ ਨੇ। ਹਾਂ ਕਰਦੇ ਨੇ ਲੈ ਹੋਰ, ਚੋਰੀ ਕਿੱਥੇ ਨਹੀਂ ਚੱਲਦੀ ਉਹਨਾਂ ਸਾਰ ਥਾਂ ਤੇ ਚੱਲਦੀ। ਮੈਂ ਸਿਰਫ ਬਿਜਲੀ ਚੋਰੀ ਕੀਤੀ ਆ ਹਾਏ, ਇਹ ਤਾਂ ਬੋਲ ਸਕਦੇ ਹਾਂ? ਹਾਂ ਸਖਤਾਈ ਬਹੁਤ ਹੋ ਗਈ ਹੈ ਨਾ। ਭਗਵੰਤ ਮਾਨ ਜੀ ਤਾਂ ਆਪਣੇ ਮਤਲਬ ਕਿ ਪਾਰਟੀ ਦੇ ਬੰਦਿਆਂ ਨੂੰ ਕੱਢ ਦਿੰਦੇ ਜੇ ਕੋਈ ਚੋਰੀ ਕਰਦਾ, ਤੇ ਮੈਂ ਕੌਣ ਹਾਂ? ਸਹੀ ਗੱਲ ਹੈ, ਸਹੀ ਗੱਲ ਹੈ। ਹੋਰ ਫਿਰ ਤੁਸੀਂ ਕੋਈ ਗੱਲਬਾਤ ਸੁਣਾਓ, ਕੋਈ ਤੁਹਾਡਾ ਅੱਗੇ ਕਿਹੜਾ ਗਾਣਾ ਆ ਰਿਹਾ ਆ, ਅੱਗੇ ਕੀ ਪਲਾਨਿੰਗ ਆ? ਕੁੜੀਆਂ ਨੂੰ ਰਵਾਉਣ ਦਾ ਫਿਰ ਰਦਾ ਹੈਗਾ? ਨਹੀਂ ਨਹੀਂ ਕੁੜੀਆਂ ਨੂੰ ਰਵਾਉਣਾ ਕਿਉਂ ਆ ਵਿਚਾਰੀਆਂ ਨੂੰ? ਤੇ ਥੋੜਾ ਜਿਹਾ ਉੱਚੀ ਬੋਲੋ। ਘੱਟ ਬੋਲਣ ਵਾਲੇ ਮੁੰਡੇ ਪਸੰਦ ਕਰਦੀਆਂ ਮੈਨੂੰ ਪਤਾ ਹੈ, ਤੁਸੀਂ ਇੰਪ੍ਰੈਸ਼ਨ ਜਮਾ ਰਹੇ ਆ ਆਪਣਾ। ਨਹੀਂ ਮੈਂ ਬੋਲਦਾ ਇਦਾਂ ਆ, ਮੈਂ ਮਤਲਬ ਕਿ ਮੈਂ ਤਾਂ ਉੱਚੀ ਇੰਨਾ ਨਹੀਂ ਬੋਲਦਾ। ਮੁਰਦੇ ਸਾਡੇ ਕੋਲ ਆਵਾਜ਼ ਡਬਿੰਗ ਨਹੀਂ ਨਾ ਕਰਾਈ ਜਾਣੀ ਕੀ ਹੈ, ਕਿਉਂਕਿ ਇਹ ਸਕ੍ਰਿਪਟਡ ਸ਼ੋਅ ਨਹੀਂ ਹੈਗਾ, ਇਹ ਗੱਲਾਂ ਬਾਤਾਂ ਨੇ ਸਾਡੀਆਂ। ਨਹੀਂ ਮੈਂ ਕਰਦਾ ਥੋੜਾ ਕੋਸ਼ਿਸ਼ ਕਰਦਾ ਉੱਚੀ ਬੋਲਣ ਦੀ, ਬਾਕੀ ਬੋਲਦਾ ਹੀ ਮੈਂ ਇਦਾਂ ਆ। ਓਕੇ ਤੇ ਗਾਣਾ ਆ ਰਿਹਾ ਇੱਕ ਪੰਜਾਬ ਤੇ ਲਾਹੌਰ। ਪੰਜਾਬ ਤੇ ਲਾਹੌਰ? ਲਾਹੌਰ ਹਾਂਜੀ। ਓਕੇ ਤੇ ਉਹ ਬਸ ਜਲਦੀ ਕਰਦੇ ਆ, ਤੁਹਾਨੂੰ ਸੁਣਾਉਣਾ ਉਹਦੀ। ਆਇਆ ਨਹੀਂ ਹਜੇ? ਨਹੀਂ ਹਜੇ ਆਉਣਾ। ਮੈਂ ਵੀ ਆਖਾਂ ਮੈਂ ਸੁਣਿਆ ਕਿ ਹੋਣੀ ਹਜੇ। ਹਾਂ ਤੇ ਉਹ ਗਾਣਾ ਆਉਣਾ ਹੈ, ਤੁਹਾਨੂੰ ਸੁਣਾਉਣਾ ਮੈਂ ਕਹਿੰਦਾ। ਸੁਣਾਓ ਜੀ ਸੁਣਾਓ। ਹੋ ਪਹਿਲਾਂ ਸੀ ਤੂੰ ਮੇਰਾ, ਹੁਣ ਥੋੜਾ ਹੋਰ ਹੋ ਗਿਆ। ਮੈਂ ਪੰਜਾਬ ਤੇ ਤੂੰ ਚੰਦਰਿਆ, ਲਾਹੌਰ ਹੋ ਗਿਆ। ਹੋ ਤੇਰੀ ਦੀਦ ਦਾ ਦਰ ਮੇਰੇ ਲਈ ਕਿਉਂ ਨਹੀਂ ਖੁੱਲਦਾ। ਸਭ ਭੁੱਲ ਗਈਆਂ ਪਰ ਸ਼ਹਿਰ ਨਹੀਂ ਤੇਰਾ ਬਟਾਲਾ ਭੁੱਲਦਾ। ਉਹ ਯੂਥ ਫੈਸਟ ਤੇ ਸਿਰ ਤੇ ਚੁੱਕਦੇ ਅੰਬਰ ਸੀ, ਤੇਰਾ ਭੰਗੜਾ ਮੇਰਾ
ਗਿੱਧਾ ਵੇਖ ਨੰਬਰ ਸੀ ਹਰ ਕੰਡਾ ਮੇਰੇ ਖੁਬਜੇ ਤੇਰੇ ਰਾਹ ਵਾਲਾ ਮੈਂ ਕੱਲ ਟੀਵੀ ਉੱਤੇ ਵੇਖਿਆ ਗਾਣਾ ਚਾਹ ਵਾਲਾ ਹਏ ਚਾਹ ਤੋਂ ਚੇਤਾ ਆਇਆ ਨਾਲ ਕੀ ਖਾਂਦੇ ਸੀ ਕਿੱਥੇ ਨੇ ਜਿਹੜੇ ਭਾਬੀ ਭਾਬੀ ਆਂਦੇ ਸੀ ਉਹ ਦੂਰੀਆਂ ਦੇ ਨਾਲ ਲੜ ਕੇ ਦੋਹਾਂ ਦਾ ਜ਼ੋਰ ਹੋ ਗਿਆ ਮੈਂ ਪੰਜਾਬ ਤੇ ਤੂੰ ਚੰਦਰਿਆ ਲਾਹੌਰ ਹੋ ਗਿਆ। ਅੱਛਾ ਇਹ ਮਤਲਬ ਕਿ ਦੋ ਰੂਹਾਂ ਦੀ ਵਿਛੜਿਆਂ ਦੀ ਕਹਾਣੀ ਹੈ ਫਿਰ ਰਵਾ ਤਾਂ ਨਾ ਰਵਾਇਆ ਥੋੜੀ ਰੋ ਪਈਆਂ ਨੇ ਉਹ ਨਹੀਂ ਨਹੀਂ ਅੱਜ ਤਾਂ ਤੁਸੀਂ ਮਾਰ ਦੋ ਗਲੈਣਾ ਗਾਈਆਂ ਨਾ ਰੋ ਪਈਆਂ ਨੇ ਤੁਸੀਂ ਰੋ ਰੋ ਕੇ ਕੁੜੀਆਂ ਉਹ ਲੱਸੀਆਂ ਕਰ ਦੇਣੀਆਂ ਨੇ ਮੈਨੂੰ ਲੱਗਦਾ ਨਹੀਂ ਇਹ ਨਹੀਂ ਲੱਸੀਆਂ ਹੁੰਦੀਆਂ ਬਹੁਤ ਖਾਂਦੀਆਂ ਅੱਜ ਕੱਲ੍ਹ ਪੀਜ਼ੇ ਬਰਗਰ ਸਾਡੇ ਖਾਣੇ ਮਗਰੀ ਪੈ ਰਹਿੰਦੇ ਨੇ ਹਾਂ ਪੇਕੇ ਘਰ ਵੇਲੋ ਅਸੀਂ ਖਾਣਾ ਖਾਂਦੇ ਸੀ ਕੋਈ ਨੀ ਸਾਨੂੰ ਰੋਕਦਾ ਸੀਗਾ ਹੁਣ ਪਰਸੋਂ ਕਿਹਾ ਵੀ ਜੇ ਮੈਂ ਚੌਲ ਖਾਣੇ ਮੇਰਾ ਘਰ ਲੱਗਦਾ ਭਈਆ ਘਰੋਂ ਚੁੱਕ ਕੇ ਲਿਆਂਦੀ ਸੀ ਲੈ ਤੁਸੀਂ ਚੌਲ ਤੇ ਰੋਟੀਆਂ ਕੱਟੀਆਂ ਖਾਣੇ ਮੈਨੂੰ ਲੱਗਦਾ ਕਿ ਮੈਂ ਸਾਰੀ ਜ਼ਿੰਦਗੀ ਇਹਦੇ ਨਾਲ ਨਹੀਂ ਸੁਣਨੇ ਜਿਹੜੇ ਕਹਿ ਰਿਹਾ ਸੀ ਇਹ ਲੱਗੇਗੀ ਕਹਿੰਦੇ ਜਾਂ ਤਾਂ ਚੌਲ ਖਾਓ ਜਾਂ ਲੰਗਰ ਖਾਓ ਤੇ ਮੈਂ ਲੰਗਰ ਵੀ ਚੜਾਉਂਗੀ ਚੌਲ ਵੀ ਚੜਾਉਂਗੀ ਸਿੱਧਕ ਨੀ ਨਾ ਹੁੰਦਾ ਬੰਦੇ ਨੂੰ ਬੰਦੇ ਨੂੰ ਇਦਾਂ ਲੱਗਦਾ ਚੌਲ ਖਾ ਕੇ ਵੀ ਜਿੰਨੇ ਚਿਰ ਦੋ ਰੋਟੀਆਂ ਜਿੱਦਾਂ ਦੋ ਰੋਟੀਆਂ ਕਵਰ ਕਰਦੀਆਂ ਚੌਲਾਂ ਨੂੰ ਜਾ ਕੇ ਕਰਦੀਆਂ ਨਾ ਤੇ ਫਿਰ ਬੰਦੇ ਨੂੰ ਰਾਤ ਨੂੰ ਭੁੱਖ ਨੀ ਲੱਗਦੀ ਹੈਗੀ ਨਾ ਗੱਲ ਸਾਰੇ ਖਾਂਦੇ ਨੇ ਡਾਕਟਰ ਸਾਹਿਬ ਤੁਸੀਂ ਫੇਲ ਆਵੇ ਡਾਕਟਰ ਨੂੰ ਮਿਲੀਅਨ ਵਿਊਜ਼ ਆਏ ਮੈਂ ਡਰ ਗਈ ਮੈਂ ਹਜੇ ਮਿਲੀਅਨ ਬੰਦਾ ਵੇਂਦਾ ਪਿਆ ਹੈ ਕਿਸੇ ਇੱਕ ਨੂੰ ਤਾਂ ਲੱਗੂਗੀ ਵਿੱਚੋਂ ਕੋਈ ਤਾਂ ਗੱਲ ਸੱਚੀ ਹੋਊਗੀ ਹਨਾ ਡਾਕਟਰ ਦੀ ਪਰ ਨਹੀਂ ਮੈਨੂੰ ਲੱਗਦਾ ਵੀ ਅਸੀਂ ਨੀ ਸੁਣਨ ਵਾਲੇ ਸਾਡੇ ਪੰਜਾਬੀਆਂ ਦੇ ਜਿਹੜੇ ਆਪਣੇ ਵੱਖਰੇ ਰੂਲ ਨੇ ਮੈਨੂੰ ਗੱਲਾਂ ਨੀ ਭੇਜੇ ਮੈਂ ਗੱਲਾਂ ਕਰੀ ਜਾਂਦੀ ਤੇ ਏਦੋਂ ਵੱਧ ਕੇ ਹੋਰ ਕੀ ਕਰਨਾ ਤੇ ਕਾਹਤੋਂ ਕਹਿੰਦੇ ਨੇ ਡਾਕਟਰ ਵੀ ਤੁਸੀਂ ਨਾ ਖਾਓ ਨਾ ਖਾਓ ਤੇ ਕਿੱਧਰ ਮਰੀਏ ਜਾ ਕੇ ਨਹੀਂ ਖਾਣਾ ਪੀਣਾ ਚਾਹੀਦਾ ਜਾਂ ਤਾਂ ਪਹਿਲਾਂ ਐਟਮਾਂ ਨਾ ਇੰਨੀਆਂ ਤਿਆਰ ਕਰਦੇ ਬਿਲਕੁਲ ਫਿਰ ਉਹਨਾਂ ਨੇ ਐਟਮਾਂ ਤਿਆਰ ਕੀਤੀਆਂ ਜਿਮ ਜਾਂਦੇ ਚੱਲ ਜਾਈਦਾ ਕਦੀ 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 ਜਾਂਦੇ ਨਾ ਸਿਆਪਾ ਹੀ ਹੈ ਨਾ ਜਿਹੜੀ ਚੀਜ਼ ਸਵਾਦ ਬਣਾਈ ਗਈ ਆ ਉਹਦੇ ਨਾਲ ਵੇਟ ਵੱਧਦਾ ਬਿਲਕੁਲ ਕਿਉਂ ਬਣਾਈ ਪਹਿਲਾਂ ਜੇ ਵੇਟ ਹੀ ਵੱਧਦਾ ਸੀਗਾ ਤੇ ਵੇਟ ਘਟਦਾ ਕਿਤੇ ਨਾ ਸੁੱਕੀ ਰੋਟੀ ਨਾਲ ਲਾ ਹੋਰ ਹੋਰ ਉਹ ਲੰਘਦੀ ਨਹੀਂ ਉਹ ਲੰਘਦੀ ਨਹੀਂ ਗੀ ਉਹਨੂੰ ਵੇਖ ਕੇ ਤਾਂ ਬੰਦਾ ਉਹ ਥੱਕ ਜੇ ਖਾਣ ਨੂੰ ਵੀ ਜੀ ਕਰੇ ਬੰਦੇ ਦਾ ਹੁਣ ਤੇ ਸੁੱਕ ਜੇ ਸਹੀ ਹੈ ਨਾ ਮੈਂ ਸੈਟੀਸਫਾਈਡ ਨਹੀਂ ਹੈਗੀ ਕਿ ਇਸ ਦੁਨੀਆ ਤੋਂ ਬਿਲਕੁਲ ਜਿਨ੍ਹਾਂ ਨੇ ਵੀ ਰੂਲ ਬਣਾਏ ਨੇ ਤੁਹਾਡੀ ਕੋਈ ਨਜ਼ਰ 'ਚ ਹੈ ਬੰਦਾ ਰੂਲ ਚੇਂਜ ਕਰਨ ਵਾਲਾ ਨਹੀਂ ਆਪਾਂ ਆਪ ਹੀ ਰੂਲ ਚੇਂਜ ਕਰ ਸਕਦੇ ਅਸੀਂ ਅੱਗੇ ਕਿੰਨੇ ਕਮਾਉਂਦੇ ਰੂਲ ਆਪਾਂ ਸਹੀ ਗੱਲ ਹੈ ਨਹੀਂ ਮੈਂ ਬਿਲਕੁਲ ਵੀ ਸੈਟੀਸਫਾਈਡ ਨਹੀਂ ਹੈਗੀ ਇਸ ਦੁਨੀਆ ਤੋਂ ਦੁਨੀਆ ਦੇ ਜਿਹੜੇ ਰੂਲ ਬਣਾਉਂਦੇ ਨੇ ਉਹਨਾਂ ਤੋਂ ਬਿਲਕੁਲ ਨਹੀਂ ਹੈਗੀ ਇਹ ਚਾਹੀਦਾ ਨਹੀਂ ਹੈਗਾ ਤੁਸੀਂ ਕਰੋ ਨਵੀਂ ਇੱਕ ਵੀਡੀਓ ਤਿਆਰ ਕਰੋ ਉਹ 'ਚ ਰੂਲ ਬਣਾਓ ਮੇਰੇ ਹਿਸਾਬ ਨਾਲ ਮੰਨਣ ਕਿਵੇਂ ਹੱਲ ਹੈ ਯਾਰ 1000 ਜੋ 100 ਦਾ ਮੰਨੂਗਾ ਹੀ ਇਹ ਤਾਂ ਗੱਲ ਹੈ ਉਹਦਾ ਮੈਨੂੰ ਕਿਸੇ ਨੇ ਕਿਹਾ ਸੀਗਾ ਮੈਂ ਨਾ ਲੈਣਾ ਲਿਖਦੀ ਹਾਂ ਹੁਣ ਦੇਖੀ ਹੋਣੀ ਤੁਸੀਂ 2-4 ਦਿਨ ਪਹਿਲਾਂ ਮੈਂ ਫੋਟੋ ਲੰਮੀ ਆ ਉੱਤੇ ਮੈਂ ਆਪਣੀਆਂ ਲੈਣਾ ਲਿਖਦੀ ਹਾਂ ਹੈ ਤੇ ਥੱਲੇ ਲੇਖਕ ਨਹੀਂ ਲਿਖਦੀ ਕਿਉਂਕਿ ਮੈਂ ਪੱਕੀ ਲਿਖਾਰਨ ਨਹੀਂ ਹੈਗੀ ਕਦੀ ਕਦੀ ਮੈਂ ਜੇ ਵਿੱਚੋਂ ਰਹਿ ਗਿਆ ਤੇ ਕਹਿਣਗੇ ਲਿਖਾਰੀ ਕਿੱਥੇ ਗਿਆ ਲੱਭਣਗੇ ਹਨਾ ਮਤਲਬ ਕਈ ਲਿਖਾਰੀ ਹੁੰਦੇ ਨੇ ਉਹ ਕੀ ਕਰਦੇ ਨੇ ਉਹ ਜਨਮ ਤੋਂ ਲਿਖਾਰੀ ਹੁੰਦੇ ਨੇ ਤੇ ਉਹ ਆਪਣੀ ਛਾਪ ਛੱਡ ਜਾਂਦੇ ਨੇ ਮੈਂ ਕੀ ਛਾਪ ਛੱਡੂੰਗੀ ਕਿ ਭੁੱਲ ਗਈ ਭੁੱਲ ਗਈ ਕਾਹਦੀ ਲਿਖਾਰਨ ਜਿਹੜੀ ਭੁੱਲ ਗਈ ਮੇਰਾ ਭੁੱਲਣ ਵਾਲੇ 'ਚ ਨਾ ਆਏਗਾ ਕੀ ਫਾਇਦਾ ਬੇਇੱਜ਼ਤੀ ਹੋ ਗਈ ਮੈਨੂੰ ਕਹਿੰਦੇ ਨੇ ਭੈਣ ਬਹੁਤ ਸੋਹਣਾ ਲਿਖਦੀ ਆ ਤੂੰ ਤੇ ਮੈਂ ਕਹਿੰਦੀ ਹੁੰਦੀ ਹਾਂ ਹਾਂ ਵੀ ਵਧੀਆ ਲਿਖਦੀ ਹਾਂ ਪਰ ਮੈਂ ਕਦੀ ਪਿੱਥਲੇ ਨਹੀਂ ਲਿਖਿਆ ਗਾ ਵੀ ਇਹ ਲੇਖਕ ਜਿਹੜੀ ਆ ਬੋਲੋ ਜੱਟੀ ਆ ਕਿਉਂਕਿ ਚਕਾਟਾ ਬਹੁਤ ਹੈ ਕਿਉਂਕਿ ਮੈਂ ਏਡੀ ਪੱਕੀ ਲਿਖਾਰਨ ਨਹੀਂ ਹੈਗੀ ਬਿਲਕੁਲ ਹਾਂ ਤੁਸੀਂ ਲਿਖਦੇ ਵੀ ਆ ਨਾ ਸ਼ੇਰੋ ਸ਼ੇਰੀ ਹਾਂਜੀ ਹਾਂਜੀ ਤੇ ਫਿਰ ਤੁਸੀਂ ਆਪਣੀ ਫੋਟੋ ਛਾਪ ਕੇ ਦੋ ਉੱਤੇ ਕਿਉਂ ਲੈਣਾ ਨਹੀਂ ਲਿਖਦੇ ਗੇ ਉਹ ਪਤਾ ਕਿੰਨੀ ਵਾਰ ਲੁੰਦੀ ਆ ਅੱਛਾ ਮੈਨੂੰ ਨਹੀਂ ਸੀ ਪਤਾ ਹੁਣ ਮੈਂ ਲਿਖਿਆ ਕਰੂੰ ਉਹਦੇ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤੁਹਾਡੀ ਫੋਟੋ ਸੋਹਣੀ ਆਉਂਦੀ ਹੈ ਇੱਕ ਉੱਤੇ ਲੈਣਾ ਤੁਸੀਂ ਆਪ ਛਾਪੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਨੇ ਕਾਪੀ ਕਰਨੀਆਂ ਹੁੰਦੀਆਂ ਨੇ ਕਿਸੇ ਨਾ ਕਿਸੇ ਦੀ ਲਾਈਫ ਨਾਲ ਰਿਲੇਟ ਕਰਦੀਆਂ ਹੁੰਦੀਆਂ ਨੇ ਤੇ ਜਿਹੜਾ ਪਿੱਛੇ ਮੁੰਡੇ ਦੀ ਫੋਟੋ ਜਿਵੇਂ ਤੁਸੀਂ ਆਪਣੀ ਫੋਟੋ ਲਾਈ ਨਾ ਹਾਂਜੀ ਤੇ ਉਹ ਕੁੜੀਆਂ ਕਈਆਂ ਨੂੰ ਲੈਣਾ ਨਾ ਕੋਈ ਮਤਲਬ ਨਹੀਂ ਫੋਟੋ ਕੱਢ ਲੈਂਦੀਆਂ ਨੇ ਕਿੰਨੇ ਫਾਇਦੇ ਨੇ ਤੇ ਵੀਡੀਓ ਇਦਾਂ ਵਾਇਰਲ ਹੁੰਦੀ ਨਾ ਪਿੱਛੇ ਗਾਣਾ ਲਾਓ ਚੱਕਵਾਂ ਜਿਹਾ ਇੰਨਾ ਦੁੱਖ ਭਰਿਆ ਗਾਣਾ ਲਾਓ ਕਿ ਬੰਦਾ ਕਹੇ ਦੁਨੀਆਂ ਸਾਰੇ ਜਾਣ ਤੇ ਦੁੱਖ ਇਹਨੂੰ ਲੱਗੇ ਨੇ ਮੈਂ ਕਰੂੰਗਾ ਕੋਸ਼ਿਸ਼ ਹੁਣ ਲਿਖਿਆ ਕਰੂੰਗਾ ਨਹੀਂ ਤੇ ਕਰਦੀ ਕੁਛ ਨਹੀਂ ਨਾ ਹੁੰਦਾ ਸਨੈਪਚੈਟ ਤੇ ਮੈਂ ਫੋਟੋ ਕੱਢਦੀ ਹਾਂ ਕੱਢ ਕੇ ਤੇ ਫਿਰ ਮੈਂ ਉਹਦੇ ਉੱਤੇ ਦੋ ਲੈਣਾ ਲਿਖਦੀ ਹਾਂ ਤੇ ਉਹ ਫਿਰ ਸਾਲੇ ਮੈਨੂੰ ਕਮੈਂਟ ਵੀ ਆਉਂਦੇ ਨੇ ਦਰਦ ਭਰੇ ਕਹਿੰਦੇ ਨੇ ਦੀਦੀ ਬੀ ਬਰੇਵ ਬੀ ਹੈਪੀ
दीदी खुश रहा करो रियली नाइस बहुत नाइस फैमिली है इन्ना प्यार करते हैं हौसला देंगे ने लागे बंदा बैठा नहीं इन्ना हौसला दिंदा जिन्ना इंटरनेट दे हौसला दिंदे ने बिल्कुल बिल्कुल अद्धे तो ज्यादा दुनिया इंटरनेट दे हौसले नाल तुरी फिरदी है मसाब लाया हां आपां वी उसे हौसले नाल तुरी फिरदे हैना तू मानदे इस चीज नूं बिल्कुल बिल्कुल बोलो ना फिर भी कमेंट दे विच जेड़े तन्नू आंदा आया तन्नू ये हौसला दे दिंदा ना नहीं दिंदा चंगा कमेंट करदा बिल्कुल बिल्कुल दिंदा ते जदों कोई कुड़ी कमेंट दे विच छाप देवे वी मैनूं अंगद तो वधिया कोई बंदा नहीं लगदा दुनिया ते फिर अंगद पंप च अगला गाना ऐदा दो तीन मिनट की वजी नहीं आपे भर दे जे बाद च दो तीन गाने ऐदा छाप दिंदा हैना लिखे जाते फर्क पैंदा जो तुम चंगे कमेंट आते हैं सोहनिया गल करते मतलब लिखता ही उन्होंने ही बाकी तुम भी कहते जो नैगेटिव कमेंट करते कई वो करी जान कोई चक्कर नहीं इन्ना फर्क पैंदा नहीं पता की है जे नेगेटिविटी ना होंदी फिर पॉजिटिविटी दा कितना पता लगदा यही तो गल है इस करके उन्हां लई जीना चाहिए उन्हां लई करना चाहिए तुहानूं जिहड़े तुहानूं प्यार करदे जिहड़े पसंद करदे मैं आपां आई इदां ही आ मतलब कि इन्हां नूं इग्नोर कर करके तां इत्थों तक पहुंचे आ होर 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 है ना जे आपां इन्हां वल ध्यान दिंदे आपां अगे वध नहीं सकदे सी है ना ते जिहड़ियां कुड़ियां मैनूं पसंद करदियां ने मेरे हासियां परियां वीडियो नूं देखदियां ते किन्नियां सी डिप्रेशन चों बाहर आ गईयां ने ते ओ अंगद अलीवाल दे गाने सुन के दोबारा डिप्रेशन च जाओ ठीक है फिर दोबारा मेरीयां वीडियो वेखो फिर डिप्रेशन चों बाहर आओ इहदे नाल साडे दोनों दी ऑडियंस जुड़ी रहेगी इदां ही है ना सही है ना नहीं आ तां मैनूं वधिया मैसेज वी आउंदे आ जिहड़ा मेरा फोक फ्यूजन गाना सीगा फोक फ्यूजन सीगा गाना मेरा पहलियां च आया अजे भी कई ने बहुत अपनी प्लेलिस्टां च ऐड कीता ते ओहदे लई मैनूं जदों मैसेज आउंदा मैनूं बहुत वधिया लगदा कि जो डाउन फील करते हैं आप गाना सुनते हैं मैनू भी गाना अज भी मैनू भी बहुत वधिया लगता वो गाना सीगा कहिंदा हुमला डिगया ते उठ जरा चल के वखावे जिथे जग दी नी आखे उथे आलना बनावे हाए पै जावे रोना बन जावे जज्बाती बंदा छड के रसाना बाजी शिकां दी खेलनी हो चढ़दे सूरज दियां अखां विच अख पाउणी नाल दरियावां रफ्तार सिख मिलनी चढ़दे सूरज दियां अखां विच अख पाउणी नाल दरियावां रफ्तार सिख मिलनी वधिया वधिया इदां दे गाने भी बूस्ट दिंदे ने बंदे नूं कि हां भी चंगी गल गाने जेड़े ने असर करदे ने ठीक है ते हर कोई अपने अपने हिसाब नाल उहनूं अपने हिसाब नाल सैट कर लैंदा ते मैनूं इह दस वीरे वी तुहानूं फिल्मां लई रोल नहीं आउंदा तुहाडी सुणी मतलब तुहाडी लुक आ हाइट भी वधिया है कोई आया कदी रोल नहीं आउंदा गल्लां बातां तां हुंदियां रहिंदियां टीम चों कोई ना कोई मैसेज आ ही जांदा है पर अजे करनी नहीं चाहुंदा मैं गाउण तों पहलां मैं आप फिल्म मेकर सीगा अजे भी मैं अपनियां मूवीज़ ते भी कम कर रहा अपने आइडियाज़ ते भी ते अगे म्यूज़िक वीडियोज़ भी करूंगा फिल्म मेकिंग करूंगा पर अजे कोई प्लान नहीं है अजे छेती करन दा अजे आ कि इधर कुछ बना लिए अजे कर लूंगा तू मच हो जांदा हां मतलब मेनू भी कह देंदे ने तू फिल्मा कर भैन फिल्मा कर मैं किन्नी आ भी फिल्म च जेड़ा काम करना उन्हां ने तुहानू उस हिसाब नाल रोल देना फिर तुसीं उधर फोकस कर दे जेड़े आ जिहड़ियां वीडियो बनाउने आपां जेड़े काम लई आपां बणे आ जो उहनूं छड्ड के आपां दूजे लैच तुर पैने ना फिर तुहाडा फोकस जिहड़ा ना उह जिहड़ा बैलेंस नहीं हुंदा गा बिल्कुल ठीक है ना मेरा तो बिल्कुल नहीं हुंदा क्योंकि मैं तो घरे भांडे भी मांजने हुंदे उहदा भी स्यापा प्यार हुंदा कई तरह दे काम चलो तुहाडियां ते आ भी जाणियां फिल्मां शायद बाबा मेहर करे आ साल च ओहो हां जल्दी तुसीं इहनां नूं वड्डी स्क्रीन ते वेखोगे हां बूथा भी वड्डा ही देखदा हुण मैनूं लगदा कोने ने मेरा सही कीता मैं क्या ही उहनां नूं जिहड़ी हीरोइन सी ना मेरे नाल हां जी उह तो कोड़ी कोड़ी कैमरे ते वेखण जावे मैंने उत्थे की वेखनी आ नहीं जाके हां मैं क्या उहनूं मैंने उत्थे की वेखनी कदों तो फोटो आउंदे अपनी पहली बार गई सी मैं हां कि तू भी जाके वेख के आ मैं मैनूं पता मेरा किद्दां दा हुंदा होणा फिकर करे की वेखणा वार वार मैं रहण दे तूं उह तो कोड़ी कोड़ी आके ब्रश लैके आओ ते टचअप 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 इदां करदी सी ते मैं हां भी की हो गया मेरे नाल दा मेकअप कराया बड़ा सोहना ते ऐदा करे नहीं नहीं कहिंदी तेनू नहीं पता मतलब वो हीरोइन सी ना उहने फिल्मां कीतियां सीगियां मैं उहदे विच वड़ गई देसड़ जाके मैनू पता ना लगे की करना ते मैनू बहुत लग्या कि नहीं मतलब एक्शन प्रैक्शन भी मारने चाहिए ने बंदे नूं जाके पता लगे कि कोई आया सैट ते बिल्कुल बिल्कुल है ना जे तुसीं अपनी मर्जी च करदे आ ते फिर अगला भी कहिंदा भी हां भी तुहाडी कोई वैल्यू हैगी आ जे तुसीं मर्जी दे हिसाब नाल चलदे
ਵੀ ਆਪਣੀ ਮਰਜ਼ੀ ਨਾਲ ਚੱਲੋ। ਸੀਰੀਅਸ ਕਿਉਂ ਇੰਨਾ ਲਾਈਫ ਦੇ ਵਿੱਚ? ਕੌਣ ਤੁਸੀਂ? ਮੈਂ ਸੀਰੀਅਸ ਜਿਹੜੀ ਮੈਂ ਗੱਲ ਤੁਹਾਡੀ ਮਾਤਾ ਵੇਂਦੇ ਪੈਣੇ ਇੱਥੇ ਹੈ। ਮੰਮੀ ਜੀ, ਆਂਟੀ ਜੀ, ਮਾੜਾ ਜਾਣਾ ਇਹਨਾਂ ਨੂੰ ਘਰੇ ਬੁਲਾਓ ਤੇ ਇਹਨਾਂ ਦੀ ਮਾੜੀ ਚ ਸੇਵਾ ਪਾਣੀ ਕਰੋ। ਇਹ ਦੁਨੀਆ ਨੇ ਬੜਾ ਦੁਖੀ ਕੀਤਾ ਪਹਿਲਾਂ ਤਾਂ ਬਾਹਰ ਇਹਨਾਂ ਨੇ ਗਾਣੇ ਗਾਣੇ ਦੇ ਕੱਢਦੇ ਕੱਢਦੇ ਨੇ ਇਹ ਤਾਂ ਕਮੇਡੀ ਸ਼ੋਅ ਦੇ ਵਿੱਚ ਆਣ ਕੇ ਵੀ ਸੀਰੀਅਸ ਗੱਲਾਂ ਕਰਨ ਨੂੰ ਨਹੀਂ ਹਟਣ ਦੇ ਹੈਗੇ। ਕੀ ਮੈਂ ਕਰਾਂ ਵੇਲੇ, ਮੈਂ ਕਿੰਨਾ ਸੌਂ ਗਈ ਆ ਤੇ ਕਿਹੜੀ ਬੋਲਣ ਦੇ ਹੀ। ਮੈਂ ਤਾਂ ਜਵਾਬ ਦਿੱਤਾ ਤੁਹਾਡੀ ਗੱਲ ਦਾ। ਮੈਂ ਇੰਨਾ ਹੀ ਨਹੀਂ ਆਂਟੀ ਜੀ, ਤੁਸੀਂ ਭਾਵੇਂ ਫੋਨ ਤੇ ਗੱਲ ਕਰਦੇ ਹਾਲ ਚਾਲ ਪੁੱਛ ਲੈਂਦੇ ਆ, ਮੈਂ ਪੁੱਛ ਲਓ ਫੋਨ ਕਰਦੀ ਆ, ਚੁੱਕੇ ਨਾ ਚੁੱਕੇ ਮੈਂ ਵੋਇਸ ਮੈਸੇਜ ਭੇਜਦੀ ਆ, ਵੀਰ ਠੀਕ ਆ ਤੂੰ? ਠੀਕ ਆ, ਮੇਰਾ ਫੋਨ ਨਹੀਂ ਚੁੱਕਿਆ, ਮਾੜਾ ਜਿਹਾ ਮੈਨੂੰ ਮਾੜਾ ਰਿਪਲਾਈ ਕਰਦੇ, ਤੂੰ ਠੀਕ ਠਾਕ ਆ? ਜਦੋਂ ਵੀਰਾ ਬਿਮਾਰ ਹੋਇਆ ਸੀ ਮੈਂ ਵੀਰੇ ਨੂੰ ਰਮੇਡੀਆਂ ਬਣਾ ਆਪਣਾ ਭੇਜੀਆਂ, ਮੈਂ ਆਹ ਪੀ ਲਓ ਉਹ ਪੀ ਲਓ ਵੀਰੇ, ਦਵਾਈ ਲਵੋ, ਆਪਣਾ ਇਲਾਜ ਕਰਾਓ ਵਧੀਆ ਤਰ੍ਹਾਂ, ਬਾਹਰ ਨਾ ਨਿਕਲੋ, ਦੇਖ ਲਓ ਕੋਈ ਫਿਕਰ ਕਰਦਾ ਹੈਗਾ? ਨਹੀਂ ਹੈ, ਕੋਈ ਨਹੀਂ ਕਰਦਾ। ਹਾਂ ਤੇ ਮੈਂ ਦੂਜਾ ਦੇਖ ਲਓ ਆਂਟੀ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਬੈਠੀ ਹਾਂ, ਮੈਂ ਫਿਕਰ ਕਰਦੀ ਪਈ ਇਹਨਾਂ ਦੀ। ਹਾਂ ਮੈਂ ਇਹ ਜਦੋਂ ਭੈਣ ਕਹਿ ਦਿੰਦੇ ਨੇ ਨਾ ਫਿਰ ਭੈਣਾਂ ਆਪਣੇ ਰੋਲ ਚ ਆ ਜਾਂਦੀਆਂ ਨੇ ਫਿਰ, ਕਿ ਹੁਣ ਭੈਣ ਕਿਹਾ ਆ ਤੇ ਹੁਣ ਤੁਹਾਨੂੰ ਦੱਸਾਂਗੇ ਭੈਣਾਂ ਦੀ ਕੀ ਰਿਸਪੋਂਸਿਬਿਲਟੀ। ਮਾਵਾਂ ਬਣ ਜਾਂਦੀਆਂ ਨਾਲੇ, ਮਾਵਾਂ ਬਣ ਜਾਂਦੀਆਂ ਨੇ ਭੈਣਾਂ। ਸਹੀ ਗੱਲ ਹੈ, ਸਹੀ ਗੱਲ ਹੈ। ਤੇ ਗੱਲਾਂ ਬਾਤਾਂ ਤੇ ਆਪਾਂ ਵੀਰੇ ਬਹੁਤ ਕੀਤੀਆਂ, ਮੈਨੂੰ ਲੱਗਦਾ ਸਭ ਤੋਂ ਲੰਬੀ ਇੰਟਰਵਿਊ ਤੁਹਾਡੇ ਨਾਲ ਹੋਈ ਹੈ। ਇੰਟਰਵਿਊ ਕੀ, ਸਟਾਰਸ ਮੁਲਾਕਾਤ, ਲੰਬੀ ਮੁਲਾਕਾਤ ਤੁਹਾਡੇ ਨਾਲ ਹੋਈ ਹੈ। ਅਸੀਂ ਇਸ ਕਰਕੇ ਲੰਬੀ ਮੁਲਾਕਾਤ ਕੀਤੀ ਕਿਉਂਕਿ ਜਿਹੜੇ ਭਰਾ ਹੁੰਦੇ ਨੇ ਨਾ ਉਹ ਮਹਾ ਕਾਬੂ ਹੁੰਦੇ ਨੇ, ਹਨਾ? ਮੁੜ ਕੇ ਇਹਨਾਂ ਨੂੰ ਫੋਨ ਨੀ ਚੁੱਕਣਾ ਮੇਰਾ? ਨਹੀਂ ਨਹੀਂ, ਚੁੱਕ ਲੋਗੇ? ਚੁੱਕਣਾ ਹੀ ਪੈਣਾ, ਹਨਾ? ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਬਹੁਤ ਵਧੀਆ ਲੱਗਿਆ, ਤੁਹਾਡੇ ਬਹੁਤ ਪਿਆਰੀ ਆਵਾਜ਼ ਆ, ਕੁੜੀਆਂ ਫੈਨ ਨੇ, ਮੁੰਡਿਆਂ ਨੂੰ ਵੀ ਫੈਨ ਬਣਾਓ, ਮੁੰਡਿਆਂ ਲਈ ਗਾਣੇ ਕੱਢੋ। ਨਹੀਂ, ਮੁੰਡਿਆਂ ਦੇ ਵੀ ਆਉਂਦੇ ਬਹੁਤ ਵੇਟ ਕਰ ਰਹੇ ਨੇ। ਹਾਂ ਮੁੰਡੇ ਤੁਹਾਨੂੰ ਲੱਗਦਾ ਵੀ ਲੜਦੇ ਨੇ ਸ਼ਾਇਦ, ਤਾਂ ਕਰਕੇ ਤੁਸੀਂ ਫਿੱਕੀਆਂ ਫਿੱਕੀਆਂ ਯਾਰੀਆਂ ਕੱਢਤਾ, ਏਦਾਂ ਦੀ ਗੱਲ ਨਹੀਂ ਹੈਗੀ। ਮੁੰਡਿਆਂ ਦੇ ਵੀ ਇਮੋਸ਼ਨਸ ਨੇ, ਮੁੰਡਿਆਂ ਵਾਸਤੇ ਵੀ ਸੋਹਣੇ ਸੋਹਣੇ ਗਾਣੇ ਕੱਢੋ, ਠੀਕ ਹੈ? ਠੀਕ ਹੈ ਨਾ, ਮੁੰਡੇ ਵੀ ਪਰੇਸ਼ਾਨ ਨੇ, ਠੀਕ ਹੈ? ਉਹਨਾਂ ਦਾ ਵੀ ਥੋੜਾ ਦਿਲ ਰੱਖੋ। ਬਹੁਤ ਸੋਹਣਾ ਲੱਗਿਆ ਤੁਹਾਨੂੰ ਮਿਲ ਕੇ, ਹੁਣ ਤੁਹਾਡੀ ਬੱਸ ਦਾ ਟਾਈਮ ਹੋ ਗਿਆ, ਸਾਨੂੰ ਜਾਣ ਦਿਓ, ਇੱਥੋਂ ਮੁੜ ਕੇ ਬੱਸ ਨਹੀਂ ਮਿਲਣੀ। ਹਾਂਜੀ, ਥੋੜੀ ਜਿਹੀ ਮੇਰੀ ਤਾਰੀਫ ਕਰ ਜਾਓ ਮੇਰੇ ਸ਼ੋਅ ਦੀ, ਤੇ ਕਿਉਂਕਿ ਇਹ ਤਾਰੀਫ ਜਿਹੜੀ ਆ ਉਹਦੀ ਆਦਤ ਪੈ ਚੁੱਕੀ ਆ, ਹੁਣ ਜਿੰਨਾ ਚਿਰ ਦਿਹਾੜੇ ਚ ਕੋਈ ਤਾਰੀਫ ਨਾ ਕਰੇ ਕੰਮ ਨੂੰ ਜੀ ਨਹੀਂ ਕਰਦਾ, ਕਰੋ ਤਾਰੀਫ ਥੋੜੀ ਜਿਹੀ ਮੇਰੀ। ਤਾਰੀਫ ਕਰ ਦੇਣੀ ਸਾਰਿਆਂ ਨੇ, ਤੁਸੀਂ ਬਹੁਤ ਸੋਹਣਾ ਬੋਲੇ, ਤਾਂ ਬਹੁਤ ਸੋਹਣਾ। ਸਾਡੇ ਸ਼ੋਅ ਬਾਰੇ ਤੁਹਾਡੇ ਕੀ ਵਿਚਾਰ ਹੈ ਜਿਹੜਾ ਅਸੀਂ ਸ਼ੋਅ ਸ਼ੁਰੂ ਕੀਤਾ? ਨਹੀਂ, ਬਹੁਤ ਸੋਹਣਾ ਸ਼ੋਅ ਆ, ਮੈਨੂੰ ਵਧੀਆ ਲੱਗਿਆ, ਮਤਲਬ ਕੋਈ ਸਕ੍ਰਿਪਟਡ ਨਹੀਂ, ਕੋਈ ਕੁਛ ਨਹੀਂ, ਮਤਲਬ ਜੋ ਅਨਕਟ ਜੀ ਇੰਟਰਵਿਊ ਆ ਸਾਰੀ, ਜੋ ਵੀ ਆ ਇੰਟਰਵਿਊ ਵੀ ਕਾਹਦੀ, ਮਤਲਬ ਗੱਲਾਂ ਬਾਤਾਂ ਹੀ ਆ, ਤੇ ਬਹੁਤ ਵਧੀਆ ਮੈਨੂੰ ਮਤਲਬ ਲੱਗਿਆ ਕਿ ਆਪਣਾ ਕੁਝ ਸੋਚ ਕੇ ਨਹੀਂ ਬੋਲਿਆ, ਨਾ ਤੁਸੀਂ ਨਾ ਮੈਂ, ਜੋ ਮੇਰੇ ਹਿਸਾਬ ਨਾਲ ਸੁਣਨਾ ਚਾਹੀਦਾ, ਜੋ ਸਾਡੇ ਦਿਲਾਂ ਚੋਂ ਨਿਕਲਿਆ ਇਹਨਾਂ ਦੇ ਦਿਲਾਂ ਤੱਕ ਪਹੁੰਚ ਜੇ, ਤੇ ਬਹੁਤ ਆ ਮੇਰੇ ਹਿਸਾਬ ਨਾਲ। ਮੈਨੂੰ ਲੱਗਦਾ ਵੀ ਮੈਂ ਇਹ ਜਿਹੜਾ ਸ਼ੋਅ ਦੀ ਜਿਹੜੀ ਮੇਰਾ ਥਾਟ ਆਇਆ ਸੀ ਨਾ ਗੱਲਾਂ ਬਾਤਾਂ ਦਾ, ਇਹ ਆਇਆ ਸੀਗਾ ਕਿ ਕੱਲ ਵੀ ਅਸੀਂ ਗੱਲਾਂ ਕਰਦੇ ਸੀਗੇ ਕਿ ਜਿਹੜਾ ਇੱਕ ਆਰਟਿਸਟ ਹੁੰਦਾ ਆ ਉਹ ਸਕਰੀਨ ਤੇ ਕਿਵੇਂ ਹੁੰਦਾ ਆ ਤੇ ਉਹ ਬਿਹਾਈਂਡ ਦਾ ਸਕਰੀਨ ਕਿੱਦਾਂ ਹੁੰਦਾ ਆ ਜਾਂ ਘਰ ਦੇ ਵਿੱਚ ਨੈਚ ਆਪਣੀ ਨੋਰਮਲ ਲਾਈਫ 'ਚ ਕਿਵੇਂ ਦਾ ਹੁੰਦਾ, ਇਹ ਸਾਡੀ ਆਡੀਅੰਸ ਹਮੇਸ਼ਾ ਹੀ ਵੇਟ ਕਰਦੀ ਰਹਿੰਦੀ ਹੈ ਕਿ ਅਸੀਂ ਇਹਨਾਂ ਨੂੰ ਦੇਖੀਏ, ਕਿਉਂਕਿ ਜਿਹੜੇ ਤੁਹਾਨੂੰ ਪਸੰਦ ਕਰਦੇ ਨੇ ਨਾ ਉਹ ਵੇਖਦੇ, ਮੈਨੂੰ ਵੀ ਕਹਿੰਦੇ ਰਹਿੰਦੇ ਭੈਣ ਤੁਸੀਂ ਵਲੌਗ ਬਣਾਓ, ਤੁਸੀਂ ਕਿੱਥੇ ਜਾਂਦੇ ਕਿੱਥੇ ਆਉਂਦੇ, ਮੈਂ ਤੁਹਾਨੂੰ ਕੈਮਰਾ ਚੁੱਕਿਆ ਜਾਂਦਾ, ਮਤਲਬ ਮੈਂ ਥੋੜ੍ਹਾ ਜਿਹਾ ਰਿਐਕਟ ਕਰ ਜਾਂਦੀ ਉਸ ਚੀਜ਼ 'ਤੇ। ਪਰ ਇਸ ਕਰਕੇ ਮੈਂ ਸੋਚਿਆ ਵੀ ਜੇ ਮੈਨੂੰ ਪੁੱਛਦੇ ਨੇ ਵੀ ਤੁਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਗੇ, ਤੇ ਮੈਂ ਕੈਮਰਾ ਨਹੀਂ ਚੁੱਕ ਸਕਦੀ, ਮੈਂ ਕੈਮਰਾ ਲਾ ਤਾਂ ਸਕਦੀ ਹਾਂ, ਠਾ ਤਾਂ ਸਕਦੀ ਨਾ ਸਾਰਿਆਂ ਨੂੰ ਲਿਆ ਕੇ ਇੱਥੇ, ਹੈਨਾ? ਤੇ ਹੁਣ ਤੁਸੀਂ ਇੰਤਜ਼ਾਰ ਕਰਿਓ ਅਗਲੀ ਇੰਟਰਵਿਊ ਦਾ, ਸਾਡੇ ਅਗਲੇ ਸੁਪਰ ਸਟਾਰ ਦੇ ਨਾਲ, ਸੁਪਰ ਸਟਾਰ ਜਿਹੜੇ ਸਾਡੇ ਪੰਜਾਬ ਦੇ ਵਧੀਆ। ਆਪਣੇ ਸੱਚ ਇੱਕ ਚੀਜ਼ ਹੋਰ ਨੋਟ ਕੀਤੀ ਸੀਗੀ ਜਾਂਦੇ ਜਾਂਦੇ, ਮੈਂ ਦੱਸਾਂ, ਰਾਤੀ ਮੈਂ ਨੋਟਿਸ ਕਰਨ ਲੱਗ ਗਈ ਸਾਰੇ ਮੁੰਡੇ ਗਾਉਂਦੇ, ਕੁੜੀ ਤਾਂ ਕੋਈ ਹੈ ਹੀ ਨਹੀਂ ਚੱਜ ਦੀ ਗਾਉਣ ਵਾਲੀ, ਮਤਲਬ ਸਾਰੀਆਂ ਮਤਲਬ ਬਹੁਤ ਜਿੱਦਾਂ ਬਹੁਤ ਟਾਈਮ ਤੋਂ ਗਾ ਰਹੀਆਂ ਨੇ, ਕੋਈ ਨਵੀਆਂ ਕੁੜੀਆਂ ਨਹੀਂ ਆ ਰਹੀਆਂ ਗੀਆਂ, ਇਹ ਕਿਉਂ ਹੋ ਰਿਹਾ? ਨਹੀਂ ਆਉਣਗੀਆਂ, ਕੁੜੀਆਂ ਆ ਰਹੀਆਂ ਨੇ ਕਿਉਂਕਿ ਦੌਰ ਥੋੜਾ ਇਦਾਂ ਚੱਲ ਗਿਆ ਕਿ ਕੰਪੀਟੀਸ਼ਨ ਜ਼ਿਆਦਾ ਹੋ ਗਿਆ, ਚਾਹੇ ਮੁੰਡਿਆਂ 'ਚ ਵੀ ਚਾਹੇ ਕੁੜੀਆਂ 'ਚ ਵੀ, ਬਹੁਤ ਸੋਹਣੇ ਗਾਣੇ ਬਣ ਰਹੇ ਨੇ, ਬਹੁਤ ਸੋਹਣੀਆਂ ਵੋਕਲਸ ਨੇ, ਕੁਝ ਮਤਲਬ ਕਿ ਫਰੈਸ਼ ਵੋਕਲਸ ਮੇਰੇ ਨਾਲ ਵੀ ਆਉਣਗੀਆਂ ਡੂਇਟ, ਕਿਉਂਕਿ ਮੈਨੂੰ ਵੀ ਸਾਰੇ ਜਣੇ ਇਹੀ ਕਹਿੰਦੇ ਆ ਜਿਹੜੇ ਚੱਲੇ ਹੁੰਦੇ ਆ ਕਿ ਉਹਨਾਂ ਨਾਲ ਆਪਾਂ ਗਾਣਾ ਕਰੀਏ, ਤੇ ਮੇਰਾ ਥੋੜਾ ਜਿਹਾ ਦਿਮਾਗ ਇਦਾਂ ਦਾ, ਮੈਨੂੰ ਇਹ ਹੁੰਦਾ ਕਿ ਕੋਈ ਮਤਲਬ ਕਿ ਫਰੈਸ਼ ਆਵਾਜ਼ ਕੋਈ ਲੋਕਾਂ ਤੱਕ ਪਹੁੰਚਾਈਏ, ਤੇ ਹਾਂ ਨਵਾਂ ਟੈਲੈਂਟ ਨਵੀਂ ਆਵਾਜ਼, ਹਾਂਜੀ ਹਾਂਜੀ, ਤੇ ਉਹ ਗਾਣੇ ਮਤਲਬ ਬਣ ਰਹੇ ਨੇ, ਤੇ ਕੁੜੀਆਂ ਵੀ ਬਹੁਤ ਦੱਬ ਕੇ ਮੁੰਡਿਆਂ ਵਾਂਗੂ ਮਿਹਨਤ ਕਰ ਰਹੀਆਂ ਨੇ, ਚਲੋ ਵਧੀਆ, ਤੇ ਮਹਾਰਾਜ ਮਿਹਰ ਕਰੇ ਛੇਤੀ ਆਉਣਗੀਆਂ ਸਾਹਮਣੇ। ਨਹੀਂ ਮੈਂ ਬੜਾ ਰਾਤੀ ਸੋਚਿਆ, ਮੈਂ ਕਿਹਾ ਵੀ ਸਾਰੇ ਮੁੰਡੇ ਹੀ ਨੇ, ਜੋ ਸਰਚ ਕਰ ਲਓ ਰੀਲਾਂ ਦੇ ਉੱਪਰ ਮੁੰਡੇ ਹੀ ਆ ਰਹੇ ਨੇ, ਮੁੰਡੇ ਹੀ ਆ ਰਹੇ ਨੇ, ਕੋਈ ਕੁੜੀ ਨਹੀਂ ਆ ਰਹੀ ਗੀ, ਮਤਲਬ ਘੱਟ ਗਈਆਂ ਨੇ ਕੁੜੀਆਂ ਮੈਨੂੰ ਲੱਗਦਾ, ਤੇ ਮੈਂ ਕਿਹਾ ਪੁੱਛੂਗੀ ਕੱਲ ਨੂੰ ਅੰਗਦ ਨੂੰ ਵੀ ਇਹ ਕੀ ਰੀਜ਼ਨ ਆ, ਪਰ ਜੇ ਤੁਸੀਂ ਕਹਿ ਰਹੇ ਆ ਰਹੀ, ਅਸੀਂ ਵੇਟ ਕਰਾਂਗੇ, ਦੱਬ ਕੇ ਮਿਹਨਤਾਂ ਕਰੋ, ਅਸੀਂ ਜ਼ਰੂਰ ਜਿਹੜਾ ਫਰੈਸ਼ ਜਿਹੜੇ ਹੈਗੇ ਨੇ ਟੈਲੈਂਟਡ ਨੇ ਉਹਨਾਂ ਨੂੰ ਅਸੀਂ ਜ਼ਰੂਰ ਆਪਣੇ ਸ਼ੋਅ 'ਚ ਪ੍ਰਮੋਟ ਕਰਾਂਗੇ। ਅਸੀਂ ਜਿਹੜਾ ਮੈਂ ਅੱਗੇ ਵੀ ਕਹਿੰਦੀ ਹਾਂ ਕਿ ਸਾਡੇ ਸ਼ੋਅ ਦੇ ਵਿੱਚ ਸਭ ਨੂੰ ਖੁੱਲ੍ਹਾ ਸੱਦਾ
ਤੁਸੀਂ ਪਹੁੰਚਾਉਣਾ ਚਾਹੁੰਦੇ ਆ ਆਡੀਅੰਸ ਤੱਕ ਤੇ ਜਰੂਰ ਪਹੁੰਚਾਓ ਸਾਡੇ ਨਾਲ ਕੰਟੈਕਟ ਕਰੋ ਪਰ ਬਾਕੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਕਿਉਂਕਿ ਸਾਡੇ ਤਾਂ ਘਰ ਦੀ ਗੱਲ ਸੀਗੀ ਤੇ ਮੈਂ ਸੋਚਿਆ ਸੀ ਅਸੀਂ ਫੋਨ ਤੇ ਗੱਲਾਂ ਕਰਦੇ ਈ ਦੂਰ ਜਦੋਂ ਮੈਂ ਪਿੰਡ ਜਾਊਂਗੀ ਤੇ ਮੈਂ ਪਿੰਡ 'ਚ ਆਮਣੇ ਸਾਹਮਣੇ ਬੈ ਗੱਲ ਕਿਹਾ ਹੈ ਨਾ ਮੈਂ ਗੱਲਾਂ ਕਰਾਂਗੇ ਬੜਾ ਮਜ਼ਾ ਆਇਆ ਹੁਣ ਅਸੀਂ ਚਾਹ ਪੀਣੀ ਇੱਕ ਵਾਰੀ ਹੋਰ ਥੈਂਕ ਯੂ ਸੋ ਮੱਚ ਅੰਗਦ ਵੀਰੇ ਤੇ ਤੁਹਾਡੀ ਆਉਣ ਵਾਲੀ ਜਿਹੜੀ ਐਲਬਮ ਦੇ ਲਈ ਗਾਣੇ ਦੇ ਲਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬੈਸਟ ਵਿਸ਼ੇਸ ਭੈਣ ਵੱਲੋਂ ਤੇ ਭੈਣ ਦੀਆਂ ਦੁਆਵਾਂ ਤੇ ਫਿਰ ਤੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।